ਸ਼ਾਂਗਲੇ ਸਾਤ ਨੂੰ ਸ਼ੀਸ਼ੇ ਜਈ ਜੰਮੇ ਸੂ ਬਜਾਰ ਵਜੇ 10 ਵਜੇ ਮਾਰੇ ਗਏ ਇੱਕ ਤਾਰਾ ਖਿਸਕਿਆ ਪੈਰਾ ਵਿੱਚ ਫੁੱਲ ਜਿਆ ਬਨੋ ਦੇ ਪਰਾਂਦੇ ਵਿੱਚ ਗੋਲ ਗੰਢ ਪੈ ਗਈ ਲਾਲੀ ਉਹਨਾਂ ਲਾਲੀ ਉਹਨਾਂ ਤੇਰਾ ਕੀ ਬਣਾਏ ਦਰ ਗੀਤ ਗਾਏਂਗੀ ਲਾਲ ਨੂੰ ਲਾਲ ਨੂੰ ਏਡਾ ਗੀਤ ਗਾਏਂਗੀ ਹੌਲੀ ਹੌਲੀ ਬੱਡੇ ਹੋ ਗਏ ਉਹਨਾਂ ਦੇ ਜ਼ਖਮ ਦਖਮਾਂ ਤੇ ਲਾ ਦਿਓ ਮੈਂ ਨਹੀਂ ਜੀ ਬਲੰ ਸੁੱਕੇ ਪਰ ਬਾਤ ਨੂੰ ਪੈਰਾ ਦਿੱਤਾ ਰਤ ਨੂੰ ਪੱਕੇ ਪੱਕੇ ਪੱਥਰਾਂ ਤੇ ਦਿੱਕਤਾਂ ਗੱਡੇ ਸੁਪਿਆਂ ਜਿਲੇ ਨਿਲੇ ਪਰ ਪਤਾ ਨਹੀਂ Dora bolengi, लालू तूं बि कुझु बोलेगी यार ओा चुप सी लाड़ा सुई चुप chup चुप चाप कंडे उते दोहे डिगे हो

ਪੰਜਾਬ ਦਰਸ਼ਨ ਦੇ ਵਰਚੁਅਲ ਲੈਕਚਰ ਸੀਰੀਜ਼ ਦੇ ਵਿੱਚ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ ਖੈਰਮਕਤਮ ਜਿਵੇਂ ਕਿ ਪਿਛਲੇ ਲੈਕਚਰ ਦੇ ਦੌਰਾਨ ਅਸੀਂ ਸਦਾ ਦਿੱਤਾ ਸੀ ਚੰਡੀਗੜ੍ਹ ਤੋਂ ਸੈਂਟਰ ਫਾਰ ਕੰਪਿਊਟیشنل ਪੋਲੀਟੀਕਲ ਐਨਥਰੋਪੋਲੋਜੀ ਤੋਂ ਕਮਲ ਜੀ ਥੋੜਾ ਨੂੰ ਤੇ ਉਹਨਾਂ ਹੀ ਭਾਰਤੀ ਫਲਸਫੇ ਇਹ ਦੇ ਬਾਰੇ ਜਾਂ ਆਪਾਂ ਉਹਨੂੰ ਕਹੀਏ ਕਿ ਉਹਨੂੰ ਪੁਨਰ ਵਿਚਾਰ ਕੀਤਾ ਸੀ ਭਾਰਤੀ ਫਲਸਫੇ ਦੇ ਉੱਤੇ ਇਸ ਲੈਕਚਰ ਦੇ ਦੌਰਾਨ ਉਹਨੇ ਸਾਨੂੰ ਦੱਸਿਆ ਸੀ ਕਿ ਅਸੀਂ ਭਾਰਤੀ ਫਲਸਫੇ ਨੂੰ ਸਿਰਫ ਤੇ ਸਿਰਫ ਅਧਿਆਤਮਕਵਾਦ ਦੇ ਨਾਲ ਨਹੀਂ ਜੋੜ ਸਕਦੇ ਬੜਾ ਕੁਝ ਹੈ ਜੋ ਭੌਤਿਕ ਬਾਦ ਜਾਂ ਆਪਾਂ ਕਹ ਲਈਏ ਪਦਾਰਥ ਬਾਦ ਉਹ ਵੀ ਅਸੀਂ ਭਾਰਤੀ ਫਲਸਫੇ ਵਿੱਚੋਂ ਦੇਖ ਸਕਦੇ ਹਾਂ ਸਾਡੇ ਬਹੁਤ ਸਾਰੇ ਦਰਸ਼ਕਾਂ ਦੀ ਇਹ ਮੰਗ ਸੀ ਕਿ ਕਮਲ ਜੀ ਥੋੜੀ ਹੋਰ بڑا ਕੁਝ ਨੂੰ ਦੱਸ ਸਕਦੇ ਆ ਇਸੇ ਵਿਸ਼ੇ ਦੇ ਉੱਤੇ ਤੇ ਅਸੀਂ ਉਹਨਾਂ ਨੂੰ ਗੁਜਾਰਸ਼ ਕੀਤੀ ਸੀ ਜਦੋਂ ਅਸੀਂ ਭਾਰਤੀ ਦਰਸ਼ਨ ਦੀ ਗੱਲ ਕਰਦੇ ਆ ਤਾਂ ਅਸੀਂ ਦੇਖਦੇ ਆ ਕਿ ਜਦੋਂ ਜਿਹੜੀ ਇਨਕਲਾਬੀ ਤਬਦੀਲੀ ਆ ਤੇ ਅਸੀਂ ਉਹਦਾ ਰਾਸਤਾ ਅਸੀਂ ਯੂਰਪ ਤੋਂ ਉੱਥੋਂ ਤਰਾਸ਼ਦੇ ਆ ਆਪਾਂ ਯੂਰਪ ਦੇ ਤਿੰਨ ਵੱਡੇ ਵਿਦਵਾਨ ਜਿਨ੍ਹਾਂ ਵਿੱਚ ਚਾਰਲਸ ਡਾਰਵਿਨ ਜਾਂ 카ਰਲ ਮਾਰਕਸ ਤੇ ਜਾਂ ਆਪਾਂ ਗੱਲ ਕਰੀਏ ਸਿਗਮੰਟ ਅ ਸਿਗਮੰਟ ਫਰਾਇਡ ਜਦੋਂ ਅਸੀਂ ਦੇਖਦੇ ਆ ਕਿ ਜਿਹੜੀ ਫਲਸਫੇ ਦੇ ਵਿੱਚ ਜੇਸੀ ਕਹੀਏ ਕਿ ਆਦਰਸ਼ਵਾਦ ਆਦਰਸ਼ਵਾਦ ਦੇ ਉੱਤੇ ਜੇ ਕਹੀਏ ਕਿ ਇੱਕ ਬੜਾ ਵੱਡਾ ਹਮਲਾ ਵੀ ਕਈ ਕਹਿ ਦਿੰਦੇ ਆ ਕਿ ਜਦੋਂ ਅਸੀਂ ਤਿੰਨ ਇਹਨਾਂ ਤਿੰਨ ਫਿਲਾਸਫਰਾਂ ਦੀ ਆਪਾਂ ਗੱਲ ਕਰਦੇ ਆ ਨਾ ਫਿਲਾਸਫਰ ਜਿਹਨਾਂ ਦੇ ਤਿੰਨ ਇਹਨਾਂ ਦੀ ਗੱਲ ਕਰਦੇ ਆ ਤੇ ਇਹਨਾਂ ਦੇ ਥਰੂ ਆਪਾਂ ਦੇਖਦੇ ਆ ਕਿ ਸਾਰਾ ਕੁਝ ਜੇ ਮਾਡਰਨਿਟੀ ਦੇਖਦੇ ਆ ਤੇ ਇਹਨਾਂ ਤਿੰਨ ਵਿਦਵਾਨਾਂ ਦੇ ਪਿਛੋ ਲੰਘ ਕੇ ਆਉਂਦੀ ਆ ਜਿਹੜੀ ਮਾਡਰਨਿਟੀ ਦੀ ਗੱਲ ਹੁੰਦੀ ਹੈ ਜਿਹੜੀ ਜੋਕੀ ਮਾਡਰਨਿਟੀ ਦੀ ਗੱਲ ਹੁੰਦੀ ਹੈ ਚ ਪਦਾਰਥਵਾਦ ਦੀ ਗੱਲ ਹੁੰਦੀ ਹੈ ਬਟ ਕੀ ਅਸੀਂ ਦੇਖ ਸਕਦੇ ਹਾਂ ਕਿ ਇਹ ਇਸ ਕਾਸ਼ੇ ਦੀਆਂ ਜੜ੍ਹਾਂ ਅਸੀਂ ਜੇ ਅਸੀਂ ਅਸੀਂ ਪਿੱਛੇ ਨੂੰ ਜਾਈਏ ਕਿ ਉੱਥੇ ਵੀ ਦੇਖ ਸਕਦੇ ਹਾਂ ਜਾਂ ਭਾਰਤੀ ਫਲਸਫੇ ਦੇ ਵਿੱਚ ਵੀ ਦੇਖ ਸਕਦੇ ਹਾਂ ਆਪਾਂ ਤੇ ਦੂਜੀ ਗੱਲ ਇਹ ਕਿ ਜੇ ਇਹ ਪਹਿਲਾਂ ਵੀ ਸੀ ਇਹ ਭੌਤਿਕਵਾਦ ਜੋਸੀ ਪ੍ਰਿੰਟਮ ਸੋਸਾਇਟੀ ਵਿੱਚ ਵੀ ਜੇ ਜਾ ਕੇ ਦੇਖੀ ਕਿ ਉੱਥੋਂ ਉੱਥੋਂ ਸ਼ੁਰੂਆਤ ਹੁੰਦੀ ਆ ਪਰ ਫਿਰ ਜਿਹੜਾ ਆਦਰਸ਼ਵਾਦ ਆ ਉਹਦੀ ਡੋਮਿਨੈਂਸ ਕਿਵੇਂ ਹੋ ਜਾਂਦੀ ਆ ਤੇ ਇਸ ਇਦਾਂ ਦੀਆਂ ਗੱਲਾਂ ਨੂੰ ਸ਼ਾਇਦ ਅਸੀਂ ਸਮਝ ਸਕੀਏ ਅੱਜ ਦੇ ਲੈਕਚਰ ਦੇ ਵਿੱਚ ਕਮਲ ਜੀ ਤੁਹਾਡਾ ਤੋਂ ਤੇ ਜਿਹੜਾ ਅਸੀਂ ਇਹ ਕਰਵਾਇਤ ਹੈ ਸਾਡੀ ਲੈਕਚਰ ਦੀ ਕਿ ਅਸੀਂ ਜਿਹੜਾ ਸਾਡਾ ਸਾਡੇ ਲੈਕਚਰ ਹੁੰਦੇ ਨੇ ਉਹਨੂੰ ਅਸੀਂ ਕਿਸੇ ਨਾ ਕਿਸੇ ਮਹਾਨ ਸ਼ਖਸੀਅਤ ਨੂੰ ਜਾਂ ਕਿਸੇ ਕਿਤਾਬ ਨੂੰ ਜਾਂ ਕਿਸੇ ਗੱਲ ਨੂੰ ਅਸੀਂ ਡੈਡੀਕੇਟ ਕਰਦੇ ਹੁੰਨੇ ਆ ਤੇ ਅੱਜ ਅਸੀਂ ਆ ਜੋ ਜਿਹੜਾ ਲੈਕਚਰ ਹੈ ਉਹ ਅਸੀਂ ਡੈਡੀਕੇਟ ਕੀਤਾ ਹੈ ਉਹ ਭਾਰਤ ਦੇ ਇੱਕ ਮਹਾਨ ਸਪੂਤ ਇਸ ਧਰਤੀ ਤੇ ਰਾਹੁਲ ਸੰਕਰਤਾਯਨ ਉਹਨਾਂ ਦੀ ਕਿਤਾਬ ਹੈ ਦਰਸ਼ਨ ਦੇਕ ਦਰਸ਼ਨ ਅਸੀਂ ਇਹ ਲੈਕਚਰ ਉਹਨਾਂ ਨੂੰ ਡੈਡੀਕੇਟ ਕੀਤਾ ਹੈ ਤੇ ਹੁਣ ਮੈਂ ਗੁਜਾਰਸ਼ ਕਰੂੰਗਾ ਸ਼੍ਰੀ ਕਮਲਜੀਤ ਸਿੰਘ ਉਹਨਾਂ ਨੂੰ ਕਿ ਉਹ ਆਪਣਾ ਮਾਈਕ ਔਨ ਕਰ ਲੈਣ ਜੋ ਜਿੰਨਾ ਟਾਈਮ ਲੈਣਾ ਚਾਹੁੰਦੇ ਆ ਸਾਨੂੰ ਸਾਨੂੰ ਇਸ ਗੱਲ ਬਾਰੇ ਦੱਸਣ ਦੇ ਲਈ ਕਮਲਜੀਤ ਜੀ ਹਾਂਜੀ ਹਾਂਜੀ ਮੈਂ ਔਨ ਕਰ ਲਿਆ ਤੁਹਾਡਾ ਮਾਈਕ ਔਨ ਕਰ ਲਓ ਹਾਂਜੀ ਠੀਕ ਹੈ ਸਰ ਸਵਾਗਤ ਹੈ ਸਰ ਵੈਲਕਮ ਜੀ ਸ਼ੁਕਰੀਆ ਹਾਂਜੀ ਪੰਜਾਬ ਦਰਸ਼ਨ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਇਸੇ ਲੈਕਚਰ ਦੀ ਸਮਝ ਲਓ ਦੂਜੀ ਕੜੀ ਦੇ ਵਿੱਚ ਇਕੱਠੇ ਹੋ ਰਹੇ ਹਾਂ ਇਸ ਗੱਲ ਵਾਸਤੇ ਫਿਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਵਧਾਈਏ ਜਿਹੜਾ ਉਪਰਾਲਾ ਲਗਾਤਾਰ ਇਕ ਗਹਿਰ ਗੰਭੀਰ ਵਿਸ਼ਿਆਂ ਦੇ ਉੱਤੇ ਲਗਾਤਾਰ ਗੱਲਬਾਤ ਲਗਾਤਾਰ ਸੰਵਾਦ ਤੇ ਸੁਹਿਰਦ ਦਰਸ਼ਕਾਂ ਦਾ ਜੁੜੇ ਹੋਣਾ ਅ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਪਿਛਲੇ ਜਿਹੜੇ ਮੈਂ ਗੱਲਬਾਤ ਪਿਛਲੀ ਵਾਰੀ ਕੀਤੀ ਸੀ ਪਿਛਲੀ ਵਾਰੀ ਅਸੀਂ ਭਾਰਤੀ ਦਰਸ਼ਨ ਬਾਰੇ ਜਦ ਗੱਲ ਕੀਤੀ ਤਾਂ ਅਸੀਂ ਮਹਿਸੂਸ ਕਰ ਰਹੇ ਸੀਗੇ ਕਿ ਬਹੁਤ ਸਾਰੇ ਹੋਰ ਦੋਸਤਾਂ ਨੇ ਵੀ ਮਹਿਸੂਸ ਕੀਤਾ ਕਿ ਅਸੀਂ ਦਰਸ਼ਨ ਦੀ ਜ਼ਿਆਦਾ ਭੌਤਿਕਵਾਦੀ ਜਿਹੜੀ ਵਿਆਖਿਆਵਾਂ ਨੇ ਭੌਤਿਕਵਾਦੀ ਵਿਚਾਰਧਾਰਾਵਾਂ ਨੇ ਅਸੀਂ ਉਹਨਾਂ ਤੇ ਹੀ ਜ਼ਿਆਦਾ ਆਪਣੇ ਆਪ ਨੂੰ ਫੋਕਸ ਕੀਤਾ ਸੀ ਲੇਕਿਨ ਐਸਾ ਜਦਕੀ ਜੋ ਆਮ ਨਜ਼ਰੀਏ ਦੇ ਮੁਤਾਬਕ ਸਮਝਿਆ ਜਾਂਦਾ ਹੈ ਕਿ ਭਾਰਤੀ ਦਰਸ਼ਨ ਉਹ ਜ਼ਿਆਦਾਤਰ ਐਸਾ ਇਹ ਸਾਨੂੰ ਸਾਰਿਆਂ ਨੂੰ ਇਹ ਧਾਰਨਾ ਹੈ ਕਿ ਉਹ ਅਧਿਆਤਮਵਾਦੀ ਹੈ ਇਸ ਤਰ੍ਹਾਂ ਸਮਝਿਆ ਜਾਂਦਾ ਹੈ ਕਿ ਅਧਿਆਤਮਵਾਦ ਹੀ ਭਾਰਤੀ ਦਰਸ਼ਨ ਦਾ ਮੂਲ ਸਰੂਪ ਹੈ ਜਾਂ ਉਹਨੂੰ ਦੂਜਾ ਸ਼ਬਦ ਜਿਹੜਾ ਬਹੁਤੀ ਵਰੀ ਵਰਤਿਆ ਜਾਂਦਾ ਉਹ ਵਿਚਾਰਵਾਦ ਹੈ ਕਿ ਵਿਚਾਰਵਾਦ ਭਾਰਤੀ ਦਰਸ਼ਨ ਦਾ ਮੂਲ ਸਰੂਪ ਹੈ ਲekin ਆਪਣੀ ਗੱਲਬਾਤ ਦੇ ਵਿੱਚ ਮੈਂ ਪਿਛਲੀ ਵਾਰੀ ਜ਼ਿਆਦਾ ਚਰਚਾ ਜਿਹੜੀ ਹੈ ਉਹ ਭੌਤਿਕਵਾਦ ਦੇ ਉੱਤੇ ਰੱਖੀ। ਉਹਦਾ ਇੱਕ ਵਿਸ਼ੇਸ਼ ਕਾਰਨ ਹੈ। ਜਿਵੇਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਭੌਤਿਕਵਾਦ ਮਨੁੱਖ ਦੀ ਕੁਦਰਤ ਦੇ ਨਾਲ ਪਹਿਲੀ ਜੋ ਉਹਦੇ ਨਾਲ ਅਲੈ ਦੇ ਹੈ ਜਾਂ ਕਿ ਇੰਟਰੈਕਸ਼ਨ ਹੈ। ਇਹ ਉਹਦੇ ਚੋਂ ਮਨੁੱਖ ਦੇ ਸਧਾਰਨ ਐਕਸਪੀਰੀਅੰਸ ਚੋਂ ਮਨਡੇਨ ਐਕਸਪੀਰੀਅੰਸ ਚੋਂ ਸਿੰਪਲ ਐਕਸਪੀਰੀਅੰਸ ਦੇ ਵਿੱਚੋਂ ਪੈਦਾ ਹੋਈ ਵਿਚਾਰਧਾਰਾ ਹੈ। ਇਸ ਵਿਚਾਰਧਾਰਾ ਦਾ ਆਧਾਰ ਜਿਹੜਾ ਹੈਗਾ ਉਹ ਮਨੁੱਖ ਦੀ ਜਿਹੜੀ ਕੁਦਰਤ ਦੇ ਨਾਲ ਸਿੱਧੀ ਵਟਾਂਦਰਾ ਹੈ ਵਟਾਂਦਰਾ ਮਤਲਬ ਉਸ ਦਾ ਸਿੱਧਾ ਇੰਟਰੈਕਸ਼ਨ ਹੈ ਇਹ ਉਹਦਾ ਨਤੀਜਾ ਹੈ ਸੋ ਅਸੀਂ ਇਹ ਸਮਝਦੇ ਹਾਂ ਕਿ ਇਹੀ ਕਾਰਨ ਹੈ ਕਿ ਇਹ ਭੌਤਿਕਵਾਦੀ ਹੈ ਕਿਉਂਕਿ ਮਨੁੱਖ ਦੀ ਜਿਹੜੀ ਇੰਟਰੈਕਸ਼ਨ ਹੈ ਕੁਦਰਤ ਦੇ ਨਾਲ ਕੁਦਰਤ ਵੱਲੋਂ ਮਨੁੱਖ ਦੇ ਉੱਤੇ ਕੀਤੀ ਗਈ ਕੋਈ ਵੀ ਐਕਟੀਵਿਟੀ ਜਿਵੇਂ ਕਿ ਕੋਈ ਕੁਦਰਤੀ ਕਹਿ ਲੋ ਕਰੋਪੀ ਵੀ ਹੋ ਸਕਦੀ ਹੈ ਜਾਂ ਬਹੁਤ ਸਿੰਪਲ ਰੋਜ਼ਮਰਦੀਆਂ ਸਰਦੀ ਲਗਣੀ ਗਰਮੀ ਲਗਣੀ ਵਰਗੀਆਂ ਚੀਜ਼ਾਂ ਤੇ ਉਹ ਸਾਰੀ ਕਿਉਂਕਿ ਐਕਟੀਵਿਟੀ ਪੌਤਿਕ ਹੈ ਇਸ ਕਰਕੇ ਉਹਦੇ ਨਤੀਜੇ ਵਜੋਂ ਜੋ ਮਨੁੱਖ ਦਾ ਕਹ ਲਈਏ ਮਾਈਂਡ ਸੈਟ ਪੈਦਾ ਹੁੰਦਾ ਉਸ ਦੇ ਵਿੱਚੋਂ ਉਹ ਵੀ ਆਪਣੇ ਆਪ ਦੇ ਵਿੱਚ ਉਹਦਾ ਉਹਦੀਆਂ ਜੜਾਂ ਜਿਹੜੀਆਂ ਨੇ ਮੂਲ ਰੂਪ ਦੇ ਵਿੱਚ ਪੌਤਿਕਵਾਦੀ ਰਹਿੰਦੀਆਂ ਨੇ ਇਸੇ ਕਰਕੇ ਉਹਦੀ ਜਿਹੜਾ ਸਟਾਰਟਿੰਗ ਪੁਆਇੰਟ ਹੈ ਇਨੀਸ਼ੀਅਲ ਇਨੀਸ਼ੀਅਲ ਪੁਆਇੰਟ ਹੈ ਜਿੱਥੋਂ ਉਹ ਸ਼ੁਰੂ ਕਰਦਾ ਜਿਸ ਜਿੰਨਾ ਚੀਜ਼ਾਂ ਨੂੰ ਉਹ ਗਿਵਨ ਮੰਨਦਾ ਹੈ ਉਹ ਇੱਕ ਭੌਤਿਕ ਐਕਸਪੀਰੀਅੰਸ ਹੈ ਲੇਕਿਨ ਐਸਾ ਵੀ ਨਹੀਂ ਹੈ ਕਿ ਇਹ ਹੋਈ ਮਤਲਬ ਕੋਈ ਐਸਾ ਦੌਰ ਰਿਹਾ ਹੋਵੇ ਜਦੋਂ ਮਤਲਬ ਜਦੋਂ ਫਲਸਫੇ ਨੇ ਫਲਸਫੇ ਦਾ ਰੂਪ ਲੈ ਲਿਆ ਕਿਉਂਕਿ ਸਭ ਤੋਂ ਪਹਿਲਾਂ ਸ਼ੁਰੂ ਦੇ ਵਿੱਚ ਮਨੁੱਖ ਦਾ ਹਰ ਜਿਹੜੀ ਕੁਦਰਤ ਦੇ ਨਾਲ ਇੰਟਰੈਕਸ਼ਨ ਉਹ ਆਪਣੇ ਆਪ ਦੇ ਵਿੱਚ ਕੋਈ ਫਲਸਫੀ ਜਨਰੇਟ ਨਹੀਂ ਕਰ ਦਿੰਦੀ ਫਿਲੋਸਫੀ ਦੇ ਲੈਵਲ ਤੱਕ ਪਹੁੰਚਣ ਤੋਂ ਪਹਿਲਾਂ ਮਨੁੱਖ ਦਾ ਬਹੁਤ ਸਾਰਾ ਵਿਕਾਸ ਜਿਹੜਾ ਹੈਗਾ ਉਹਨੂੰ ਅਸੀਂ ਪ੍ਰੀਜ਼ਿਊਮ ਕਰ ਲੈਂਦੇ ਆ ਕਿ ਬਹੁਤ ਸਾਰਾ ਵਿਕਾਸ ਹੋ ਚੁੱਕਿਆ ਹੈ ਤੇ ਉਸ ਦੀ ਜਿਹੜੀ ਆਮ ਸਧਾਰਨ ਵਿਚਾਰਧਾਰਾ ਹੈ ਉਹ ਬਕਾਇਦਾ ਫਰੇਮਵਰਕ ਦੇ ਵਿੱਚ ਕੰਸਟਰਕਟ ਹੋ ਚੁੱਕੀ ਹੈ ਤੇ ਜਿਵੇਂ ਉਹ ਫਰੇਮਵਰਕ ਦੇ ਵਿੱਚ ਕੰਸਟਰਕਟ ਹੁੰਦੀ ਹੈ ਤਿਵੇਂ ਹੀ ਅਸੀਂ ਕਹਿ ਸਕਦੇ ਹਾਂ ਕਿ ਉਹ ਉਸ ਦਾ ਕੋਈ ਫਲਸਫਾਨਾ ਫਰੇਮਵਰਕ ਹੈ ਉਹ ਫਲਸਫਾਨਾ ਹੈ ਸੋ ਉਸ ਫਲਸਫਾਨਾ ਫਰੇਮਵਰਕ ਦੇ ਵਿੱਚ ਜਿਹੜੀ ਵਿਚਾਰ ਸ਼੍ਰੰਖਲਾ ਉਹ ਆਪਣੇ ਆਪ ਦੇ ਵਿੱਚ ਇਮੀਡੀਏਟਲੀ ਪੈਦਾ ਹੁੰਦੀ ਸਾਰੀ ਉਹ ਦੋ ਰੂਪਾਂ ਦੇ ਵਿੱਚ ਹੀ ਪੈਦਾ ਹੁੰਦੀ ਹੈ ਕਿ ਪਹਿਲਾ ਜਿਹੜਾ ਉਸ ਦਾ ਐਕਸਪੀਰੀਅੰਸ ਹੈ ਦੁਨੀਆ ਦੇ ਨਾਲ ਉਹ ਪੌਤਿਕ ਹੈ ਉਸ ਐਕਸਪੀਰੀਅੰਸ ਦੇ ਵਿੱਚੋਂ ਉਸ ਦਾ ਸਿੰਪਲ ਆਈਡੀਆ ਜਿਹੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਉਸ ਪੌਤਿਕ ਐਕਸਪੀਰੀਅੰਸ ਨੂੰ 기ਵਨ ਮੰਨ ਕੇ ਐਜ਼ ਅ ਪ੍ਰਾਇਮਰੀ 기ਵਨ ਸਰਕਮਸਟੈਂਸ ਉਹ ਮੰਨ ਕੇ ਉਹ ਆਪਣੇ ਵਿਚਾਰ ਪੈਦਾ ਕਰ ਰਿਹਾ ਹੈ ਲੇਕਿਨ ਜਿਵੇਂ ਇਹ ਵਿਚਾਰ ਦੇ ਪੱਧਰ ਤੇ ਉੱਤੇ ਆਂਦਾ ਹੈ ਤਾਂ ਇਹ ਸਪਸ਼ਟ ਹੈ ਕਿ ਉਹ ਕੱਲਾ ਪੌਤਿਕ ਵਦੀ ਨਹੀਂ ਹੋ ਸਕਦਾ ਨਾਲ ਦੀ ਨਾਲ ਹੀ ਉਸ ਪੌਤਿਕਤਾ ਨੂੰ ਰੱਦ ਕਰਨ ਦਾ ਵਿਚਾਰ ਵੀ ਇਕੱਠੇ ਇਹ ਦੋਨੋਂ ਵਿਚਾਰ ਜਿਹੜੇ ਨੇ ਸਾਈਮਲਟੇਨੀਅਸਲੀ ਇਹ ਪੈਦਾ ਹੁੰਦੇ ਨੇ ਸੋ ਪੌਤਿਕ ਐਕਸਪੀਰੀਅੰਸ ਮੂਲ ਹੈ ਲੇਕਿਨ ਉਸ ਐਕਸਪੀਰੀਅੰਸ ਦੇ ਉੱਤੇ ਦੋ ਰਿਸਪੌਂਸ ਨੇ ਇੱਕ ਰਿਸਪੌਂਸ ਹੈ ਕਿ ਉਸ ਐਕਸਪੀਰੀਅੰਸ ਨੂੰ ਗਿਵਨ ਮੰਨ ਕੇ ਉਹਦੇ ਆਧਾਰ ਦੇ ਉੱਤੇ ਫਲਸਫਾਨਾ اپنی ਜਿਹੜੀ ਵਿਚਾਰ ਸ਼੍ਰंखला ਹੈ ਉਹਨੂੰ ਅੱਗੇ ਵਧਾਉਂਦੇ ਚਲੇ ਜਾਣਾ ਤੇ ਉਸਨੂੰ ਲੌਜੀਕਲੀ ਫਾਲੋ ਕਰਨਾ ਦੂਜਾ ਤਰੀਕਾ ਵੀ ਉਨਾ ਹੀ ਨੇਚਰਲ ਹੈ ਉਹ ਹੈ ਕਿ ਉਸ ਐਕਸਪੀਰੀਅੰਸ ਨੂੰ ਬੁਨਿਆਦੀ ਸਰੂਪ ਨੂੰ ਹੀ ਰੱਦ ਕਰਨਾ ਕਿ ਐਕਸਪੀਰੀਅੰਸ ਹੈ ਹੀ ਸਹੀ ਨਹੀਂ ਹੈ ਇਹ ਐਕਸਪੀਰੀਅੰਸ ਮੂਲ ਰੂਪ ਦੇ ਵਿੱਚ ਸੱਚ ਨਹੀਂ ਹੈ ਸੋ ਇਹ ਦੋਨੋਂ ਹੀ ਰਿਸਪੌਂਸ ਨੇ ਉਸਨੂੰ ਐਕਸੈਪਟ ਕਰਨਾ ਤੇ ਉਸਨੂੰ ਰਿਜੈਕਟ ਕਰਨਾ ਸੋ ਅੱਜ ਜਦੋਂ ਅਸੀਂ ਵਿਚਾਰਵਾਦ ਬਾਰੇ ਭਾਰਤੀ ਵਿਚਾਰਵਾਦ ਬਾਰੇ ਗੱਲ ਕਰ ਰਹੇ ਹਾਂ ਤਾਂ ਇਹ ਉਹ ਵਿਚਾਰ ਸ਼੍ਰੇਨਖਲਾ ਵਿਚਾਰਧਾਰਾ ਹੈ ਜਿਹੜੀ ਐਕਸਪੀਰੀਅੰਸ ਨੂੰ ਰੱਦ ਕਰਨ ਦੇ ਵਿੱਚ ਹੈ ਜਿਹੜੇ ਭੌਤਿਕ ਜਿਹੜੇ ਮਨੁੱਖੀ ਤਜਰਬੇ ਨੇ ਉਹਨਾਂ ਨੂੰ ਰੱਦ ਕਰਨ ਦੇ ਤਜਰਬੇ ਨੇ ਹੁਣ ਜਦੋਂ ਰੱਦ ਕਰਨ ਦੀ ਗੱਲ ਆਂਦੀ ਹੈ ਕਿਵੇਂ ਕਿਵੇਂ ਰੱਦ ਕੀਤਾ ਜਾ ਸਕਦਾ ਹੈ ਸੋ ਇਸ ਨੂੰ ਬਹੁਤ ਤਰੀਕਿਆਂ ਨਾਲ ਰੱਦ ਕਰਨ ਦੀ ਸਭ ਤੋਂ ਪਹਿਲੀਆਂ ਜਿਹੜੀਆਂ ਕੋਸ਼ਿਸ਼ਾਂ ਸਾਡੇ ਨੌਲੇਜ ਦੇ ਵਿੱਚ ਨੇ ਉਹ ਉਪਨਿਸ਼ਦਾਂ ਦੀਆਂ ਹਨ ਉਪਨਿਸ਼ਦਾਂ ਦੇ ਵਿੱਚ ਐਸਾ ਤਾਂ ਨਹੀਂ ਕਹਿ ਸਕਦੇ ਕਿ ਉਪਨਿਸ਼ਦਾਂ ਚ ਸਿਰਫ ਇਹਨਾਂ ਨੂੰ ਰੱਦ ਹੀ ਕੀਤਾ ਗਿਆ ਲੇਕਿਨ ਉਪਨਿਸ਼ਦਾਂ ਦੇ ਬਹੁਤ ਵੱਡੇ ਹਿੱਸੇ ਦੇ ਵਿੱਚ ਬਹੁਤ ਪ੍ਰੋਮਿਨੈਂਟਲੀ ਇਸ ਜਿਹੜੀ ਮਨੁੱਖ ਦੀ ਭੌਤਿਕ ਹਕੀਕਤ ਹੈ ਇਹਨੂੰ ਵਸਤਵਿਕ ਨਹੀਂ ਮੰਨਿਆ ਗਿਆ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਭੌਤਿਕਤਾ ਹੈ ਸਾਡੇ ਐਕਸਪੀਰੀਅੰਸ ਦੀ ਇਹ ਸ਼ਾਇਦ ਸੱਚ ਨਹੀਂ ਹੈ ਸੱਚ ਇਸ ਤੋਂ ਇਲਾਵਾ ਕੁਝ ਹੋਰ ਹੈ ਸੋ ਉਹ ਜੋ ਕੁਝ ਹੋਰ ਹੈ ਉਹਦਾ ਸਭ ਤੋਂ ਪ੍ਰਾਇਮਰੀ ਪੁਆਇੰਟ ਜਿਹੜਾ ਹੈਗਾ ਉਹ ਸੀ ਕਿ ਜੀਵਤ ਪਦਾਰਥ ਤੇ ਮ੍ਰਿਤ ਪਦਾਰਥ ਇਹਨਾਂ ਦੇ ਵਿੱਚ ਦੀ ਡਿਵੀਜ਼ਨ ਜਿਹੜੀ ਹੈਗੀ ਉਹ ਕਿੱਥੇ ਹੈ ਕਿਵੇਂ ਵਖਰੇਆਓਗੇ ਤੁਸੀਂ ਕਿ ਇਹ ਪਦਾਰਥ ਜੀਵਤ ਹੈ ਇਹ ਪਦਾਰਥ ਮ੍ਰਿਤ ਹੈ ਮੁਰਦਾ ਪਦਾਰਥ ਹੈ ਸੋ ਇਹ ਗੱਲ ਵਿਚਾਰਵਾਦੀਆਂ ਦੇ ਕਾੜਤ ਸੀ ਜਾਂ ਕਹਿ ਲਓ ਉਹਨਾਂ ਦਾ ਇਹ ਪ੍ਰਪੋਜ਼ਲ ਸੀ ਕਿ ਮੁਰਦਾ ਪਦਾਰਥ ਦੇ ਵਿੱਚ ਕੋਈ ਐਸੀ ਚੀਜ਼ ਦਾ ਐਂਟਰ ਕਰ ਜਾਣਾ ਕਿਸੇ ਐਸੀ ਚੇਤਨਾ ਦਾ ਐਂਟਰ ਕਰ ਜਾਣਾ ਉਸ ਨੂੰ ਜਿੰਦਾ ਕਰ ਦਿੰਦਾ ਹੈ ਤੇ ਉਹ ਜਿਹੜੀ ਚੇਤਨ ਹੈ ਉਹੀ ਮੂਲ ਹੈ ਉਹੀ ਵਸਤਵਿਕਤਾ ਹੈ ਸੋ ਚੇਤਨਾ ਤੇ ਵਸਤਵਿਕਤਾ ਇਹਨੂੰ ਉਹਨਾਂ ਨੇ ਇਕਮਿਕ ਕਰ ਲਿਆ ਸੋ ਉਹਨਾਂ ਨੇ ਕਿਹਾ ਚੇਤਨਾ ਹੀ ਵਸਤਵਿਕ ਹੈ ਸੋ ਉਹ ਚੇਤਨਾ ਕੀ ਹੈ ਸੋ ਉਹਦੇ ਕਈ ਸਾਰੇ ਨਾਮ ਨੇ ਭਾਰਤੀ ਦਰਸ਼ਨ ਦੇ ਵਿੱਚ ਉਸਦਾ ਇਹ ਸਭ ਤੋਂ ਪੌਪੂਲਰ ਨਾਮ ਬ੍ਰह्म ਹੈ ਸੋ ਬ੍ਰह्म ਜਿਹੜਾ ਹੈ ਉਹ ਸ਼ੁੱਧ ਚੇਤਨਾ ਹੈ ਸ਼ੁੱਧ ਚੇਤਨਾ ਮਤਲਬ ਉਨੂੰ ਆਪਦੀ ਹੋਂਦ ਵਿਅਕਤ ਕਰਨ ਵਾਸਤੇ ਕਿਸੇ ਪਦਾਰਥ ਦੀ ਜ਼ਰੂਰਤ ਨਹੀਂ ਉਹ ਕਿਸੇ ਵੀ ਪਦਾਰਥਕ ਹਾਲਤਾਂ ਤੋਂ ਇੰਡੀਪੈਂਡੈਂਟਲੀ ਐਗਜ਼ਿਸਟ ਕਰ ਸਕਦਾ ਹੈ ਸੋ ਇਹਨੇ ਬਹੁਤ ਸਾਰੇ ਰੂਪ ਨੇ ਜਿਨ੍ਹਾਂ ਦੇ ਵਿੱਚ ਇਹਨੂੰ ਭਾਰਤੀ ਦਰਸ਼ਨ ਦੇ ਵਿੱਚ ਵਿਅਕਤ ਕੀਤੀ ਗਈ ਏ ਇਸੇ ਗੱਲ ਨੂੰ ਉਹਦੇ ਪ੍ਰਮੁੱਖ ਆਪਾਂ ਕਹ ਲਈਏ ਵੀ 3 ਪੰਤਰੇ ਪ੍ਰਮੁੱਖ ਨੇ ਸਭ ਤੋਂ ਪਹਿਲਾ ਪੰਤਰਾ ਸੀ ਕਿ ਜਿਹੜਾ ਸਾਡਾ ਭੌਤਿਕ ਜਗਤ ਦੇ ਨਾਲ ਵਾਅ ਵਸਤਾ ਹੈ ਸਭ ਤੋਂ ਪਹਿਲਾਂ ਉਸ ਨੂੰ ਕੁਐਸਚਨ ਕਰਨਾ ਉਹ ਕਹਿੰਦੇ ਕਿ ਤੁਸੀਂ ਸਮਝਦੇ ਹੋ ਕਿ ਤੁਸੀਂ ਚੀਜ਼ਾਂ ਨੂੰ ਦੇਖਦੇ ਹੋ ਸੁਣਦੇ ਹੋ ਚਖਦੇ ਹੋ স্মੈਲ ਉਹਨਾਂ ਦੀ ਦੇਖ ਸਕਦੇ ਹੋ ਸੁੰਘ ਸਕਦੇ ਹੋ ਉਹਨਾਂ ਨੂੰ ਤੇ ਉਹਨਾਂ ਨੂੰ ਛੂ ਸਕਦੇ ਹੋ ਸਪਰਸ਼ ਕਰ ਸਕਦੇ ਹੋ ਸਿਰਫ ਇਹਦੇ ਆਧਾਰ ਦੇ ਉੱਤੇ ਤੁਸੀਂ ਮੰਨ ਲੈਂਦੇ ਹੋ ਕਿ ਉਹ ਚੀਜ਼ਾਂ ਜਿਹੜੀਆਂ ਨੇ ਉਹ ਵਸਤਵਿਕ ਨੇ ਉਹ ਹਕੀਕਤ ਦੇ ਵਿੱਚ ਐਗਜ਼ਿਸਟ ਕਰਦੀਆਂ ਨੇ ਲੇਕਿਨ ਉਹ ਕਹਿੰਦੇ ਕਿ ਅਸਲ ਦੇ ਵਿੱਚ ਤੁਸੀਂ ਚੀਜ਼ਾਂ ਨੂੰ ਐਕਸਪੀਰੀਅੰਸ ਨਹੀਂ ਕਰਦੇ ਤੁਸੀਂ ਆਪਣੇ ਹੀ ਐਕਸਪੀਰੀਅੰਸ ਨੂੰ ਹੀ ਜਾਣਦੇ ਹੋ ਮਤਲਬ ਇਹ ਕਿ ਬੜੀ ਸਿੰਪਲ ਜੀ ਗੱਲ ਹੈ ਇਹ ਸੁਣਨ ਨੂੰ ਬੜੀ ਗੁੰਝਲਦਾਰ ਲੱਗੇਗੀ ਤੁਹਾਨੂੰ ਕਿ ਮੰਨ ਲਓ ਮੇਰੇ ਸਾਹਮਣੇ ਇੱਕ ਸੇਬ ਪਿਆ ਤਾਂ ਮੈਂ ਅਸਲ ਦੇ ਵਿੱਚ ਸੇਬ ਤੋਂ ਆਉਣ ਵਾਲੇ ਲਾਲ ਰੰਗ ਦੇ ਪ੍ਰਕਾਸ਼ ਨੂੰ ਦੇਖ ਰਿਹਾ ਤੇ ਜੇ ਮੈਨੂੰ ਕੋਈ ਸੁਗੰਧੀ ਉਸ ਦੇ ਵਿੱਚੋਂ ਸੇਬ ਦੀ ਸੁਗੰਧੀ ਆਦੀ ਹੈ ਤਾਂ ਕੁੱਲ ਮਿਲਾ ਕੇ ਮੈਂ ਆਪਣੇ ਕਹਿ ਲਓ ਜਿਹੜੇ ਸੁੰਘਣ ਵਾਲੇ ਆਰਗਨਜ਼ ਨੇ ਉਹਨਾਂ ਦੇ ਕਿਸੇ ਐਕਸਪੀਰੀਅੰਸ ਨੂੰ ਹੀ ਮੇਰਾ ਮਨ ਜਾਣ ਰਿਹਾ ਸੋ ਇਸੇ ਤਰੀਕੇ ਨਾਲ ਜੇ ਮੈਂ ਉਸ ਨੂੰ ਸਪਰਸ਼ ਕਰਨ ਦੀ ਕੋਸ਼ਿਸ਼ ਕਰਦਾ ਤਾਂ ਬੇਸਿਕਲੀ ਮੇਰੇ ਹੱਥਾਂ ਤੋਂ ਆਉਣ ਵਾਲੇ ਜਿਹੜੇ ਐਕਸਪੀਰੀਅנס ਹੈ ਮੈਨੂੰ ਮੈਂ ਮੇਰਾ ਮਨ ਸਿਰਫ ਉਹਨਾਂ ਐਕਸਪੀਰੀਅੰਸਸ ਨੂੰ ਮਤਲਬ ਉਹ ਕਿਸੇ ਪਦਾਰਥ ਨੂੰ ਨਹੀਂ ਜਾਣ ਰਿਹਾ ਉਹ ਉਸ ਤੋਂ ਆਉਣ ਵਾਲੇ ਜਿਹੜੇ ਐਕਸਪੀਰੀਅੰਸ ਨੇ ਉਸ ਨੂੰ ਜਾਣ ਰਿਹਾ ਸੋ ਇਹ ਕਹਿ ਕੇ ਵਿਚਾਰਵਾਦੀਆਂ ਦੀ ਇੱਕ ਕੋਸ਼ਿਸ਼ ਜਿਹੜੀ ਪੋਜੀਸ਼ਨ ਸੀ ਉਹ ਸੀ ਕਿ ਬੇਸਿਕਲੀ ਆਬਜੈਕਟ ਐਗਜ਼ਿਸਟ ਕਰਦੀ ਹੈ ਕਿ ਨਹੀਂ ਇਹ ਅਸੀਂ ਕਦੀ ਵੀ ਨਹੀਂ ਜਾਣ ਸਕਾਂਗੇ ਅਸੀਂ ਸਿਰਫ ਉਸ ਐਕਸ ਆਬਜੈਕਟ ਤੋਂ ਪੈਦਾ ਹੋਣ ਵਾਲੇ ਐਕਸਪੀਰੀਅੰਸ ਨੂੰ ਜਾਣਦੇ ਹਾਂ ਤੇ ਐਕਸਪੀਰੀਅੰਸ ਨੂੰ ਜਾਣਨ ਦਾ ਸਾਡਾ ਜਿਹੜਾ ਸਾਧਨ ਹੈ ਉਹ ਸਾਡਾ ਮਨ ਹੈ ਉਹ ਸਾਡੀ ਚੇਤਨਾ ਹੈ ਸੋ ਚੇਤਨਾ ਕਰਕੇ ਅਸੀਂ ਆਪਣੀ ਚੇਤਨਾ ਰਾਹੀਂ ਐਕਸਪੀਰੀਅੰਸ ਨੂੰ ਜਾਣਦੇ ਹਾਂ ਤੇ ਉਹ ਐਕਸਪੀਰੀਅੰਸ ਕਿਸੇ ਚੀਜ਼ ਦੇ ਹੋਣ ਦੀ ਆਪਣੇ ਆਪ ਦੇ ਵਿੱਚ ਪਰੂਫ ਨਹੀਂ ਹੈ ਆਇਡੈਂਟੀਟੀ ਉਹਦੀ ਇੱਕ 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 ਚੀਜ਼ ਨਹੀਂ ਹੈ ਅਸੀਂ ਸਿਰਫ ਐਕਸਪੀਰੀਅੰਸ ਨੂੰ ਜਾਣਦੇ ਹਾਂ ਜਿਹੜੀ ਉਸ ਤੋਂ ਆਉਣ ਵਾਲੀ ਸਮੈਲ ਹੈ ਉਸ ਨੂੰ ਜਾਣਦੇ ਹਾਂ ਉਸ ਤੋਂ ਆਉਣ ਵਾਲੇ ਪ੍ਰਕਾਸ਼ ਨੂੰ ਅਸੀਂ ਦੇਖਦੇ ਹਾਂ ਉਸ ਤੋਂ ਹੋਣ ਵਾਲੀ ਜਿਹੜੀ ਉਸਦੀ ਸਮੂਥਨੈਸ ਹੈ ਉਹਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਆਪਣੀ ਸਕਿਨ ਦੇ ਨਾਲ ਲੇਕਿਨ ਅਸੀਂ ਐਕਚੁਅਲੀ ਇਸ ਗੱਲ ਦਾ ਕਦੀ ਪ੍ਰੂਫਤਾ ਨਹੀਂ ਕਰ ਸਕਦੇ ਕਿ ਉਹ ਚੀਜ਼ ਐਗਜ਼ਿਸਟ ਕਰਦੀ ਹੈ ਅਸੀਂ ਸਿਰਫ ਐਕਸਪੀਰੀਅੰਸ ਦੇ ਐਗਜ਼ਿਸਟ ਕਰਨ ਦਾ ਹੀ ਪ੍ਰੂਫ ਜਾਣਦੇ ਹਾਂ ਕਿ ਉਸ ਤੋਂ ਪੈਦਾ ਹੋਣ ਵਾਲਾ ਜਿਹੜਾ ਸਾਡਾ ਅਹਿਸਾਸ ਹੈ ਅਸੀਂ ਸਿਰਫ ਉਸ ਅਹਿਸਾਸ ਨੂੰ ਹੀ ਜਾਣਦੇ ਹਾਂ ਸੋ ਅਹਿਸਾਸ ਤੋਂ ਇਸ ਗੱਲ ਦੀ ਅਨੁਮਾਨ ਕਰ ਲੈਣਾ ਕਿ ਜਿਸ ਚੀਜ਼ ਤੋਂ ਇਹ ਅਹਿਸਾਸ ਪੈਦਾ ਹੋ ਰਿਹਾ ਉਹ ਚੀਜ਼ ਵਾਸਤਵਿਕ ਹੈ ਇਹ ਸਹੀ ਨਹੀਂ ਹੈ ਇਹ ਕੁਐਸਚਨੇਬਲ ਹੈ ਸੋ ਵਿਚਾਰਵਤ ਦੀਆਂ ਦਾ ਇਹ ਪ੍ਰਮੁੱਖ ਪ੍ਰੈਮਾਈਸ ਹੈ ਦੂਜਾ ਉਹਨਾਂ ਨੇ ਪ੍ਰਮੁੱਖ ਪ੍ਰੈਮਾਈਸ ਪ੍ਰਮਾਈਸ ਦਿੱਤਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੀ ਅਸੀਂ ਇਹਨਾਂ ਨੂੰ ਆਪਣੇ ਗਿਆਨ ਦੇ ਸਰੋਤਾਂ ਰਹੀ ਜਿਵੇਂ ਮਤਲਬ ਅੱਖਾਂ ਰਾਹੀਂ ਅਸੀਂ ਦੇਖਦੇ ਹਾਂ ਤੋ ਉਹਨਾਂ ਨੇ ਐਸੀ-ਐਸੀ ਚੀਜ਼ਾਂ ਉਦਾਹਰਣ ਵਜੋਂ ਲਿਆਂਦੀਆਂ ਜਿੱਥੇ ਸਾਡੀਆਂ ਅੱਖਾਂ ਸਾਨੂੰ ਧੁੱਖਾ ਦੇ ਦਿੰਦੀਆਂ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਸਾਹਮਣੇ ਰੱਸੀ ਪਈ ਹੋਵੇ ਤੇ ਤੁਹਾਨੂੰ ਸੱਪ ਨਜ਼ਰ ਆ ਜਾਂਦਾ ਹੈ ਜਾਂ ਸਾਹਮਣੇ ਸੱਪ ਹੋਵੇ ਤਾਂ ਤੁਹਾਨੂੰ ਰੱਸੀ ਦਾ ਪ੍ਰਲਖਾ ਪੈ ਜਾਂਦਾ ਹੈ ਤਾਂ ਇੱਥੇ ਉਹ ਕਹਿੰਦੇ ਆ ਕਿ ਇਹਦਾ ਮਤਲਬ ਇਹ ਪ੍ਰੋਸੇਯੋਗ ਨਹੀਂ ਸੋ ਤੁਹਾਡੇ ਐਕਸਪੀਰੀਅੰਸ ਦੇ ਜਿਹੜੇ ਸੋਰਸ ਨੇ ਉਹ ਪ੍ਰੋਸੇਯੋਗ ਨਹੀਂ ਤੁਸੀਂ ਜਿਸ ਨੂੰ ਜਾਣਦੇ ਹੋ ਉਹ ਸਿਰਫ ਐਕਸਪੀਰੀਅੰਸ ਹੀ ਹੈ ਐਕਸਪੀਰੀਅੰਸ ਦਾ ਸੋਰਸ ਪ੍ਰੋਸੇਯੋਗ ਨਹੀਂ ਤੋ ਉਹਨਾਂ ਨੇ ਇਸ ਨੂੰ ਸੈਕੰਡ ਸਟੇਜ ਤੇ ਲੈ ਜਾਂਦਾ ਹਕੀਕਤ ਦੁਨੀਆ ਦੀ ਹਕੀਕਤ ਨੂੰ ਡਾਊਟ ਕਰਨ ਦੀ ਇਹ ਸੈਕੰਡ ਸਟੇਜ ਉਹਨਾਂ ਨੇ ਐਗਜ਼ਿਸਟ ਪਹੁੰਚ ਗਏ ਇਸ ਤੱਕ ਦੂਜਾ ਇਸ ਤੋਂ ਅਗਲਾ ਸੀਗਾ ਕਿ ਜਿਹੜੀਆਂ ਚੀਜ਼ਾਂ ਨੇ ਫਿਰ ਉਹ ਹੈ ਕੀ ਮਤਲਬ ਤੁਹਾਨੂੰ ਜਿਸ ਜਿਸ ਨੂੰ ਤੁਸੀਂ ਹਕੀਕਤ ਸਮਝ ਰਹੇ ਹੋ ਜੇ ਉਹ ਹਕੀਕਤ ਨਹੀਂ ਹੈ ਤਾਂ ਫਿਰ ਹਕੀਕਤ ਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਹਕੀਕਤ ਉਹ ਸੰਕਲਪ ਹੈ ਜਿਹੜਾ ਚੀਜ਼ਾਂ ਦਾ ਵਿਚਾਰ ਹੈ ਉਦਾਰਨ ਵਜੋਂ ਸੇਵ ਹਕੀਕਤ ਚ ਹੈ ਕਿ ਨਹੀਂ ਹੈ ਤੁਸੀਂ ਕਦੀ ਨਹੀਂ ਜਾਣ ਸਕਦੇ ਲੇਕਿਨ ਸੇਵ ਦਾ ਇੱਕ ਸੰਕਲਪ ਹੈ ਜੋ ਤੁਹਾਡੇ ਮਨ ਦੇ ਵਿੱਚ ਉਦੋਂ ਵੀ ਹੋ ਸਕਦਾ ਜਦੋਂ ਸੇਵ ਨਾ ਹੋਵੇ ਸੋ ਤੁਸੀਂ ਉਸ ਸੰਕਲਪ ਨੂੰ ਜਾਣਦੇ ਹੋ ਸੋ ਤੀਜੀ ਸਟੇਜ ਜਿਹੜੀ ਹੈਗੀ ਆ ਉਹਨਾਂ ਨੇ ਦੁਨੀਆ ਦੀ ਹਕੀਕਤ ਨੂੰ ਕਿਸ ਤਰੀਕੇ ਨਾਲ ਮਤਲਬ ਆਪਣੇ ਸਾਹਮਣੇ ਪੇਸ਼ ਕੀਤਾ ਕਿ ਬੇਸਿਕਲੀ ਤੁਸੀਂ ਜਿਹੜਾ ਸੰਕਲਪ ਹੈ ਜੋ ਕਿ ਪਿਓਰਲੀ ਇੱਕ ਐਬਸਟ੍ਰੈਕਟ ਵਿਚਾਰ ਹੈ ਸੋ ਤੁਸੀਂ ਬੇਸਿਕਲੀ ਉਸ ਸੰਕਲਪ ਦੇ ਰਹੀ ਹੀ ਕਿਸੇ ਚੀਜ਼ ਦਾ ਨਾਮਕਰਨ ਕਰ ਦਨੇ ਉਹ ਉਸ ਚੀਜ਼ ਨੂੰ ਨਾਮ ਰੂਪ ਦੇ ਦਨੇ ਸੋ ਇਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਦੁਨੀਆ ਦੀ ਹਕੀਕਤ ਜਿਹਨੂੰ ਤੁਸੀਂ ਬਹੁਤ ਹੀ ਥੋਸ ਤੇ ਸ਼ੁੱਧ ਤੇ ਅਨਕਵੈਸਚਨੇਬਲ ਬਨ ਰਹੇ ਹੋ ਉਹ ਅਸਲ ਦੇ ਵਿੱਚ ਉਹ ਤੁਹਾਡੀ ਆ ਤਿੰਨ ਸਟੇਜਸ ਦੇ ਵਿੱਚੋਂ ਲੰਘ ਕੇ ਉਹ ਡਾਊਟਫੁਲ ਹੋ ਜਾਂਦੀ ਹੈ ਸੋ ਇਹ ਜਿਹੜੀ ਉਹਨਾਂ ਦਾ ਆਈਡੀਆ ਸੀ ਇਹਦੇ ਨਾਲ ਅਸੀਂ ਸਮਝਦੇ ਹਾਂ ਕਿ ਜਿਹੜਾ ਵਿਚਾਰਵਾਦ ਹੈ ਉਹਦਾ ਬੇਸਿਸ ਜਿਹੜਾ ਹੈ ਉਹ ਸਥਾਪਿਤ ਹੋਇਆ ਤੇ ਵਿਚਾਰਵਾਦ ਦੀਆਂ ਬਹੁਤ ਸਾਰੀਆਂ ਧਾਰਨਾਵਾਂ ਰਹੀਆਂ ਬਹੁਤ ਸਾਰੀਆਂ ਧਰਾਵਾਂ ਵਕ ਵਕ ਰੂਪਾਂ ਦੇ ਵਿੱਚ ਵਿਚਾਰਵਾਦ ਸ਼ੁਰੂ ਦੇ ਵਿੱਚ ਉਪਨਿਸ਼ਦ ਜਿਹੜੇ ਨੇ ਉਹੀ ਇਸ ਦਾ ਪ੍ਰਮੁੱਖ ਜਿਹੜਾ ਹੈ ਸੋਰਸ ਮੰਨੇ ਜਾਂਦੇ ਸੀ ਤੇ ਉਪਨਿਸ਼ਦਿਕ ਜਿਹੜੇ ਰਿਸ਼ੀ ਨੇ ਯਾਗਵਲਕਰ ਰਿਸ਼ੀ ਹੋਏ ਨੇ ਹੋਰ ਹੋਰ ਨੇ ਉਹ ਸਾਰੇ ਵਿਚਾਰਵਾਦ ਦੇ ਸਵਾਲ ਦੇ ਉੱਤੇ ਜਿਹੜੇ ਆਪਣੇ ਮੌਕੇ ਦੇ ਜਿਹੜੇ ਭੌਤਿਕਵਾਦੀ ਉਹਨਾਂ ਦੇ ਪ੍ਰਤੀਦਵੰਦੀ ਸੀ ਉਹਨਾਂ ਦੇ ਨਾਲ ਟਕਰਾਅ ਦੇ ਵਿੱਚ ਉਹਨਾਂ ਦੇ ਨਾਲ ਬਹਿਸ ਦੇ ਵਿੱਚ ਹੁਣ ਇਹ ਪ੍ਰੋਸੈਸ ਚੱਲਦਾ ਚੱਲਦਾ ਅੱਗੇ ਬੁੱਧ ਆਂਦੇ ਨੇ ਬੁੱਧ ਆਪਣੇ ਆਪ ਦੇ ਵਿੱਚ ਜੇ ਬੁੱਧ ਦੇ ਦਰਸ਼ਨ ਬਾਰੇ ਜੋ ਪੌਪੂਲਰ ਗੱਲਾਂ ਨੇ ਉਹ ਨੇ ਕਿ ਬੁੱਧ ਦਰਸ਼ਨ ਮੈਟਾਫਿਜ਼ਿਕਸ ਦੇ ਸਵਾਲਾਂ ਦੇ ਉੱਤੇ ਕਾਇਨਾਤ ਦੀ ਹੋਂਦ ਤੇ ਸਵਾਲਾਂ ਦੇ ਉੱਤੇ ਚੁੱਪ ਹੈ ਕਿ ਬੁੱਧ ਨੇ ਉਸ ਨੂੰ ਪਾਸ ਇਨ ਸਾਇਲੈਂਸ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਜਿਹੜਾ ਬੁੱਧ ਦੀ ਸਾਡੇ ਨੌਲੇਜ ਦੀ ਜਿਹੜੀ ਬਾਇਓਗ੍ਰਾਫੀਕਲ ਮੇਜਰ ਆਪਣੇ ਕੋਲ ਸੋਰਸ ਹੈ ਉਹ ਅਸ਼ਵਗੋਸ਼ ਵਾਲਾ ਜਿਹੜਾ ਸਭ ਤੋਂ ਨੇੜੇ ਹੈ ਬੁੱਧ ਤੋਂ ਬਾਅਦ ਸੋ ਉਹ ਉਹਨਾਂ ਦੀ ਗੱਲ ਜਦੋਂ ਆਪਾਂ ਪੜ੍ਹਦੇ ਹਾਂ ਉਹਨਾਂ ਤੋਂ ਆਪਾਂ ਜਦੋਂ ਬੁੱਧਵਾਰੇ ਜਾਣਦੇ ਆ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਬੁੱਧ ਨੇ ਮੈਟਾਫਿਜ਼ਿਕਸ ਤੇ ਐਂਟਾਲੋਜੀ ਦੇ ਕੁਐਸਚਨਸ ਨੂੰ ਛੂਇਆ ਐਪਿਸਟਮੋਲੋਜੀ ਜਾਂ ਕਹ ਲਈਏ ਗਿਆਨ ਪਰੰਪਰਾਵਾਂ ਬਾਰੇ ਬੁੱਧ ਨੇ ਆਪਣੀ ਠੋਸ ਰਾਏ ਦਿੱਤੀ ਹੈ ਲੇਕਿਨ ਬੁੱਧ ਨੇ ਉਸ ਦੇ ਵਿੱਚੋਂ ਜਿਹੜੀ ਪਾਰਟਿਕੂਲਰ ਚੀਜ਼ ਜਿਸ ਦੇ ਉੱਤੇ ਜ਼ੋਰ ਦਿੱਤਾ ਉਹ ਕਾਜ਼ੀਸ਼ਨ ਹੈ ਉਹ ਹੈ ਕਾਜ਼ੀਸ਼ਨ ਨੂੰ ਆਪਾਂ ਸਧਾਰਨ ਭਾਸ਼ਾ ਚ ਕਿਵੇਂ ਸਮਝੀਏ ਕਿ ਕਾਰਨ ਤਿਕਾਰਕ ਇਹਦੇ ਵਿੱਚ ਜਿਹੜਾ ਰਿਸ਼ਤਾ ਹੈ ਬੁੱਧ ਇਹਨੂੰ ਪ੍ਰਮੁਖਤਾ ਦੇ ਨਾਲ ਮਤਲਬ ਇਸ ਦੇ ਉੱਤੇ ਕਹਿ ਲਓ ਜ਼ੋਰ ਸਭ ਤੋਂ ਵੱਧ ਦਿੰਦੇ ਨੇ ਤੇ ਬਾਕੀ ਦੀ ਜਿਹੜੀ ਉਹਨਾਂ ਦੀ ਓਨਟੋਲੋਜੀਕਲ ਪੋਜੀਸ਼ਨ ਹੈ ਉਹ ਜੋ ਆਪਾਂ ਪਹਿਲਾਂ ਪੜ ਕੇ ਆਏ ਹਾਂ ਸਾਂਖ ਦਰਸ਼ਨ ਜੋ ਪਿਛਲੀ ਵਾਰ ਆਪਾਂ ਜਿਹਦੇ ਬਾਰੇ ਚਰਚਾ ਕੀਤੀ ਸੋ ਸਾਂਖ ਹੀ ਕੁਲ ਮਿਲਾ ਕੇ ਬੁੱਧ ਦੀ ਓਨਟੋਲੋਜੀਕਲ ਪੋਜੀਸ਼ਨ ਹੈ ਸੋ ਸਾਂਖ ਔਰ ਸਾਂਖ ਦੇ ਵਿੱਚੋਂ ਪਰਟੀਕੂਲਰ ਪੈਦਾ ਹੋਈ ਜਿਹੜੀ ਕਾਉਜ਼ੇਸ਼ਨ ਦੀ ਥਿਉਰੀ ਬੁੱਧ ਦੀ ਜਿਹੜੀ ਉਹਨੂੰ ਪ੍ਰਤੀਤ ਸਮੁਤਪਾਦ ਨਾਮ ਦੇ ਉੱਤੇ ਅਸੀਂ ਕਾਜ਼ਿਸ਼ਨ ਦੀ ਥਿਉਰੀ ਬੁੱਧ ਦੀ ਜਿਹੜੀ ਹੈ ਉਹ ਜਾਣੀ ਜਾਂਦੀ ਹੈ। ਭਈ ਇੱਕ ਚੀਜ਼ ਜਿਹੜੀ ਹੈ ਉਹ ਖੁਦ ਖਤਮ ਹੋ ਜਾਂਦੀ ਹੈ ਦੂਜੀ ਚੀਜ਼ ਪੈਦਾ ਹੋ ਜਾਂਦੀ ਹੈ। ਸੋ ਇਹਦੇ ਵਿੱਚ ਹੀ ਜੇ ਅਸੀਂ ਧਿਆਨ ਨਾਲ ਦੇਖੀਏਗੀ ਇੱਕ ਚੀਜ਼ ਦਾ ਖਤਮ ਹੋਣਾ ਤੇ ਦੂਜੀ ਚੀਜ਼ ਦਾ ਪੈਦਾ ਹੋਣਾ। ਇਸ ਦੇ ਵਿਚਾਲੇ ਇੱਕ ਛਣ ਜਿਸ ਦੇ ਵਿੱਚ ਕੁਝ ਵੀ ਨਹੀਂ ਹੈ। ਸੋ ਬਾਅਦ 'ਚ ਜਾ ਕੇ ਅਸੀਂ ਦੇਖਿਆ ਕਿ ਕਤਾਰਾ ਨੇ ਆਪਣੇ ਆਪ ਨੂੰ ਇਸ ਪਰਟੀਕੂਲਰ ਖਣੇ ਦੇ ਵਿੱਚ ਵੀ ਪਲੇਸ ਕੀਤਾ ਲੇਕਿਨ ਬੁੱਧ ਨੇ ਜਿਉਂਦੇ ਜੀ ਜਿੰਨਾ ਸਾਨੂੰ ਸਾਹਮਣੇ ਆਂਦਾ ਹੈ ਉਹ ਹੈ ਕਿ ਬੁੱਧ ਨੇ ਇੱਕ ਚੀਜ਼ ਦੀ ਹੋਣ ਦਾ ਖਤਮ ਹੋਣਾ ਤੇ ਉਹਦੇ ਨਤੀਜੇ ਵਜੋਂ ਦੂਜੀ ਚੀਜ਼ ਦੀ ਹੋਣ ਦੇ ਵਿੱਚ ਆਉਣਾ ਇਸ ਤਰ੍ਹਾਂ ਦੀ ਕੜੀ ਦੇ ਨਾਲ ਪੂਰੀ ਕਾਇਨਾਤ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਉਹਨਾਂ ਦਾ ਆਪਣਾ ਪਰਟੀਕੂਲਰ ਡਾਇਰੈਕਟ ਸਬਜੈਕਟ ਸੀ ਜਿਹਦੇ ਉੱਤੇ ਉਹ ਇਸ ਮੈਥਡ ਨੂੰ ਲਗਾ ਦੇਣਾ ਚਾਹੁੰਦੇ ਸੀ ਉਤਸ਼ਾਹਤ ਸੀ ਬਹੁਤ ਉਹ ਐਥਿਕਸ ਹੈ ਜੀਵਨ ਦੀ ਮਤਲਬ ਕੀ ਵਿਧੀ ਹੋਣੀ ਚਾਹੀਦੀ ਜਦੋਂ ਆਪਣੀ ਕੋਜ਼ਿਸ਼ਨ ਥਿਉਰੀ ਲਗਾਉਂਦੇ ਨੇ ਤਾਂ ਉਹਦੇ ਚੋਂ ਕਹਿੰਦੇ ਨੇ ਕਿ ਆ ਦੁੱਖ ਹੈ ਦੁੱਖ ਹੈ ਦੁੱਖ ਦਾ ਕੋਈ ਕਾਰਨ ਹੈ ਦੁੱਖ ਦਾ ਕਾਰਨ ਹੈ ਤਾਂ ਫਿਰ ਦੁੱਖ ਦਾ ਕਾਰਨ ਖਤਮ ਹੋਣ ਦੇ ਨਾਲ ਦੁੱਖ ਵੀ ਖਤਮ ਹੋ ਜਾਏਗਾ ਔਰ ਉਹਨੂੰ ਖਤਮ ਕਰਨ ਦੇ ਉਹਨਾਂ ਨੇ ਕਿਹਾ ਕਿ ਉਹਦੇ ਉਹ 12 ਜਿਹੜਾ 12 ਪੁਆਇੰਟ 12 ਸੁੱਤਰੀ ਮਾਰਗ ਹੈ ਉਹਦੇ ਨਾਲ ਉਹ ਖਤਮ ਹੋ ਸਕਦਾ ਹੈ ਸੋ ਓਵਰਆਲ ਉਹਨਾਂ ਦਾ ੈਥੀਕਲ ਫਰੇਮਵਰਕ ਜਿਹੜਾ ਹੈ ਬੁੱਧ ਦਾ ਇਸ ਕਿਸੇ ਸਮਾਂ ਹੈ ਸੋ ਇਹਨਾਂ ਨੂੰ ਚਾਰ ਨੋਬਲ TRUTHS ਕਹਿੰਦੇ ਆ ਤੇ ਉਹ ਜਿਹੜਾ ਹੈਗਾ ਬੁੱਧ ਦਾ ਮਾਰਗ ਹੈ ਸੋ ਜਿਹੜੇ ਚਾਰ ਨੋਬਲ TRUTHS ਨੇ ਉਹਨਾਂ ਦੇ ਵਿੱਚੋਂ ਵੀ ਅਸੀਂ ਦੇਖੀਏ ਤਾਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਾਉਜ਼ੇਸ਼ਨ ਦੀ ਆਪਣੀ ਜਿਹੜੀ ਥਿਊਰੀ ਹੈਗੀ ਆ ਉਹਨੂੰ ਕੁਲਮਲਾ ਕੇ ਲਾਗੂ ਕੀਤਾ ਆਪਣੇ ਆ ਜੀਵਨ ਜੀਵਨ ਸਿਸਟਮ ਦੇ ਉੱਤੇ ਜੀਵਨ ਦੇ ਤਰੀਕਿਆਂ ਦੇ ਉੱਤੇ ਜੀਵਨ ਵਿਧੀਆਂ ਦੇ ਉੱਤੇ ਹੁਣ ਇਹ ਗੱਲ ਮੈਂ ਕਿਉਂ ਕਰ ਰਿਹਾ ਕਿ ਬੁੱਧ ਦੀ ਥਿਉਰੀ ਦੇ ਉੱਤੇ ਕੋਈ ਬਹੁਤ ਸਪਸ਼ਟ ਤਰੀਕੇ ਨਾਲ ਇਹ ਤੈਅ ਕਰ ਲੈਣਾ ਕਿ ਉਹ ਵਿਚਾਰਵਾਦੀ ਹੈ ਜਾਂ ਪੌਤਿਕਵਾਦੀ ਹੈ ਇਹ ਸੌਖਾ ਨਹੀਂ ਜ਼ਿਆਦਾ ਜਿਹੜੀ ਸੰਭਾਵਨਾ ਜਦੋਂ ਅਸੀਂ ਉਸ ਨੂੰ ਅਨਟਾਲੋਜੀ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਉਹ ਸਾਖ ਦਰਸ਼ਨ ਹੈ ਸਾਖ ਦਰਸ਼ਨ ਬਾਰੇ ਅਸੀਂ ਪਹਿਲਾਂ ਗੱਲਬਾਤ ਕਰਾ ਚੁੱਕੇ ਹਾਂ ਸੋ ਉਸੇ ਹਾਜ਼ ਨਾਲ ਬੁੱਧ ਨੂੰ ਸਾਨੂੰ ਸਾਖ ਦੇ ਖੇਮੇ ਦੇ ਵਿੱਚ ਹੀ ਰੱਖਣਾ ਚਾਹੀਦਾ ਤੇ ਇਕੋਜ਼ਿਸ਼ਨ ਦੀ ਥਿਉਰੀ ਨੂੰ ਉਹ ਮੰਨਦੇ ਨੇ ਉਹ ਵੀ ਗੱਲ ਬਿਲਕੁਲ ਸਮਝ ਦੇ ਵਿੱਚ ਆਂਦੀ ਹੈ ਸਾਖ ਦੇ ਨਾਲ ਉਹ ਗੱਲ ਜਿਹੜੀ ਹੈ ਉਹ ਬਿਲਕੁਲ ਇਕਮਤ ਹੈ ਇਕਮਿਕ ਹੈ ਲੇਕਿਨ ਜਿੱਥੇ ਦਿੱਕਤ ਆਂਦੀ ਹੈ ਉਹ ਹੈ ਕਿ ਬੁੱਧ ਦੀ ਮੌਤ ਤੋਂ ਬਾਅਦ ਜਦੋਂ ਬੁੱਧ ਨਹੀਂ ਰਹੇ ਉਸ ਤੋਂ ਬਾਅਦ ਬੁੱਧ ਨੂੰ ਕੰਪਾਈਲ ਕੀਤਾ ਗਿਆ ਔਰ ਜਦੋਂ ਬੁੱਧ ਨੂੰ ਕੰਪਾਈਲ ਕੀਤਾ ਗਿਆ ਤਾਂ ਉਸ ਦੇ ਫਿਰ ਬਹੁਤ ਸਾਰੇ ਉਸ ਮੌਕੇ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਵੇਂ ਸਿਰੇ ਤੋਂ ਹੋਈਆਂ ਭਿਕਸ਼ੂਆਂ ਦੇ ਵਿੱਚ ਬਹੁਤ ਵੱਡੇ ਵਖਰੇਵੇਂ ਬਹੁਤ ਸਾਰੀ ਵੰਡ ਉਹ ਪੈਦਾ ਹੋਈ ਮੈਂ ਪਾਰਟਿਕੂਲਰ ਇੰਟਰਸਟਿਡ ਹਾਂ ਉਹਦੇ ਵਿੱਚੋਂ ਇੱਕ ਜਿਹੜਾ ਮਤ ਪਹਿਲਾਂ ਜਿਹੜੇ ਉਹਦੇ ਟ੍ਰੈਡੀਸ਼ਨਲ ਕਿਸਮ ਦੇ ਬੋਧੀ ਸੀ ਉਹਨਾਂ ਨੂੰ ਉਹ ਉਹ ਬਹੁਤ ਸਖਤ ਜੀਵਨ ਜੱਜ ਸੀ ਉਹਨਾਂ ਦੀ ਉਹ ਬੁੱਧ ਨੂੰ ਸ਼ਬਦ-ਸ਼ਬਦ ਲਾਗੂ ਕਰ ਦੇਣਾ ਚਾਹ ਰਹੇ ਸੀ ਸਟ੍ਰਿਕਟਲੀ ਤੇ ਉਹ ਇੰਨਾ ਸਖਤ ਸੀਗਾ ਕਿ ਉਹਨੂੰ ਆਮ ਜੀਵਨ 'ਚ ਹਰ ਕਿਸੇ ਵੱਲੋਂ ਉਸ ਨੂੰ ਅਪਣਾ ਲੈਣਾ ਸੰਭਵ ਨਹੀਂ ਸੀ ਸੋ ਉਹਦਾ ਇੱਕ ਲਿਬਰਲ ਰੂਪ ਲੋੜਿੰਦਾ ਸੀ ਐਸਾ ਰੂਪ ਜਿਸ ਨੂੰ ਕੋਈ ਵੀ ਵਿਅਕਤੀ ਆਪਣਾ ਵਪਾਰ ਕਰਦਿਆਂ ਹੋਇਆ ਵੀ ਮੰਨ ਲਓ ਜੇ ਉਹ ਬੋਧੀ ਹੋਣਾ ਚਾਹਵੇ ਤਾਂ ਹੋ ਸਕੇ ਉਦੇ ਵਾਸਤੇ ਉਸ ਨੂੰ ਸ਼ਰਮਣ ਨਾ ਕਰਨਾ ਪਵੇ ਆਪਣੇ ਆਮ ਜੀਵਨ ਤੋਂ ਪਾਸੇ ਨਾ ਜਾਣਾ ਪਵੇ ਇਸ ਕਰਕੇ ਬੁੱਧ ਦਾ ਇੱਕ ਪਾਰਟਿਕੂਲਰ ਰੂਪ ਜਿਹੜਾ ਉਹ ਹੋਂਦ ਦੇ ਵਿੱਚ ਆਉਣਾ ਜ਼ਰੂਰੀ ਹੋ ਗਿਆ ਇਹ ਮੈ ਪਦਾਰਥ ਹਾਲਤਾਂ ਦੀ ਗੱਲ ਕਰ ਰਿਹਾ ਜਿਹੜੀਆਂ ਸਮਾਜਿਕ ਹਾਲਤਾਂ ਜਿਨ੍ਹਾਂ ਨੇ ਇਹ ਗੱਲ ਇਸ ਗੱਲ ਵਾਸਤੇ ਆਧਾਰ ਤਿਆਰ ਕੀਤਾ ਕਿ ਬੁੱਧ ਦਾ ਕੋਈ ਨਵਾਂ ਸੰਸਕਰਣ ਸਾਹਮਣੇ ਆਵੇ ਜਿਵੇਂ ਇਹ ਲੋੜ ਪੈਦਾ ਹੁੰਦੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਬੁੱਧ ਧਰਮ ਇੱਕਦਮ ਬਹੁਤ ਵੱਡੇ ਪੱਧਰ ਤੇ ਫੈਲਦਾ ਹੈ ਵਪਾਰੀ ਰਾਜੇ ਇੰਟੈਲੈਕਚੁਅਲਸ ਸਾਰੇ ਬੁੱਧ ਦੇ ਇੱਕਦਮ ਜੁੜੇ ਨੇ ਉਸ਼ਧਾਈ ਹੋ ਜਾਂਦੇ ਨੇ ਤੇ ਉਹ ਬੁੱਧ ਦਾ ਜਿਹੜਾ ਰੂਪ ਉਹਨਾਂ ਸਭ ਨੇ ਅਪਣਾਇਆ ਉਹ ਇੱਕ ਨਵਾਂ ਰੂਪ ਹੈ ਨਾਗਰਜੁਨ ਤੋਂ ਸ਼ੁਰੂ ਕਰਕੇ ਬਹੁਤ ਸਾਰੇ ਮਹਾਨ ਫਿਲਾਸਫਰ ਹੋਏ ਨੇ ਨਾਗਰਜੁਨ ਤੋਂ ਸ਼ੁਰੂ ਹੋਇਆ ਜਿਹੜਾ ਇਹ ਬੁੱਧ ਦਾ ਪਰਟੀਕੂਲਰ ਰੂਪ ਹੈ ਜਿਸ ਨੂੰ ਅਸੀਂ ਮਹਾਯਾਨ ਬੋਧ ਦੇ ਰੂਪ ਦੇ ਵਿੱਚ ਜਾਣਦੇ ਆ ਕਿਉਂਕਿ ਇਹ ਐਕਚੁਅਲੀ ਇਹਨਾਂ ਦਾ ਆਪਣਾ ਐਲਾਨ ਸੀ ਕਿ ਅਸੀਂ ਮਹਾਯਾਨ ਨਾਲ ਹੀ ਇਹਨਾਂ ਦਾ ਇਹ ਵੀ ਐਲਾਨ ਸੀ ਕਿ ਜਿਹੜੇ ਦੂਜੇ ਨੇ ਜਿਨ੍ਹਾਂ ਨੂੰ ਅਸੀਂ ਰੱਦ ਕਰਕੇ ਆਏ ਹਾਂ ਉਹ ਆਰਥੋਡੌਕਸ ਨੇ ਉਹਨਾਂ ਨੂੰ ਇਹਨਾਂ ਨੇ ਕਿਹਾ ਹੀਨਯਾਨ ਸੋ ਹੀਨਯਾਨ ਤੇ ਮਹਾਯਾਨ ਇਹ ਦੋ ਸੈਕਟਸ ਦੇ ਵਿੱਚ ਡਿਵਾਈਡ ਹੋਇਆ ਹੀਨਯਾਨ ਬਾਰੇ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਲੱਭਦਾ ਉਹ ਤਾਰਾ ਆਲਮੋਸਟ ਜਿਹੜੀ ਹੈ ਕਹ ਲਈਏ ਆਪਾਂ ਖਤਮ ਹੋ ਜਾਂਦੀ ਹੈ ਲੇਕਿਨ ਮਹਾਯਾਨ ਬਹੁਤ ਜ਼ਿਆਦਾ ਪ੍ਰਫੁੱਲਤ ਹੋਇਆ ਮਹਾਯਾਨ ਬਾਰੇ ਮੈਂ ਪਾਰਟਿਕੂਲਰਲੀ ਗੱਲ ਕਰਨ ਲਈ ਇਸ ਕਰਕੇ ਉਤਸ਼ਾਹਤ ਹਾਂ ਕਿਉਂਕਿ ਮਹਾਯਾਨ ਨੇ ਬੁੱਧ ਦਾ ਪੂਰਾ ਕਾਇਆ ਕਲਪ ਕੀਤਾ ਬੁੱਧਿਤ ਪਰੰਪਰਾ ਦਾ ਬੁੱਧ ਥੌਟ ਦਾ ਸਭ ਤੋਂ ਕਹ ਲਈ ਰੈਵਲੂਸ਼ਨਰੀ ਕਾਇਕਲਪ ਜਿਹੜਾ ਹੈਗਾ ਉਹ ਮਾਇਨ ਕਰਦੇ ਨੇ ਰੈਵਲੂਸ਼ਨਰੀ ਇਸ ਸੈਂਸ ਦੇ ਵਿੱਚ ਇਸ ਸੈਂਸ ਚ ਨਹੀਂ ਕਿ ਉਹ ਬਹੁਤ ਪ੍ਰੋਗਰੈਸਿਵ ਹੋ ਗਿਆ ਉਹ ਇਸ ਸੈਂਸ ਦੇ ਵਿੱਚ ਕਿ ਉਹਨਾਂ ਨੇ ਉਸ ਨੂੰ ਮੂਲੋਂ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਬੁੱਧ ਨੂੰ ਸਭ ਤੋਂ ਪਹਿਲਾਂ ਕੁਝ ਸਿੰਬਲਿਜ਼ਮ ਤੇ ਰਿਡਿਊਸ ਕੀਤਾ ਜਿਵੇਂ ਇੱਕ ਸਿੰਬਲਿਜ਼ਮ ਸੀਗਾ ਕਿ ਇਹ ਜਦੋਂ ਬੁੱਧ ਧਰਮ ਦੀ ਬੁੱਧ ਮਤ ਦੀ ਹੋਂਦ ਸਾਹਮਣੇ ਆਂਦੀ ਹੈ ਤਾਂ ਇਹਨਾਂ ਨੇ ਸ਼ਾਸਤਰਾ ਨੂੰ ਰੱਦ ਕੀਤਾ ਜਿਸੇ ਕਰਕੇ ਇਸ ਨੂੰ ਅਸੀਂ ਨਾਸਤਿਕ ਗ੍ਰੰਥਾਜ ਰੱਖਿਆ ਸੀ ਸ਼ਾਸਤਰ ਨੂੰ ਰੱਦ ਕਰਨ ਕਰਕੇ ਜਾਂ ਜਿਹੜੇ ਵੇਦਾਂ ਨੂੰ ਰੱਦ ਕਰਨ ਕਰਕੇ ਇਹਨਾਂ ਨੂੰ ਨਾਸਤਿਕ ਮੰਨਿਆ ਗਿਆ ਤੇ ਇਸ ਕਰਕੇ ਇਹ ਉਪਨਿਸ਼ਦਾਂ ਨੂੰ ਜਾਂ ਕਹਿ ਲਓ ਉਪਨਿਸ਼ਦਾਂ ਦੇ ਪੈਰਾਕਰਾਂ ਨਾਲ ਨੂੰ ਬਹੁਤ ਹੀ ਦੁਸ਼ਮਣਾਵਜੂ ਦੇਖਦੇ ਸੀ ਲੇਕਿਨ ਮਹਾਯਾਨਵਾਦ ਨੇ ਇਸ ਪਰੰਪਰਾ ਨੂੰ ਐਜ਼ ਇਟ ਇਜ਼ ਜਾਰੀ ਰੱਖਿਆ ਇਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਆਪਾਂ ਉਪਨਿਸ਼ਦ ਦੇ ਕਿਸੇ ਫਾਲੋਅਰ ਬਾਰੇ ਉਹੀ ਰਵਈਆ ਰੱਖਾਂਗੇ ਜੋ ਰਵਈਆ ਟ੍ਰੈਡੀਸ਼ਨਲੀ ਰੱਖਿਆ ਜਾਂਦਾ ਹੈ ਸੋ ਸਿੰਬल्स ਦੇ ਰੂਪ ਦੇ ਵਿੱਚ ਅਸੀਂ ਬਿਲਕੁਲ ਟਰੂ ਆ ਜੋ ਸਿੰਬਲ ਕਹਿੰਦੇ ਨੇ ਸਾਨੂੰ ਪਹਿਲਾਂ ਤੋਂ ਉਹ ਸਿੰਬਲਸ ਨੂੰ ਅਸੀਂ ਐਜ਼ ਇਟ ਇਜ਼ ਫੋਲੋ ਕਰਾਂਗੇ ਲੇਕਿਨ ਜੋ ਇਹਨਾਂ ਨੇ ਕੀਤਾ ਉਹ ਇਹ ਕਿ ਉਹ ਸਿੰਬਲਸ ਨੂੰ ਠੀਕ ਰੱਖ ਕੇ ਉਹਨਾਂ ਦੇ ਅੰਦਰਲੇ ਕੰਟੈਂਟ ਦੇ ਨਾਲ ਇਹਨਾਂ ਨੇ ਜ਼ਬਰਦਸਤ ਛੇੜਛਾੜ ਕੀਤੀ ਸੋ ਇਹਨਾਂ ਵਾਸਤੇ ਜ਼ਰੂਰੀ ਹੋਇਆ ਕਿ ਹੁਣ ਅਸੀਂ ਆਪਣੇ ਜਿਹੜਾ ਮਤ ਹੈ ਉਹਨੂੰ ਕੋਈ ਨਵਾਂ ਰੂਪ ਦਈਏ ਸੋ ਨਵਾਂ ਰੂਪ ਇਹਨਾਂ ਨੇ ਕਿੱਥੋਂ ਲਿਆਂਦਾ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਕਿਹਾ ਕਿ ਜਿਹੜਾ ਆਸਤਵਿਕਤਾ ਹੈ ਜੋ ਬੁੱਧ ਦੇ ਮੁਤਾਬਕ ਜੋ ਬੁੱਧ ਪਰੰਪਰਾ ਬੁੱਧ ਚਿੰਤਨ ਪ੍ਰਣਾਲੀ ਦੇ ਵਿੱਚੋਂ ਨਿਕਲੀ ਹੋਈ ਵਸਤਵਿਕਤਾ ਹੈ ਉਹਦੇ ਬਾਰੇ ਇਹਨਾਂ ਨੇ ਸਭ ਤੋਂ ਪਹਿਲਾਂ ਬੁੱਧ ਦੀ ਇੱਕ ਪਾਰਟਿਕੂਲਰ ਜਿਹੜਾ ਪ੍ਰੋਸੈਸ ਸੀ ਜਿਹਨੂੰ ਕਹਿੰਦੇ ਨੇ ਨੇਤੀ 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 ਦੇ ਸਿਧਾਂਤ ਦਿੱਤੇ ਇਹਨਾਂ ਨੇ ਕਿਹਾ ਵੀ ਮੈਂ ਐਕਸਪਲੇਨ ਕਰਦਾ ਨੇਤੀ ਨੇਤੀ ਕੀ ਨੇਤੀ ਨੇਤੀ ਦੇ ਸਿਧਾਂਤ ਤੋਂ ਇਹਨਾਂ ਨੇ ਕਿਹਾ ਵੀ ਵਸਤਵਿਕਤਾ ਨੂੰ ਐਕਸਪਲੇਨ ਕਰਨ ਦਾ ਤਰੀਕਾ ਜਿਹੜਾ ਹੋ ਸਕਦਾ ਹੈ ਉਹਦੇ ਬਾਰੇ ਇਹਨਾਂ ਨੇ ਕਿਹਾ ਨੇਤੀ 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 ਮਤਲਬ ਉਹਨੂੰ ਆਪਾਂ ਸ਼ਬਦ ਇਸਤੇਮਾਲ ਕਰੀਏ ਰੱਦ ਕਰਨਾ ਨਿਗੇਟ ਕਰਨਾ ਸੋ ਨੀਤੀ ਨੀਤੀ ਦਾ ਜਿਹੜਾ ਥੀਸਿਸ ਹੈ ਜਾਂ ਮੈਥਡੋਲੋਜੀ ਹੈ ਉਹ ਕੁਲ ਮਿਲਾ ਕੇ ਰੱਦ ਕਰਨ ਦੀ ਮੈਥਡੋਲੋਜੀ ਰੱਦ ਕਰਨ ਦੀ ਮੈਥਡੋਲੋਜੀ ਕਿਵੇਂ ਇਹਨਾਂ ਨੇ ਕਿਹਾ ਕਿ ਵਸਤਵਿਕਤਾ ਜਿਹੜੀ ਹੈ ਇਹਨੂੰ ਸ਼ਬਦਾਂ ਦੇ ਵਿੱਚ ਫੜਿਆ ਨਹੀਂ ਜਾ ਸਕਦਾ ਕਿਉਂਕਿ ਜਿਵੇਂ ਤੁਸੀਂ ਇਹਨੂੰ ਸ਼ਬਦਾਂ ਦੇ ਵਿੱਚ ਫੜੋਗੇ ਇਹ ਵਸਤਵਿਕਤਾ ਜਿਹੜੀ ਹੈਗੀ ਹੈ ਇਹਨੂੰ ਤੁਸੀਂ ਸੰਕੁਚਿਤ ਕਰਦੇ ਹੋਗੇ ਤੇ ਉਸ ਤੋਂ ਬਾਹਰ ਜਿਹੜੀ ਵਸਤਵਿਕਤਾ ਰਹਿ ਜਾਏਗੀ ਜਿੱਥੇ ਤੁਸੀਂ ਇਸ ਨੂੰ ਲਿਮਟ ਕਰਦੇ ਹੋਗੇ ਉਸ ਤੋਂ ਬਾਹਰ ਇੱਕ ਹੋਰ ਵਸਤਵਿਕਤਾ ਰਹਿ ਜੂਗੀ ਜਿਹੜੀ ਤੁਹਾਡੇ ਸ਼ਬਦਾਂ ਤੁਹਾਡੇ ਵੱਲੋਂ ਐਕਸਪਲੇਨ ਕੀਤੀ ਵਸਤਵਿਕਤਾ ਤੋਂ ਬਾਹਰ ਰਹਿ ਗਈ ਇਹ ਤੇ ਰੈਗੂ ਸੋ ਉਹਦੇ ਵਾਸਤੇ ਇਹਨਾਂ ਨੇ ਕਿਹਾ ਕਿ ਅਸੀਂ ਪੋਜ਼ਿਟਿਵ ਵੇ ਦੇ ਵਿੱਚ ਵਸਤਵਿਕਤਾ ਦਾ ਐਕਸਪਲੇਨੇਸ਼ਨ ਨਹੀਂ ਦੇ ਸਕਦੇ ਡਿਸਕ੍ਰਿਪਸ਼ਨ ਨਹੀਂ ਦੇ ਸਕਦੇ ਇਸ ਕਰਕੇ ਉਸ ਨੂੰ ਅਸੀਂ 네ਗੇਟਿਵ ਵੇ ਦੇ ਵਿੱਚ ਐਕਸਪਲੈਨ ਕਰ ਸਕਦੇ ਹਾਂ ਮਤਲਬ ਇਹ ਸਿੱਧੇ ਭਾਸ਼ਾ ਚ ਕਿ ਅਸੀਂ ਇਹ ਨਹੀਂ ਦੱਸ ਸਕਦੇ ਕਿ ਕੋਈ ਚੀਜ਼ ਕੀ ਹੈ ਸਗੋਂ ਅਸੀਂ ਇਹ ਦੱਸ ਸਕਦੇ ਹਾਂ ਕਿ ਕੋਈ ਚੀਜ਼ ਕੀ ਕੀ ਨਹੀਂ ਹੈ ਸੋ ਇਹ ਮੈਥਡ ਅਖਤਿਆਰ ਕਰਨਾ ਆਪਣੇ ਆਪ ਦੇ ਵਿੱਚ ਜੇ ਐਪਿਸਟਮੋਲੋਜੀ ਦੇ ਐਂਗਲ ਤੋਂ ਵਿਗਿਆਨ ਕਹ ਲਈਏ ਗਿਆਨ ਦੀ ਪਰੰਪਰਾ ਦੇ ਐਂਗਲ ਤੋਂ ਦੇਖਿਆ ਜਾਵੇ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਰੈਵਲੂਸ਼ਨਰੀ ਸਟੈਪ ਲੱਗਦਾ ਸੀ ਲੇਕਿਨ ਸੱਚ ਕੀ ਹੈ ਸੱਚ ਇਹ ਹੈ ਕਿ ਇਹ ਸੇਮ ਮੈਥਡੋਲੋਜੀ ਜਿਹੜੀ ਹੈਗੀ ਹੈ ਉਪਨਿਸ਼ਦ ਦੇ ਰਿਸ਼ੀ ਜਿਹੜੇ ਨੇ ਉਹ ਬਹੁਤ ਪਹਿਲਾਂ ਤੋਂ ਬੋਲਦੇ ਆ ਰਹੇ ਏਸ ਮੈਥਡੋਲੋਜੀ ਦਾ ਇਸਤੇਮਾਲ ਕੋਈ ਨਵਾਂ ਨਹੀਂ ਹੈ ਇਹ ਅਨਿਰਵਚਨੀਏ ਜਿਹੜਾ ਗਿਆਨ ਹੈ ਵਸਤਵਿਕਤਾ ਨੂੰ ਅਨਿਰਵਚਨੀਏ ਬਿਆਨ ਨਾ ਕੀਤੇ ਜਾ ਸਕਣ ਵਾਲੀ ਵਸਤਵਿਕਤਾ ਉਸ ਰੂਪ ਦੇ ਵਿੱਚ ਹੀ ਦੇਖ ਰਹੇ ਹਾਂ ਸੋ ਗਿਆ ਬਿਆਨ ਨਾ ਕੀਤੇ ਜਾ ਸਕਣ ਵਾਲੀ વાસ્તਵਿਕਤਾ ਜਿਹੜੀ ਹੈ ਉਹਨੂੰ ਬਿਆਨ ਕਰਨ ਦਾ ਤਰੀਕਾ ਲੱਭ ਲਿਆ ਇਹਨਾਂ ਨੇ ਸੋ ਉਹਨੂੰ ਬਿਆਨ ਕਰਨ ਦਾ ਤਰੀਕਾ ਕੀ ਹੈ ਸੋ ਥੈਟ ਉਹ ਬਿਆਨ ਨਾ ਕੀਤੇ ਜਾਣ ਵਾਲੀ ਵੀ ਰਹੇ ਤੇ ਉਸ ਦੇ ਬਾਰੇ ਬਿਆਨات ਵੀ ਕੀਤੇ ਜਾਣ ਸੋ ਇਹਦਾ ਰਸਤਾ ਕੀ ਹੈ ਇਹਦਾ ਰਸਤਾ ਹੈ ਨੀਤੀ ਨੀਤੀ ਇਹਦਾ ਰਸਤਾ ਹੈ ਕਿ ਤੁਸੀਂ ਡਿਸਕ੍ਰਾਈਬ ਕਰੋ ਕਿ વાસ્તਵਿਕਤਾ ਕੀ ਨਹੀਂ ਹੈ ਸੋ વાસ્તਵਿਕਤਾ ਜਿਹੜੀ ਹੈ ਉਹਦੇ ਬਾਰੇ ਕਿਹਾ ਜਾਏਗਾ ਕਿ ਇਹ ਸਦੀਵੀ ਵੀ ਨਹੀਂ ਹੈ વાસ્તਵਿਕਤਾ ਜਿਹੜੀ ਹੈ ਇਹ ਆ ਚੇਂਜਿੰਗ ਵੀ ਨਹੀਂ ਹੈ ਮਤਲਬ ਇਹ ਪਰਮਨੈਂਟ ਵੀ ਨਹੀਂ ਹੈ ਇਹ ਟੈਂਪਰੇਰੀ ਵੀ ਨਹੀਂ ਹੈ ਸੋ ਇਸ ਅਮਰ ਵੀ ਨਹੀਂ ਹੈ ਇਹ ਮਰਨਾ ਸਨ ਵੀ ਨਹੀਂ ਹੈ ਸੋ ਹਰ ਚੀਜ਼ ਨਹੀਂ ਹੈ ਇਹ ਵੱਡੀ ਵੀ ਨਹੀਂ ਹੈ ਇਹ ਛੋਟੀ ਵੀ ਨਹੀਂ ਹੈ ਇਹ ਲੰਬੀ ਵੀ ਨਹੀਂ ਹੈ ਇਹ ਇਹ ਪਤਲੀ ਵੀ ਨਹੀਂ ਹੈ ਮੋਟੀ ਵੀ ਨਹੀਂ ਹੈ ਮਤਲਬ ਕੁਝ ਵੀ ਤੁਸੀਂ ਜੋ ਵੀ ਕਹਿਣਾ ਸੋ ਉਹ ਨਹੀਂ ਹੈ ਦੀ ਸੈਂਸ ਦੇ ਵਿੱਚ ਕਹਿਣਾ ਸੋ ਇਸ ਤਰੀਕੇ ਨਾਲ ਤੁਸੀਂ ਵਸਤਵਿਕਤਾ ਨੂੰ अनएंडिंग डिस्क्रिप्शन ਦੀ ਇਕ ਲੜੀ ਦੇ ਵਿੱਚ ਪਾ ਦਿੰਦੇ ਹੋ ਜਿਹਦਾ ਮਤਲਬ ਹੋਇਆ ਕਿ ਵਸਤੂ ਤੱਕ ਕਦੀ ਫੜੀ ਨਹੀਂ ਜਾ ਸਕਣ ਵਾਲੀ ਕੋਈ ਚੀਜ਼ ਬਣ ਜਾਏਗੀ ਸੋ ਉਹ ਫੜੀ ਨਾ ਜਾ ਸਕਣ ਵਾਲੀ ਕੋਈ ਚੀਜ਼ ਜਿਹੜੀ ਹੈ ਉਹ ਕੀ ਹੋਏਗੀ ਸੋ ਉਹ ਇਹਨਾਂ ਦੇ ਮੁਤਾਬਕ ਇਹਨੂੰ ਇਹਨਾਂ ਨੇ ਜਿਹੜਾ ਇਸ ਪੂਰੇ ਸਿਧਾਂਤ ਦਾ ਨਾਮ ਇਹਨਾਂ ਨੇ ਰੱਖਿਆ ਉਹ ਸੀ ਸ਼ੂਨ્યਵਾਦ ਇਹ ਸ਼ੂਨ્યਵਾਦ ਹੈ ਸੋ ਸ਼ੂਨਿਆ ਦੱਸਦਾ ਹੈ ਇਹ ਸ਼ੂਨ्यता ਦਾ ਕਿ ਸ਼ੂਨ्यता ਐਗਜ਼ਿਸਟ ਕਰਦੀ ਹੈ ਸੋ ਸ਼ੂਨਿਆ ਨੂੰ 네ਗੇਟਿਵਲੀ ਡਿਸਕ੍ਰਾਈਬ ਕੀਤਾ ਜਾ ਸਕਦਾ ਹੈ ਪੋਜ਼ਿਟਿਵਲੀ ਨਹੀਂ ਡਿਸਕ੍ਰਾਈਬ ਕੀਤਾ ਜਾ ਸਕਦਾ ਸੋ ਇਸੇ ਇਸੇ ਦੇ ਵਿੱਚੋਂ ਜਿਹੜਾ ਬੁੱਧ ਦਾ ਮੋਮੈਂਟਰੀਨੈਸ ਦਾ ਥੀਸਿਸ ਸੀਗਾ ਕਿ ਛਣਕਵਾਦ ਜਿਹਨੂੰ ਕਹਿੰਦੇ ਸੀਗੇ ਸੇਮ ਇਸੇ ਦੇ ਵਿੱਚ ਉਹਨਾਂ ਨੇ ਉਸ ਨੂੰ ਰੱਖਿਆ ਕਿ ਕੋਈ ਵੀ ਚੀਜ਼ ਜੋ ਤੁਹਾਨੂੰ ਲੱਗਦਾ ਹੈ ਉਹ ਹੁਣੇ ਹੈ ਜਿਵੇਂ ਹੀ ਤੁਸੀਂ ਉਸ ਚੀਜ਼ ਬਾਰੇ ਗੱਲ ਕਰਨਾ ਸ਼ੁਰੂ ਕਰਦੇ ਹੋ ਤਾਂ ਉਹ ਉਹ ਨਹੀਂ ਰਹਿੰਦੀ ਸੋ ਇਹ ਸ਼ਣਿਕਵਾਦ ਹੈ ਕਿ ਕੋਈ ਵੀ ਚੀਜ਼ ਇੰਨੀ ਮੋਮੈਂਟਰੀ ਹੈ ਕਿ ਤੁਸੀਂ ਜਿਵੇਂ ਹੀ ਉਸ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਐਕਸਪਲੇਨਡ ਚੀਜ਼ ਬਣ ਜਾਂਦੀ ਹੈ ਉਹ ਪਿਛਲੀ ਵਾਲੀ ਚੀਜ਼ ਨਹੀਂ ਰਹਿੰਦੀ ਸੋ ਉਹ ਅਨਐਕਸਪਲੇਨਡ ਸੀ ਹੁਣ ਐਕਸਪਲੇਨਡ ਹੈ ਸੋ ਇਹ ਉਹ ਨਹੀਂ ਰਹੀ ਸੋ ਖਤਮ ਸੋ ਇਸ ਕਿਸਮ ਦਾ ਇੱਕ ਮਿਸਟਿਸਿਜ਼ਮ ਮਿਸਟਿਸਿਜ਼ਮ ਇਨ ਅ ਨੇ ਬੁੱਧ ਦੇ ਵਿੱਚ ਇੰਟਰੋਡਿਊਸ ਕਰਾਉਂਦੇ ਨੇ ਬੁੱਧਮਤ ਦੀ ਅਗਲੀ ਪਰੰਪਰਾ ਦੇ ਵਿੱਚ ਤੇ ਇਹ ਮਹਾਯਾਨ ਦਾ ਸ਼ੂਨ્યਵਾਦ ਦਾ ਇੱਕ ਥੀਸਿਸ ਜਿਹੜਾ ਬਣ ਜਾਂਦਾ ਇਹਦੇ ਵਿੱਚ ਇੱਕ ਥੋੜਾ ਡਿਫਰੈਂਸ ਸੂਰ ਵੀ ਆਇਆ ਜਿਵੇਂ ਵਿਗਿਆਨਵਾਦ ਇੱਕ ਜਾਂ ਉਹਨਾਂ ਨੂੰ ਯੋਗਾਚਰ ਵੀ ਕਹਿੰਦੇ ਨੇ ਅਸੀਂ ਯੋਗ ਦੇ ਜਿਹੜੇ ਪਰੋਕਾਰ ਹੋਏ ਯੋਗਾਚਾਰ ਵੀ ਉਹਨਾਂ ਨੂੰ ਕਹਿੰਦੇ ਨੇ ਯੋਗਵਾਦੀ ਜਾਂ ਵਿਗਿਆਨਵਾਦੀ ਵੀ ਉਹਨਾਂ ਨੂੰ ਕਹਿੰਦੇ ਇਹ ਵਿਗਿਆਨ ਸ਼ਬਦ ਜਿਹੜਾ ਆਰਡੀਨਰੀ ਆਪਣਾ ਮੀਨਿੰਗ ਹੈ ਸਾਇੰਸ ਦਾ ਜਿਸ ਤਰ੍ਹਾਂ ਆਪਾਂ ਸਮਝਦੇ ਆ ਉਹ ਨਹੀਂ ਹੈ ਇਹ ਅਲੱਗ ਹੈ ਇਹ ਵਿਗਿਆਨ ਕੀ ਹੈ ਵਿਗਿਆਨ ਸ਼ਬਦ ਜਿਹੜਾ ਇਹ ਜਾਣਨ ਵਾਸਤੇ ਕਿਸੇ ਚੀਜ਼ ਨੂੰ ਵਿਗਿਆਨਨਾ ਮਤਲਬ ਉਸ ਚੀਜ਼ ਨੂੰ ਜਾਣਣਾ ਸੋ ਵਿਗਿਆਨਵਾਦ ਮਤਲਬ ਕਿਸੇ ਚੀਜ਼ ਨੂੰ ਜਾਣਨ ਦਾ ਬਾਦ ਸੋ ਇਹਨਾਂ ਨੇ ਇਹਨਾਂ ਦੀ ਵਿਸ਼ੇਸ਼ਤਾ ਸਿਰਫ ਇੰਨੀ ਹੈ ਕਿ ਇਹਨਾਂ ਨੇ ਮੈਥਡੋਲੋਜੀਕਲੀ ਯੋਗ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਇਹਨਾਂ ਨੇ ਕਿਹਾ ਜਿਹੜੀਆਂ ਯੋਗ ਦੀਆਂ ਆਪਣੇ ਆਪ ਨੂੰ ਸਾਰੀ ਕਾਇਨਾਤ ਤੋਂ ਡਿਸੋਸੀਏਟ ਕਰ ਲੈਣ ਦੀਆਂ ਵਿਧੀਆਂ ਨੇ ਆਪਣੇ ਆਪ ਨੂੰ ਬਾਕੀ ਕਾਇਨਾਤ ਤੋਂ ਤੋੜ ਲੈਣ ਦੀਆਂ ਜਿਹੜੀਆਂ ਵਿਧੀਆਂ ਨੇ ਉਹਨਾਂ ਵਿਧੀਆਂ ਦੇ ਰਾਹੀਂ ਹੀ ਅਸੀਂ ਅਸਲੀ ਹਕੀਕਤ ਨੂੰ ਜਾਣ ਸਕਾਂਗੇ ਵਿਗਿਆਨ ਕਰ ਸਕਾਂਗੇ ਉਹਨਾਂ ਦਾ ਸੋ ਇਸ ਕਰਕੇ ਇਹ ਵਿਗਿਆਨਵਾਦ ਹੈ ਜਾਂ ਯੋਗਾਚਰ ਵੀ ਇਹਨਾਂ ਨੂੰ ਕਹਿੰਦੇ ਆਪਾਂ ਕਿਉਂਕਿ ਇਹਨਾਂ ਨੇ ਯੋਗ ਦੀ ਇਸਤਮਾਲ ਵਿਧੀ ਦੇ ਤੌਰ ਦੇ ਉੱਤੇ ਕੀਤਾ ਜੇ ਧਿਆਨ ਨਾਲ ਦੇਖਿਆ ਜਾਵੇ ਇਹ ਭਾਰਤੀ ਫੀਨੋਮੈਨੋਲੋਜੀ ਜਾਂ ਬੜਪੰਚਵਾਦ ਹੈ ਉਹਦਾ ਕੋਈ ਸੰਸਕਰਣ ਹੈ ਬਹੁਤ ਪੁਰਾਣਾ ਉਹ ਕਿਵੇਂ ਕਿ ਬੇਸਿਕਲੀ ਇਹ ਕਹਿੰਦੇ ਨੇ ਕਿ ਤੁਸੀਂ ਸਾਰੀ ਕਾਇਨਾਤ ਨੂੰ ਨਹੀਂ ਜਾਣ ਰਹੇ ਤੁਸੀਂ ਕਾਇਨਾਤ ਤੋਂ ਪੈਦਾ ਹੋਣ ਵਾਲੇ ਸੈਂਸ ਐਕਸਪੀਰੀਅੰਸ ਨੂੰ ਜਾਣ ਰਹੇ ਸੋ ਇਸ ਕਰਕੇ ਤੁਸੀਂ ਕਾਇਨਾਤ ਤੋਂ ਆਪਣੇ ਆਪ ਨੂੰ ਕਟੋ ਫੇਰ ਹੀ ਤੁਸੀਂ ਅਸਲੀ ਐਕਸਪੀਰੀਅੰਸ ਨਾਮ ਦੀ ਚੀਜ਼ ਨੂੰ ਖੁਦ ਐਕਸਪੀਰੀਅੰਸ ਕਰਸੋ ਸੋ ਐਕਸਪੀਰੀਅੰਸਿੰਗ ਦਾ ਐਕਸਪੀਰੀਅੰਸ ਜਾਂ ਜਿਹਨੂੰ ਕਹਿੰਦੇ ਆ ਕਿ ਜਿਹਨੂੰ ਯੂਰਪੀ ਪਰੰਪਰਾਵਾਂ ਦੇ ਵਿੱਚ ਕਈ ਲੋਕਾਂ ਨੇ ਕਿਹਾ ਕਿ ਅਸੀਂ ਸਟਰਕਚਰ ਆਫ ਕੌਂਸ਼ੀਅਸਨੈਸ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਉਹਦੇ ਵਾਸਤੇ ਕੀ ਕਰਨਾ ਹੈ ਕਿ ਜਿਹੜੀਆਂ ਚੀਜ਼ਾਂ ਸਾਨੂੰ ਕੌਂਸ਼ੀਅਸਨੈਸ ਦਾ ਅਹਿਸਾਸ ਦਵਾਉਂਦੀਆਂ ਨੇ ਯਾਨੀ ਜਿਹੜੀਆਂ ਚੀਜ਼ਾਂ ਸਾਡੀ ਕੌਂਸ਼ੀਅਸਨੈਸ ਨੂੰ ਅਫੈਕਟ ਕਰਦੀਆਂ ਨੇ ਬਾਹਰੋਂ ਭੌਤਿਕ ਦੁਨੀਆ ਜਿਹੜੀ ਹੈਗੀ ਆ ਉਹਦੇ ਤੋਂ ਸ਼ਟਡਾਊਨ ਕਰੋ ਆਪਣੇ ਆਪ ਨੂੰ ਉਹਦੇ ਤੋਂ ਆਪਣੇ ਆਪ ਨੂੰ ਬ੍ਰੈਕਟ ਆਫ ਕਰੋ ਉਹਦੇ ਤੋਂ ਆਪਣੇ ਆਪ ਨੂੰ ਸ਼ਟ ਆਫ ਕਰੋ ਫੇਰ ਹੀ ਤੁਸੀਂ ਐਕਸਪੀਰੀਅנס ਨੂੰ ਖੁਦ ਐਕਸਪੀਰੀਅנס ਕਰ पाओगे ਸੋ ਇਹ ਬੜਾ ਸੁਣਨ ਨੂੰ ਸਪਸ਼ਟ ਹੀ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਕੈਮਿਸਟਿਸਿਜ਼ਮ ਹੈ ਸੋ ਇਹ ਮਿਸਟਿਸਿਜ਼ਮ ਵਿਚਾਰਵਾਦ ਦੀ ਇੱਕ ਕੈਰੈਕਟ੍ਰਿਸਟਿਕ ਜਿਹੜੀ ਵਿਸ਼ੇਸ਼ਤਾ ਹੈ ਮਤਲਬ ਇਹ ਉਹ ਲੱਛਣ ਹੈ ਜਿਹਨੂੰ ਦੇਖ ਕੇ ਤੁਸੀਂ ਵਿਚਾਰਵਾਦ ਨੂੰ ਵਿਚਾਰਵਾਦ ਕਹਿ ਸਕਦੇ ਹੋ ਕਿ ਇਹ ਹੀ ਵਿਚਾਰਵਾਦ ਹੋ ਸਕਦਾ ਹੈ ਸੋ ਇਹ ਜਿਹੜਾ ਮਹਾਯਾਨ ਬੁੱਧਿਜ਼ਮ ਦਾ ਆ ਜਿਹੜਾ ਪੂਰਾ ਸਿਸਟਮ ਸੀ ਜਿਹਦੇ ਚ ਸ਼ੂਨਿਆਵਾਦ ਉਸ ਤੋਂ ਬਾਅਦ ਵਿਗਿਆਨਵਾਦ ਸੋ ਇਹਨਾਂ ਸਾਰਿਆਂ ਨੇ ਤੁਸੀਂ ਜਦੋਂ ਬਹੁਤ ਸਾਰਾ ਲਿਟਰੇਚਰ ਪੜੋਗੇ ਤਾਂ ਤੁਹਾਨੂੰ ਮਹਿਸੂਸ ਹੋਏਗਾ ਕਿ ਜਿਵੇਂ ਇਹਨਾਂ ਦੇ ਵਿੱਚ ਕੋਈ ਬਹੁਤ ਮੂਲ ਡਿਫਰੈਂਸ ਹੋਵੇ ਇਹਨਾਂ ਕੱਟੜ ਨੇ ਇੱਕ ਦੂਜੇ ਦੇ ਉੱਤੇ ਐਡਾ ਮਤਲਬ ਜ਼ਬਰਦਸਤ ਹਮਲੇ ਬੋਲਦੇ ਨੇ ਇਹ ਕਿ ਤੁਹਾਨੂੰ ਲੱਗੇਗਾ ਕਿ ਇਹ ਕਿਸੇ ਬਹੁਤ ਮੂਲ ਗੱਲ ਦੇ ਉੱਤੇ ਲੜ ਰਹੇ ਲੇਕਿਨ ਇਹ ਕਿਸੇ ਮੂਲ ਗੱਲ ਦੇ ਉੱਤੇ ਨਹੀਂ ਲੜ ਰਹੇ ਇਹਨਾਂ ਦੋਵਾਂ ਦੀ ਮੂਲ ਭਾਵਨਾ ਬਿਲਕੁਲ ਸੇਮ ਹੈ ਬਿਲਕੁਲ ਇੱਕ ਹੈ ਉਹ ਹੈ ਕਿ ਵਿਚਾਰ ਪ੍ਰਮੁੱਖ ਹੈ ਹਕੀਕਤ ਜਿਹਨੂੰ ਦੁਨੀਆਵੀ ਚੀਜ਼ਾਂ ਨੇ ਉਹਨਾਂ ਦੀ ਹਕੀਕਤ ਐਗਜ਼ਿਸਟ ਨਹੀਂ ਕਰਦੀ ਸੋ ਇਹ ਲੇਕਿਨ ਲਾਸਟ ਦੇ ਵਿੱਚ ਆਂਦੇ ਆਂਦੇ ਇਹ ਵਿਗਿਆਨਵਾਦ 8ਵੀਂ ਸ਼ਤਾਬਦੀ ਤੱਕ ਆਂਦੇ ਆਂਦੇ ਮੈਂ ਕਹਿ ਰਿਹਾ ਕਿ ਇਹ ਮਤਲਬ ਕਮਲਸ਼ੀਲ ਧਰਮਕੀਰਤੀ ਦਿਗਨਾਗ ਬਹੁਤ سارے ਇਹਨਾਂ ਦੇ ਵੱਡੇ ਵੱਡੇ ਪਰੂਕਾਰ ਹੋਏ ਸੋ ਇਹਨਾਂ ਦੀ ਆਪਸੀ ਮਤਭੇਦ ਬਹੁਤ ਤਿੱਖੇ ਹਾਂਦੇ ਨੇ ਤੇ ਤੁਸੀਂ 2-3 ਸਦੀਆਂ ਦੇ ਵਿੱਚ ਭਾਰਤੀ ਫਲਸਫੇ ਦਾ ਇਤਿਹਾਸ ਦੇਖਦੇ ਹੋ ਉਹ ਇਹਨਾਂ ਦੀ ਹੀ ਬਹਿਸ ਹੈ ਲੇਕਿਨ ਇਹ ਸਾਰਾ ਟਾਈਮ ਇਹ ਬਹਿਸ ਕਰਦੇ ਹੋਏ ਕੀ ਕਰ ਰਹੇ ਨੇ ਇਹ ਬੇਸਿਕਲੀ ਕਹਿ ਰਹੇ ਨੇ ਕਿ ਵਿਚਾਰ ਦੀ ਪ੍ਰਮੁਖਤਾ ਉਹ ਅਕਸੈਪਟਡ ਹੈ ਉਸ ਦੇ ਉੱਤੇ ਹੋਣ ਵਾਲੀਆਂ ਜਿਹੜੀਆਂ ਗੱਲਾਂ ਨੇ ਉਸ ਦੇ ਉੱਤੇ ਹੋਣ ਵਾਲੀਆਂ ਜਿਹੜੀਆਂ ਬਹਿਸਾਂ ਨੇ ਉਹਨਾਂ ਬਹਿਸਾਂ ਨੂੰ ਪ੍ਰਮੁਖਤਾ ਜਿਹੜੀ ਹੈ ਉਹਨਾਂ ਨੇ ਦਿੱਤੀ ਉਹਨਾਂ ਨੂੰ ਹੀ ਮੂਲ ਬੈਸਾ ਬਣਾ ਕੇ ਫਲਸਫੇ ਦੀਆਂ ਇਹਨਾਂ ਨੇ ਪੇਸ਼ ਕੀਤਾ ਜਿਹਦਾ ਨਤੀਜਾ ਕੀ ਹੁੰਦਾ ਹੈ ਕਿ ਕਰਦੇ ਕਰਦੇ ਇੱਕ ਵੱਡਾ ਆਧਾਰ ਪੈਦਾ ਹੁੰਦਾ ਹੈ ਕਿ ਜਿਹੜੇ ਉਪਨਿਸ਼ਦਾਂ ਤੋਂ ਇਹ ਤੋੜ ਮਰੋੜ ਕੇ ਉਹਨਾਂ ਨੂੰ ਮੂਲ ਰੂਪ ਚ ਮੰਨਦੇ ਨਾ ਹੋਏ ਫਿਰ ਵੀ ਉਹਨਾਂ ਦੇ ਕੰਟੈਂਟ ਨੂੰ ਚੁੱਕਦੇ ਹੋਏ ਬਿਨਾ ਉਹਨਾਂ ਨੂੰ ਕ੍ਰੈਡਿਟ ਦਿੱਤੇ ਆ ਉਹਨਾਂ ਦੇ ਕੰਟੈਂਟ ਨੂੰ ਵਰਤਦੇ ਹੋਏ ਮਹਾਯਾਨ ਤੇ ਜਿਹੜੇ ਇਹ ਮਹਾਯਾਨ ਦੇ ਦੋਨੋਂ ਸੈਕਟਸ ਜਿਹੜੇ ਨੇ ਸ਼ੂਨ્યਵਾਦੀ ਵੀ ਤੇ ਯੋਗ ਯੋਗਾਚਾਰ ਵੀ ਇਹ ਜਿਸ شدت ਦੇ ਨਾਲ ਬਹਿਸ ਕਰ ਰਹੇ ਸੀ ਬਿਨਾ ਕ੍ਰੈਡਿਟ ਦਿੱਤੇ ਆ ਫਾਈਨਲੀ ਸ਼ੰਕਰ ਆਉਂਦਾ ਤੇ ਉਹ ਕਹਿੰਦਾ ਹੈ ਕਿ ਤੁਸੀਂ ਜਿਸ ਚੀਜ਼ ਨੂੰ ਕ੍ਰੈਡਿਟ ਨਹੀਂ ਦੇ ਰਹੇ ਅਸਲ ਚ ਉਹੀ ਪ੍ਰਮੁੱਖ ਹੈ ਤੇ ਉਦੋਂ ਤੱਕ ਦਾ ਬૌਧਿਕ ਐਟਮੋਸਫੇਅਰ ਉਦੋਂ ਤੱਕ ਦਾ ਫਲਸਫਾ ਇਸ ਹੱਦ ਤੱਕ ਮਜ਼ਬੂਤੀ ਦੇ ਨਾਲ ਸਥਾਪਿਤ ਹੋ ਚੁੱਕਿਆ ਸੀ ਕਿ ਹੁਣ ਉਸ ਤੋਂ ਪਿੱਛੇ ਮੁੜਨਾ ਕਿਸੇ ਵਾਸਤੇ ਸੰਭਵ ਨਹੀਂ ਸੀ ਸੋ ਸ਼ੰਕਰ ਦਾ ਕੰਮ ਬੜਾ ਆਸਾਨ ਸੀ ਸੋ ਸ਼ੰਕਰ ਨੇ ਇਹਨਾਂ ਸਾਰੀਆਂ ਬੈਸਾਂ ਨੂੰ ਇਹਨਾਂ ਨੂੰ ਕਿਹਾ ਕਿ ਤੁਸੀਂ ਚੋਲਾ ਪਾ ਕੇ ਮਤਲਬ ਕਿਉਂ ਪੈਸਾ ਕਰ ਰਹੇ ਹੋ ਉਪਨਿਸ਼ਦ ਇਹ ਸਾਰੀਆਂ ਗੱਲਾਂ ਬਹੁਤ ਮਜ਼ਬੂਤੀ ਦੇ ਨਾਲ ਕਿਤੇ ਪਹਿਲਾਂ ਕਹਿ ਚੁੱਕੇ ਨੇ ਸੋ ਸ਼ੰਕਰ ਆਪਣੀ ਜਿਹੜੀ ਮੂਲ ਆਈਡੀਆ ਹੈ ਉਹ ਸਿੱਧਾ ਉਪਨਿਸ਼ਦਾਂ ਤੋਂ ਲੈਂਦਾ ਉਹਨਾਂ ਨੂੰ ਕੋਟ ਕਰਦਾ ਹੈ ਉਹਨਾਂ ਦੇ ਪ੍ਰਤੀ ਆਪਣੀ ਜਿਹੜੀ ਉਸ ਦੀ ਭਾਵਨਾ ਹੈ ਐਜ਼ ਐਨ ਆਸਤਿਕ ਮਤ ਕਿਉਂਕਿ ਉਹ ਨਾਸਤਿਕ ਨਹੀਂ ਹੈ ਉਹ ਆਸਤਿਕ ਹੈ ਇਹਨਾਂ ਨੇ ਹਲੇ ਤੱਕ ਵੀ ਆਪਣੇ ਉੱਤੇ ਨਾਸਤਿਕ ਹੋਣ ਦਾ ਜਿਹੜਾ ਉਹ ਚੋਲਾ ਹੈ ਉਹ ਕਾਇਮ ਰੱਖਿਆ ਸੀ ਮਹਾਯਾਨਾ ਨੇ ਕਿਉਂਕਿ ਇਹ ਵੇਦਾਂ ਨੂੰ ਮੰਨਦਾ ਨਹੀਂ ਸੀ ਦੰਦੇ। ਸੋ ਸ਼ੰਕਰ ਨੇ ਕਿਹਾ ਕਿ ਆਈਡੀਆ ਜਦੋਂ ਤੁਸੀਂ ਉੱਥੋਂ ਲੈ ਰਹੇ ਹੋ। ਆਈਡੀਆ ਜਦੋਂ ਤੁਸੀਂ ਸ਼ਾਸਤਰਾਂ ਤੋਂ ਤੇ ਉਪਨਿਸ਼ਦਾਂ ਤੋਂ ਲੈ ਰਹੇ ਹੋ ਤਾਂ ਫਿਰ ਡਾਇਰੈਕਟਲੀ ਉਪਨਿਸ਼ਦ ਹੀ ਸਥਾਪਿਤ ਕੀਤੇ ਜਾਣਾ। ਸੋ ਇਸ ਆਈਡੀਆ ਦੇ ਨਾਲ ਸ਼ੰਕਰ ਦਾ ਅਦ્વੈਤ ਵਿਦਾਂਤ ਉਹ ਸਾਡੇ ਸਾਹਮਣੇ ਆਉਂਦਾ ਹੈ। ਸੋ ਅਦ્વੈਤ ਵਿਦਾਂਤ ਦਾ ਪੂਰਾ ਆਈਡੀਆ ਜਿਹੜਾ ਹੈਗਾ ਉਹ ਫਿਰ ਸਾਰੀਆਂ ਚੀਜ਼ਾਂ ਦੇ ਜਿੰਨਾ ਹੁਣ ਤੱਕ ਵਿਚਾਰਵਾਦ ਨੇ ਆਪਣੇ ਲੌਜਿਕ ਨੂੰ ਪਰਫੈਕਟ ਕੀਤਾ ਸੀ ਉਹ ਸਾਰੇ ਨੂੰ ਐਜ਼ ਇਟ ਇਜ਼ ਮੰਨਦੇ ਹੋਏ ਉਹਨੇ ਉਸ ਨੂੰ ਉਸ ਦੀ ਸ਼ੁੱਧ ਰੂਪ ਦੇ ਵਿੱਚ ਉਸ ਦੇ ਉਤੋਂ ਉਸ ਦੀ ਨਾਸਤਿਕਤਾ ਦਾ ਲਬਾਦਾ ਹਟਾ ਕੇ ਸਿੱਧਾ ਉਸ ਨੂੰ ਉਸ ਦੇ ਸ਼ੁੱਧ ਰੂਪ ਦੇ ਵਿੱਚ ਪੇਸ਼ ਕੀਤਾ ਸ਼ੰਕਰ ਕੀ ਕਹਿੰਦਾ ਹੈ ਸ਼ੰਕਰ ਦਾ ਵਿਚਾਰਵਾਦ ਵਿਦਾਂਤਵਾਦ ਉਹ ਕਹਿੰਦਾ ਹੈ ਕਿ ਸਾਰੀ ਦੁਨੀਆ ਜਿਹੜੀ ਹੈਗੀ ਹੈ ਇਹਦੀ ਹਕੀਕਤ ਐਗਜ਼ਿਸਟ ਹੀ ਨਹੀਂ ਕਰਦੀ ਇਹ ਹੈ ਹੀ ਨਹੀਂ ਤਰਕ ਬਾਰੇ ਉਹਨਾਂ ਨੇ ਕਿਹਾ ਕਿ ਜਿਹੜੇ ਤੁਸੀਂ ਅਨੁਮਾਨ ਲਗਾਉਣ ਦੀ ਕੋਸ਼ਿਸ਼ ਕਰਦੇ ਹੋ ਚੀਜ਼ਾਂ ਦੇ ਕਿਸੇ ਚੀਜ਼ ਤੋਂ ਆਉਣ ਵਾਲੇ ਸੈਂਸ ਡੇਟਾ ਤੋਂ ਉਸ ਚੀਜ਼ ਦੀ ਹੋਂਦ ਦਾ ਅਨੁਮਾਨ ਸੋ ਇਹ ਅਨੁਮਾਨ ਵੀ ਇਸ ਕਰਕੇ ਹੀ ਝੂਠਾ ਹੈ ਕਿਉਂਕਿ ਹੋਂਦ ਹੀ ਨਹੀਂ ਹੈ ਸੋ ਅਨੁਮਾਨ ਤੇ ਤਰਕ ਇਹ ਅਨਵਿਸ਼ਕੀ ਉਸ ਵੇਲੇ ਅਨਵਿਖਸ਼ਕੀ ਸ਼ਬਦ ਦੇ ਵਾਸਤੇ ਵਰਤਦੇ ਨੇ ਲੌਜੀਕ ਵਾਸਤੇ ਸੋ ਉਹਨੂੰ ਸਾਰੇ ਨੂੰ ਰੱਦ ਕੀਤਾ ਸ਼ੰਕਰ ਨੇ ਕਿ ਇਹਦੀ ਹੋਂਦ ਜਿਹੜੀ ਹੈਗੀ ਹੈ ਇਹ ਫਜ਼ੂਲ ਦੀ ਚੀਜ਼ ਹੈ ਜਿਹਦਾ ਕੋਈ ਮਤਲਬ ਨਹੀਂ ਹੈ ਸ਼ੁੱਧ ਵਿਚਾਰ ਐਗਜ਼ਿਸਟ ਕਰਦੇ ਨੇ ਸ਼ੁੱਧ ਜਿਹੜੀ ਚੇਤਨਾ ਹੈ ਉਹ ਐਗਜ਼ਿਸਟ ਕਰਦੀ ਹੈ ਤੇ ਉਸ ਦੇ ਉੱਤੇ ਇੱਕ ਪਰਦਾ ਹੈ ਉਸ ਦੇ ਉੱਤੇ ਇੱਕ ਪਰਦਾ ਪੋਸ਼ੀ ਕੀਤੀ ਗਈ ਹੈ ਜਿਸ ਨੂੰ ਉਸਨੇ ਕਨਸੈਪਟ ਲਿਆਂਦਾ ਮਾਇਆ ਦਾ ਸੋ ਨੇ ਕਿਹਾ ਕੀ ਹੈ ਸ਼ੁੱਧ ਚੇਤਨਾ ਯਾਨੀ ਬ੍ਰह्म ਤੇ ਬ੍ਰह्म ਦੇ ਉੱਤੇ ਦੂਜੀ ਚੀਜ਼ ਹੈਗੀ ਮਾਇਆ ਸੋ ਮਾਇਆ ਬ੍ਰह्म ਨੂੰ ਲੁਕੋ ਕੇ ਰੱਖਦੀ ਹੈ ਸੋ ਉਹ ਪਟਕਾਉਣ ਦਾ ਕੰਮ ਕਰਦੀ ਹੈ ਸੋ ਜਿੰਨੀਆਂ ਚੀਜ਼ਾਂ ਤੁਹਾਨੂੰ ਦੁਨੀਆਵੀ ਨਜ਼ਰ ਆਉਂਦੀਆਂ ਨੇ ਇਹ ਅਸਲ ਦੇ ਵਿੱਚ ਤੁਹਾਨੂੰ ਉਹਨਾਂ ਦੀ ਅਸਲੀਅਤ ਤੋਂ ਟਕਣ ਦਾ ਕੰਮ ਕਰ ਰਹੀਆਂ ਨੇ ਮਾਇਆ ਕਰ ਰਹੀ ਹੈ ਸੋ ਤੁਸੀਂ ਮਾਇਆ ਦੇ ਅਸਰ ਥੱਲੇ ਅਸਲੀਅਤ ਨਹੀਂ ਹਕੀਕਤ ਨਹੀਂ ਦੇਖ ਪਾ ਰਹੇ ਸੋ ਹਕੀਕਤ ਹੈ ਉਹ ਉਸ ਤੋਂ ਪਿੱਛੇ ਹੈ ਸੋ ਚੀਜ਼ਾਂ ਹਕੀਕਤ ਨਹੀਂ ਹਨ ਉਹ ਕੀ ਨੇ ਉਹ ਮਾਇਆ ਨੇ ਉਹ ਹਕੀਕਤ ਨੂੰ ਢੱਕਣ ਦਾ ਜ਼ਰੀਆ ਹੈ ਸੋ ਇਹ ਸ਼ੰਕਰ ਦਾ ਅਦ્વੈਤ ਵਿਦਾਨ ਸੋ ਇਸ ਆਈਡੀਆ ਦੇ ਨਾਲ ਸ਼ੰਕਰ ਜਿਹੜਾ ਹੈ ਉਹ ਫਿਰ ਫਰਦਰ ਪੂਰਾ ਇਲੈਬੋਰੇਟ ਕਰਦਾ ਹੈ ਇਲਿਊਜ਼ਨਸ ਨੂੰ ਉਹ ਸਵਾਲ ਉਠਾਉਂਦਾ ਹੈ ਕਿ ਤੁਸੀਂ ਜਿਹੜੀ ਸੁਪਨ ਅਵਸਥਾ ਹੈ ਤੁਹਾਡੀ ਸੁਪਨੇ ਦੀ ਅਵਸਥਾ ਹੈ ਉਹਦੇ ਵਿੱਚ ਦੇਖੇ ਹੋਏ ਹਾਥੀ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਅਸਲੀ ਨਹੀਂ ਹੈ ਤੇ ਜਿਹਨੂੰ ਤੁਸੀਂ ਅੱਖਾਂ ਖੋਲ੍ਹ ਕੇ ਦੇਖ ਰਹੇ ਹੋ ਹਾਥੀ ਨੂੰ ਉਹ ਅਸਲੀ ਹੈ ਥੋੜੇ ਕੋਲ ਕੋਈ ਕਾਰਨ ਨਹੀਂ ਹੈ ਤੁਸੀਂ ਕੁਝ ਵੀ ਉਹ ਉਹਦੇ ਤਰਕ ਲੈ ਕੇ ਆਣੇ ਹੋ ਕਿ ਅਸੀਂ ਇਸ ਨੂੰ ਹੱਥ ਲਗਾ ਸਕਦੇ ਹਾਂ ਉਸ ਨੂੰ ਨਹੀਂ ਲਗਾ ਸਕਦੇ ਸੋ ਤੁਸੀਂ ਜੋ ਮਰਜ਼ੀ ਤਰਕ ਲੈ ਕੇ ਆਓ ਸਾਰੇ ਮਾਮਲਿਆਂ ਦੇ ਵਿੱਚ ਤੁਸੀਂ ਕੁਲ ਮਿਲਾ ਕੇ ਇੱਕ ਸੈਂਸ ਡਾਟਾ ਮੈਂ ਜਿਹੜੀ ਸੈਂਸ ਡਾਟਾ ਹੈ ਜਿਹੜਾ ਸੁਪਨੇ ਵਾਲਾ ਹਾਥੀ ਵੀ ਤੁਹਾਨੂੰ ਦੇ ਰਿਹਾ ਹੈ ਤੇ ਮਨ ਡਾਟਾ ਨੂੰ ਡਾਇਰੈਕਟਲੀ ਐਕਸੈਪਟ ਕਰ ਰਿਹਾ ਹੈ ਸੇਮ ਵੇ ਜਿਹਨੂੰ ਤੁਸੀਂ ਬਾਹਰਲਾ ਹਾਥੀ ਸਮਝ ਰਹੇ ਹੋ ਉਹ ਵੀ ਅਸਲ ਚ ਬੰਡਲ ਆਫ ਸੈਂਸ ਡਾਟਾ ਹੈ ਜਿਹੜਾ ਤੁਹਾਡਾ ਮਨ ਐਕਸੈਪਟ ਕਰ ਰਿਹਾ ਸੋ ਇਸ ਰੂਪ ਦੇ ਵਿੱਚ ਜਦੋਂ ਸ਼ੰਕਰ ਨੇ ਚੀਜ਼ਾਂ ਨੂੰ ਟ੍ਰਿਵਲਾਈਜ਼ ਕਹਿ ਲੋ ਕੀਤਾ ਹੋਰ ਜ਼ਿਆਦਾ ਤੇ ਵਿਚਾਰਵਾਦ ਨੂੰ ਆਪਣੀ ਚਰਮ ਸੀਮਾ ਤੇ ਸ਼ੰਕਰ ਅਦਵੈਤ ਵਿਦਾਂਤ ਦੇ ਵਿੱਚ ਲੈ ਜਾਂਦਾ ਸੋ ਅਦੈਤ ਵਿਦਾਂਤ ਤੋਂ ਬਾਅਦ ਵੀ ਕੁਝ ਰੂਪ ਹੋਰ ਆਉਂਦੇ ਨੇ ਇਸ ਦੇ ਜੀ ਰਾਮਾਨੁਜ ਸਿਧਾਂਤ ਉਸ ਤੋਂ ਬਾਅਦ ਆਉਂਦਾ ਹੈ ਵਿਸ਼ਿਸ਼ਟਾ ਦ્વੈਤ ਜਿਹੜਾ ਹੈਗਾ ਜਿਹਦੇ ਵਿੱਚ ਉਹ ਕਹਿੰਦਾ ਕਿ ਹਲੇ ਸ਼ੰਕਰ ਵੀ ਇਹ ਗੜਬੜ ਕਰ ਰਿਹਾ ਹੈ ਕਿ ਉਹ ਕਹਿ ਰਿਹਾ ਹੈ ਕਿ ਮਾਇਆ ਪਰਦਾ ਪੋਸ਼ੀ ਕਰ ਰਹੀ ਹੈ ਉਹ ਕਹਿੰਦਾ ਪਰਦਾ ਪੋਸ਼ੀ ਕਦੇ ਤੇ ਕਰ ਰਹੀ ਹੈ ਕੁਛ ਐ ਹੀ ਨਹੀਂ ਸੋ ਉਹ ਕਹਿੰਦੇ ਵੀ ਪਰਦਾ ਪੋਸ਼ੀ ਨਹੀਂ ਉਹ ਕਿਸੇ ਚੀਜ਼ ਨੂੰ ਟਕਿਆ ਨਹੀਂ ਹੋਇਆ ਉਹ ਚੀਜ਼ ਹੈ ਹੀ ਨਹੀਂ ਕੋਈ ਸੋ ਇਸ ਕਰਕੇ ਉਹਨਾਂ ਨੇ ਕਿਹਾ ਵੀ ਮਾਇਆ ਦੀ ਹੋਂਦ ਨੂੰ ਮੰਨਣਾ ਵੀ ਕਿਸੇ ਹੋਰ ਚੀਜ਼ ਦੀ ਹੋਂਦ ਨੂੰ ਮੰਨਣਾ ਹੈ ਜੋ ਕਿ ਉਸ ਤੋਂ ਵੀ ਜ਼ਿਆਦਾ ਮਤਲਬ ਕਟੜੂ ਹੋਣ ਦੀ ਕੋਸ਼ਿਸ਼ ਜਿਹੜੀ ਹੈ ਉਹ ਵਿਸ਼ਿਸ਼ਟ ਦ્વੈਤ ਕਰਦਾ ਹੈ ਸੋ ਇਹ ਸਾਡੇ ਭਾਰਤੀ ਪਰੰਪਰਾ ਦੀ ਵਿਚਾਰਵਾਦੀ ਜਿਹੜੀ ਧਾਰਾ ਹੈ ਇਹਦੀ ਯੂਰਪ ਦੀ ਬਹੁਤ ਸਾਰੀਆਂ ਧਾਰਾਵਾਂ ਦੇ ਨਾਲ ਤੁਹਾਨੂੰ ਸਗਵੇਂ ਕਾਰਸਪੋਂਡਿੰਗ ਜਿਹੜੇ ਥੀਸਿਸ ਨੇ ਉਹ ਮਿਲਦੇ ਨੇ ਜਿਵੇਂ ਬਰਕਲੇ ਬਰਕਲੇ ਇੱਕ ਯੂਰਪੀਅਨ ਫਿਲਾਸਫਰ ਹੋਇਆ ਉਹ ਉਹ ਕਹਿੰਦਾ ਕਿ ਦੁਨੀਆ ਜਿਹੜੀ ਹੈਗੀ ਹੈ ਉਹ ਕੁਝ ਨਹੀਂ ਹੈ ਇਹ ਮਤਲਬ ਤੁਹਾਨੂੰ ਸਿਰਫ ਮਹਿਸੂਸ ਹੋ ਰਿਹਾ ਹੈ ਤੁਸੀਂ ਕਦੀ ਵੀ ਕੁਝ ਵੀ ਦੇਖਦੇ ਨਹੀਂ ਹੋ ਅਸਲ ਦੇ ਵਿੱਚ ਤੁਸੀਂ ਆਪਣੇ ਹੀ ਐਕਸਪੀਰੀਐਂਸਸ ਨੂੰ ਦੇਖ ਰਹੇ ਹੋ ਤੇ ਉਹ ਐਕਸਪੀਰੀਐਂਸ ਜਿਹੜਾ ਹੈਗਾ ਇਹ ਤੁਹਾਡੇ ਮਨ ਇਸ ਕਰਕੇ ਪੈਦਾ ਕਰ ਰਿਹਾ ਹੈ ਕਿਉਂਕਿ ਤੁਹਾਡਾ ਮਨ ਰਿਐਲਿਟੀ ਨੂੰ ਦੇਖਣ ਨਹੀਂ ਦੇ ਰਿਹਾ ਤੁਹਾਨੂੰ ਸੋ ਉਹ ਇਸ ਹੱਦ ਤੱਕ ਜਿਹੜਾ ਬਰਕਲੇ ਰੱਦ ਕਰਦਾ ਹੈ ਰਿਐਲਿਟੀ ਨੂੰ ਇਸੇ ਹੱਦ ਤੱਕ ਸ਼ੰਕਰ ਵੀ ਰਿਜੈਕਟ ਕਰਦਾ ਹੈ ਰਿਐਲਿਟੀ ਮੈਂ ਜਿਹੜਾ ਪੁਆਇੰਟ ਇੱਥੇ ਰੱਖਣ ਜਾ ਰਿਹਾ ਉਹ ਇਹ ਹੈ ਕਿ ਅਸੀਂ ਜਦੋਂ ਇਹਨਾਂ ਮਤਾਂ ਨੂੰ ਕਲਾਸੀਫਾਈ ਕਰਦੇ ਹਾਂ ਸਾਡੇ ਵਿੱਚ ਬਹੁਤ ਜ਼ਬਰਦਸਤ ਭਰਮ ਪੈਦਾ ਹੁੰਦੇ ਨੇ ਕਿਉਂਕਿ ਅਸੀਂ ਕਈ ਵਾਰ ਸਮਝ ਲੈਂਦੇ ਹਾਂ ਕਿ ਤਰਕ ਨੂੰ ਮੰਨ ਲੈਣਾ ਆਪਣੇ ਆਪ ਦੇ ਵਿੱਚ ਕੋਈ ਭੌਤਿਕਵਾਦੀ ਕਰ ਦੇਣਾ ਐਸਾ ਨਹੀਂ ਹੈ ਬਹੁਤ ਸਾਰੀਆਂ ਵਿਚਾਰਵਾਦੀਤਾਵਾਂ ਨੇ ਜਿਨ੍ਹਾਂ ਨੇ ਤਰਕ ਨੂੰ ਮੰਨਿਆ ਜਿਵੇਂ ਸ਼ੰਕਰ ਨੇ ਵੀ ਕਿਹਾ ਕਿ ਤਰਕ ਨੂੰ ਉਸ ਹੱਦ ਤੱਕ ਮਾਨਤਾ ਦਿੱਤੀ ਜਾ ਸਕਦੀ ਹੈ ਜਿਸ ਹੱਦ ਤੱਕ ਉਹ ਬ੍ਰਹਮ ਦੀ ਹੋਂਦ ਨੂੰ ਸਾਬਤ ਕਰਨ ਵਾਸਤੇ ਇਸਤੇਮਾਲ ਹੁੰਦਾ ਹੈ ਸੋ ਤਰਕ ਹੋ ਸਕਦਾ ਹੈ ਪਰ ਉਹ ਸਿਰਫ ਬ੍ਰਹਮ ਦੀ ਹੋਂਦ ਨੂੰ ਸਾਬਤ ਕਰਨ ਵਾਸਤੇ ਹੀ ਵਰਤਿਆ ਹੋ ਸਕਦਾ ਹੈ ਉਹੀ ਵੈਲਿਡ ਤਰਕ ਹੈ ਹੋਰ ਕੋਈ ਤਰਕ ਜਾਂ અનુਮਾਨ ਵੈਲਿਡ ਨਹੀਂ ਹੈ ਸਿਰਫ ਤਰਕ ਹੋਣਾ ਜਾਂ ਨਾ ਹੋਣਾ ਤਰਕਸ਼ੀਲ ਹੋਣਾ ਜਾਂ ਨਾ ਹੋਣਾ ਆਪਣੇ ਆਪ ਦੇ ਵਿੱਚ ਪੌਤਿਕਵਾਦੀ ਜਾਂ ਵਿਚਾਰਵਾਦੀ ਹੋਣਾ ਨਹੀਂ ਹੈ ਉਹ ਸਿਰਫ ਇੱਕ ਮੈਥਡੋਲੋਜੀ ਹੈ ਜਿਸ ਨੂੰ ਦੋਨੋਂ ਹੀ ਅਪਣਾਉਂਦੇ ਨੇ ਵਿਚਾਰਵਾਦੀ ਵੀ ਤੁਹਾਨੂੰ ਉਸ ਨੂੰ ਅਪਣਾਉਂਦੇ ਮਿਲਦੇ ਨੇ ਪਦਾਰਥਵਾਦੀ ਜਾਂ ਪੌਤਿਕਵਾਦੀ ਵੀ ਉਸ ਨੂੰ ਅਪਣਾਉਂਦੇ ਹੋਏ ਮਿਲਦੇ ਨੇ ਉਹ ਤਰਕ ਦੇ ਵਿੱਚੋਂ ਕਿਹੜੀ ਕਿਹੜੀ ਨੋਲਿਜ ਨੂੰ ਵੈਲਿਡ ਮੰਨਦੇ ਨੇ ਇਹਦੇ ਵਿੱਚ ਫਰਕ ਹੈ ਜਿਵੇਂ ਸ਼ੰਕਰ ਅਦਵੈਤ ਵਦਾਂਤ ਦੇ ਵਿੱਚ ਉਹ ਉਹ ਕਿਸੇ ਵੀ ਜਿਹੜੀ 5 ਸੈਂਸਸ ਸੈਂਸ ਆਰਗਨਸ ਨੇ ਸਾਡੇ ਉਹਨਾਂ ਤੋਂ ਆਉਣ ਵਾਲੀ ਨੌਲੇਜ ਨੂੰ ਵੈਲਿਡ ਸੋਰਸ ਆਫ ਨੌਲੇਜ ਨਹੀਂ ਮੰਨਦਾ ਸੋ ਉਹ ਜਿਹੜੇ ਇਹ ਵਾਲੇ ਪ੍ਰਮਾਣ ਨੇ ਕਈ ਕਿਸਮ ਦੇ ਪ੍ਰਮਾਣ ਨੇ ਨਾ ਜਿਵੇਂ ਅਨੁਮਾਨ ਪ੍ਰਮਾਣ ਹੈ ਅਨੁਮਾਨ ਮਤਲਬ ਅਸੀਂ ਇਨਫਰੈਂਸ ਇਨਫਰੈਂਸ਼ੀਅਲ ਸਾਡੀ ਨੌਲੇਜ ਹੈ ਜਿਵੇਂ ਅਸੀਂ ਧੂਏ ਨੂੰ ਦੇਖ ਕੇ ਅੱਗ ਦਾ ਅੰਦਾਜ਼ਾ ਲਗਾ ਲੈਂਦੇ ਹਾਂ ਸੋ ਵੀ ਧੂਆ ਹੈ ਇਸ ਕਰਕੇ ਅੱਗ ਹੋਏਗਾ ਸੋ ਧੂਆਂ ਤੋਂ ਅੱਗ ਦਾ ਅੰਦਾਜ਼ਾ ਸਾਡੇ ਅਨੁਮਾਨ ਪ੍ਰਮਾਣ ਨਹੀਂ ਲੱਗਿਆ ਅਸੀਂ ਅੱਗ ਨਹੀਂ ਦੇਖੀ ਅਸੀਂ ਧੂਆਂ ਦੇਖਿਆ ਲੇਕਿਨ ਅੱਗ ਦਾ ਸੀ ਅੰਦਾਜ਼ਾ ਲਗਾ ਲਈ ਮਿਸਰ ਕਰ ਲੇਤਾ ਉਸ ਤੋਂ ਅਨੁਮਾਨ ਲਗਾ ਲੇਤਾ ਸੋ ਇਸ ਕਰਕੇ ਇਸ ਕਿਸਮ ਦੀ ਨੋਲਿਜ ਨੂੰ ਸ਼ੰਕਰ ਵੈਲੀਡੇਟ ਨਹੀਂ ਕਰਦਾ ਉਹ ਕਹਿੰਦਾ ਕਿ ਇਹ ਜਿਹੜੀ ਅਨੁਮਾਨ ਹੈ ਇਹ ਵੈਲਿਡ ਸੋਰਸ ਆਫ ਨੋਲਿਜ ਨਹੀਂ ਹੈ ਸੋ ਵੈਲਿਡ ਸੋਰਸ ਆਫ ਨੋਲਿਜ ਸਿਰਫ ਤੇ ਸਿਰਫ ਵੇਦ ਨੇ ਸੋ ਕੋਈ ਵੀ ਵੇਦਾਂ ਦੀ ਉਚਤਾ ਨੂੰ ਪ੍ਰਮਾਣਿਤ ਕਰਨ ਵਾਲਾ ਜੇ ਕੋਈ ਲੌਜੀਕ ਹੈ ਜਾਂ অনুমান ਪ੍ਰਮਾਨ ਹੈ ਉਹ 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 ਵੈਲਿਡ ਹੈ ਉਹ ਤਰਕ ਵੈਲਿਡ ਹੋ ਸਕਦਾ ਹੈ ਹੋਰ ਕੋਈ ਵੀ ਤਰਕ ਵੈਲਿਡ ਨਹੀਂ ਹੋ ਸਕਦਾ ਓਨਲੀ ਵੈਲਿਡ ਸੋਰਸ ਆਫ ਨੋਲਜ ਜਿਹੜਾ ਉਹ ਵੇਦ ਨੇ ਜਾਂ ਵੇਦਾਂ ਤੋਂ ਬਾਅਦ ਉਪਨਿਸ਼ਦ ਨੇ ਸੋ ਇਸ ਪੋਜੀਸ਼ਨ ਦੇ ਉੱਤੇ ਹੋਣ ਕਰਕੇ ਬਾਕੀ ਸਾਰੀ ਕਿਸਮ ਦੀ ਨੋਲਜ ਜਾਨੀ ਜਿਹੜੀ ਸਾਡੇ ਅੱਖਾਂ ਨੂੰ ਦਿਖ ਰਹੀ ਹੈ ਅਸੀਂ ਨੱਕ ਤੋਂ 스멜 ਕਰ ਰਹੇ ਹਾਂ ਜਾਂ ਜੀਭ ਤੋਂ ਟੇਸਟ ਕਰ ਰਹੇ ਹਾਂ ਇਸ ਸਾਰੀ ਨੋਲਜ ਨੂੰ ਰੱਦ ਕਰਨਾ ਇਹ ਪ੍ਰਮੁੱਖ ਕੈਰੈਕਟ੍ਰਿਸਟਿਕ ਜਿਹੜਾ ਹੈਗਾ ਇਹ ਬਣ ਜਾਂਦਾ ਹੈ ਸੋ ਇਥੇ ਤੱਕ ਆਂਦੇ ਆਂਦੇ ਅਸੀਂ ਦੇਖਦੇ ਆਂ ਕਿ ਭਾਰਤੀ ਵਿਚਾਰਵਾਦ ਜਿਹੜਾ ਹੈ ਉਹ ਆਪਣੇ ਆਪ ਨੂੰ ਹੋਰ ਜ਼ਿਆਦਾ ਪਰਫੁੱਲਿੱਟ ਤੇ ਆਪਣੇ ਲੌਜੀਕਸ ਨੂੰ ਹੋਰ ਜ਼ਿਆਦਾ ਪਰਫੈਕਟ ਕਰਦਾ ਆ ਰਿਹਾ ਹੈ ਇਸੇ ਤਰੀਕੇ ਨਾਲ ਜਿਹੜਾ ਉਹਦੇ ਕਾਰਸਪੋਂਡਿੰਗ ਦੂਜੇ ਪਾਸੇ ਜਿਹੜਾ ਭਾਰਤੀ ਭੌਤਿਕਵਾਦ ਹੈ ਉਹ ਵੀ ਇਸ ਦੌਰਾਨ ਆਪਣੀ ਲੌਜੀਕਸ ਨੂੰ ਹੋਰ ਜ਼ਿਆਦਾ ਪਰਫੈਕਟ ਕਰਦਾ ਰਿਹਾ ਸੋ ਦੋਨੋਂ ਇੱਕ ਦੂਜੇ ਦੇ ਅਗੇਂਸਟ ਲੌਜੀਕਸ ਨੂੰ ਹੋਰ ਜ਼ਿਆਦਾ ਪਰਫੈਕਟ ਹੋਰ ਜ਼ਿਆਦਾ ਪਰਫੈਕਟ ਕਰਦੇ ਆਂਦੇ ਆਂ ਲੇਕਿਨ ਇਹ ਕਰਦੇ ਹੋਏ ਜਿਹੜੀ ਲਾਸਟ ਦੇ ਵਿੱਚ ਮੈਂ ਕਹਾਂਗਾ ਕਿ ਇਜ਼ ਦਾ ਕਨਕਲੂਸਿਵ ਇਕਤਰਾ ਨਾਲ ਸਿਚੁਏਸ਼ਨ ਜਦੋਂ ਆਂਦੀ ਹੈ ਕਿ ਜਦੋਂ ਵਿਚਾਰਵਾਦ ਆਪਣੇ ਆਪ ਨੂੰ ਪਰਫੈਕਟ ਕਰਦਾ ਕਰਦਾ ਜਿੰਨਾ ਜ਼ਿਆਦਾ ਪਰਫੈਕਟ ਕਰਦਾ ਓਨਾ ਜ਼ਿਆਦਾ ਉਹ ਆਪਣੇ ਆਪ ਨੂੰ ਭੌਤਿਕ ਪ੍ਰਸਥਿਤੀਆਂ ਦੇ ਉਦਾਹਰਨਾਂ ਤੇ ਭੌਤਿਕ ਪ੍ਰਸਥਿਤੀਆਂ ਦੇ ਵਿੱਚੋਂ ਨਿਕਲ ਰਹੇ ਰਿਜ਼ਲਟਾਂ ਦੇ ਉੱਤੇ ਉਹਨੂੰ ਫਿਰ ਤੋਂ ਬੇਸ ਬੇਸ ਕਰਨਾ ਪੈਂਦਾ ਸੋ ਉਹਨੂੰ ਆਪਣੇ ਕਾਊਂਟਰ ਲੌਜੀਕ ਦੇਣ ਵਾਸਤੇ ਆਪਣੇ ਵਿਰੋਧੀ ਦਾ ਜਵਾਬ ਦੇਣ ਵਾਸਤੇ ਖੁਦ ਵਿਰੋਧੀ ਦੀ ਹੀ ਬੇਸਿਸ ਦੇ ਉੱਤੇ ਉਹਨੂੰ ਆਪਣੇ ਆਪ ਨੂੰ ਸਟੇਸ਼ਨ ਕਰਨਾ ਪੈਂਦਾ ਹੈ ਜਿਹਦੇ ਕਰਕੇ ਤੁਸੀਂ ਦੇਖਦੇ ਹੋ ਕਿ ਵਿਚਾਰਵਾਦ ਦੇ ਜਿਹੜੇ ਮਾਡਰਨ ਰੂਪ ਨੇ ਉਹ ਕਹਿਣਗੇ ਕਿ ਥਿਉਰੀ ਆਫ ਕਾਜ਼ੇਸ਼ਨ ਨੂੰ ਅਸੀਂ ਮੰਨ ਲੈਂਦੇ ਹਾਂ ਉਹ ਕਹਿਣਗੇ ਕਿ ਆਹ ਜਿਹੜੀ ਐਕਸਪੈਰੀਮੈਂਟੇਸ਼ਨ ਹੈ ਉਹਦੇ ਤੋਂ ਨਿਕਲਣ ਵਾਲੇ ਰਿਜ਼ਲਟਸ ਨੇ ਇਹਨਾਂ ਨੂੰ ਅਸੀਂ ਮੰਨ ਲੈਂਦੇ ਹਾਂ ਲੇਕਿਨ ਫਿਰ ਉਹ ਕੀ ਕਹਿਣਗੇ ਕਿ ਇਹ ਇੱਕ ਲਿਮਿਟਿਡ ਸੱਤਾ ਲਿਮਿਟਿਡ ਸੱਤਾ ਮਤਲਬ ਇਹ ਦੁਨਿਆਵੀ ਸੱਤਾ ਇਹ ਦੁਨਿਆਵੀ ਸੱਚ ਹੈ ਇਹ ਇਹਦੇ ਵਿੱਚ ਵਿੱਚ ਵੈਲਿਡ ਨੇ ਲੇਕਿਨ ਜਿਹੜਾ ਲੋਕਿਕ ਦੁਨੀਆ ਦੇ ਵਿੱਚ ਹੀ ਵੈਲਿਡ ਨੇ ਪਰਲੌਕਿਕ ਦੇ ਵਿੱਚ ਇਹ ਵੈਲਿਡ ਨਹੀਂ ਹੈ ਸੋ ਕਹਿਣਗੇ ਕਿ ਇਹ ਸਚਾਈ ਨਹੀਂ ਹੈ ਕਿ ਸਚਾਈ ਦੇ ਉੱਤੇ ਪਰਦਾ ਪੋਸ਼ੀ ਹੈ ਤੁਸੀਂ ਸਚਾਈ ਦੀ ਪਰਦਾ ਪੋਸ਼ੀ ਦੇ ਨਾਲ ਤਜਰਬੇ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਉਤੇ ਤੋਂ ਸੈਂਸ ਐਕਸਪੀਰੀਐਂਸਸ ਆ ਰਹੇ ਨੇ ਤੁਸੀਂ ਉਹਨਾਂ ਐਕਸਪੀਰੀਐਂਸਸ ਦੇ ਨਾਲ ਤਜਰਬੇ ਕਰ ਸਕਦੇ ਹੋ ਲੇਕਿਨ ਤੁਸੀਂ ਉਹਨਾਂ ਐਕਸਪੀਰੀਐਂਸ ਦੇ ਆਧਾਰ ਤੇ ਉੱਤੇ ਉਹਨਾਂ ਦੀ ਪਿਛਲੀ ਸਚਾਈ ਨੂੰ ਨਹੀਂ ਜਾਣ ਸਕਦੇ ਉਹਦੇ ਵਾਸਤੇ ਤੁਹਾਨੂੰ ਆਪਣੇ ਸਾਰੇ ਐਕਸਪੀਰੀਐਂਸ ਬੰਦ ਕਰਨੇ ਪੈਣਗੇ ਯਾਨੀ ਕਿ ਆਪਣੇ ਆਪ ਨੂੰ ਸ਼ੂਨਿਆ ਅਵਸਥਾ ਮੈਡੀਟੇਸ਼ਨ ਹਿਪਨੋਸਿਸ ਕਿੰਨੇ ਸਾਰੇ ਨਾਮ ਉਹਨਾਂ ਨੇ ਤਰੀਕੇ ਉਹਦੇ ਕਿ ਉਹ ਆਪਣੇ ਆਪ ਨੂੰ ਬਾਹਰੋਂ ਦੁਨੀਆ ਤੋਂ ਆਉਣ ਵਾਲੇ ਡਾਟਾ ਤੋਂ ਕੱਟਣਾ ਪਏਗਾ ਫਿਰ ਹੀ ਤੁਸੀਂ ਜਿਹੜਾ ਹੈ ਉਧਰ ਸ਼ਿਫਟ ਹੋ ਸਕੋਗੇ ਜਿਹੜੀ ਪਰਲੌਕਿਕ ਜਿਹੜੀ ਵਰਲਡ ਹੈ ਉਹਦੇ ਵਿੱਚ ਫਿਰ ਤੁਸੀਂ ਚੀਜ਼ਾਂ ਦੀ ਕਨਸੈਪਟਸ ਯਾ ਕਹਿ ਲੋ ਸ਼ੁੱਧ ਚੀਜ਼ਾਂ ਮਤਲਬ ਐਪਲ ਨਹੀਂ ਐਪਲਨੈਸ ਬੰਦਾ ਨਹੀਂ ਬੰਦਾનેસ ਬੰਦਾਪੁਣਾ ਸੋ ਬੰਦਾਪੁਣਾ ਤੱਕ ਪਹੁੰਚਣਾ ਜੇ ਤੁਸੀਂ ਹੈ ਤਾਂ ਉਹਦੇ ਵਾਸਤੇ ਤੁਹਾਨੂੰ ਬੰਦੇ ਦੀ ਜਿਹੜੀ ਵਸਤਵਿਕ ਹੋਂਦ ਹੈ ਉਹਦੇ ਤੋਂ ਆਪਣਾ ਖਿਹੜਾ ਛਡਾਣਾ ਪਏਗਾ ਸੋ ਇਹ ਕਰਦੇ ਹੋਏ ਕੁਲ ਮਿਲਾ ਕੇ ਉਹ ਇੱਕ ਐਸੀ ਅਵਸਥਾ ਇਮੇਜਿਨ ਕਰਦੇ ਨੇ ਜਿਸ ਅਵਸਥਾ ਨੂੰ ਉਹ ਕਹਿੰਦੇ ਨੇ ਕਿ ਇਹ ਮੋਕਸ਼ ਜਾਂ ਮੁਕਤੀ ਹੈ ਸੋ ਮੋਕਸ਼ ਮੁਕਤੀ ਜਿਹੜਾ ਉਹਨਾਂ ਦਾ ਮੇਨ ਆਪਣੇ ਵੱਲੋਂ ਟੀਚਾ ਹੁੰਦਾ ਹੈ ਕਿ ਉਹ ਪ੍ਰਾਪਤ ਕਰਨਾ ਉਹ ਵਲਗ-ਵਲਗ ਨਾਮਾਂ ਦੇ ਉੱਤੇ ਹੈ ਹਰ ਹਰ ਮਤ ਦੇ ਵਿੱਚ ਲੇਕਿਨ ਕੁਲ ਮਿਲਾ ਕੇ ਉਸਦਾ ਮਤਲਬ ਇਹੀ ਹੈ ਕਿ ਤੁਸੀਂ ਅ ਐਕਸਟਰਨਲ ਵਰਲਡ ਦੀ ਰਿਐਲਿਟੀ ਤੋਂ ਆਪਣੇ ਆਪ ਨੂੰ ਪੂਰਨ ਰੂਪ ਚ ਕੱਟ ਲਿਆ ਔਰ ਫਿਰ ਤੁਸੀਂ ਜਿਸ ਰਿਐਲਿਟੀ ਨੂੰ ਜਾਣਦੇ ਹੋ ਜਾਂ ਜਿਸ ਐਕਸਪੀਰੀਅੰਸ ਨੂੰ ਤੁਸੀਂ ਜਾਣਦੇ ਹੋ ਜਾਂ ਤੁਹਾਡਾ ਮਨ ਦੀ ਡਾਇਰੈਕਟ ਜਿਹੜੇ ਉਸ ਵੇਲੇ ਕੰਟੈਕਟ ਹੈ ਜਿਸ ਐਕਸਪੀਰੀਅੰਸ ਦੇ ਨਾਲ ਬਸ ਉਹੀ ਰਿਐਲਿਟੀ ਹੈ ਸੋ ਇਹਦੇ ਬਹੁਤ ਸਾਰੇ ਮਤਲਬ ਇਹਨੂੰ ਹੋਰ ਜ਼ਿਆਦਾ ਸਖਤ ਹੋਰ ਜ਼ਿਆਦਾ ਔਖਾ ਹੋਰ ਜ਼ਿਆਦਾ ਰੇਅਰ ਕਿ ਸਾਰਿਆਂ ਨੂੰ ਨਹੀਂ ਮਿਲ ਸਕਦੀ ਕੁਝ ਖਾਸ ਲੋਕਾਂ ਨੂੰ ਗਿਫਟਡ ਲੋਕਾਂ ਨੂੰ ਹੀ ਮਿਲੇਗੀ ਸੋ ਹੋਰ ਜ਼ਿਆਦਾ ਰੇਅਰ ਤੇ ਰੇਅਰ ਇਹਨੂੰ ਕਰਨਾ ਹੀ ਭਾਰਤੀ ਵਿਚਾਰਵਾਦ ਦਾ ਟੈਕਟਿਕਸ ਹੈ ਸੋ ਮੈਂ ਇਹ ਸਮਝਦਾ ਕਿ ਇਹ ਜਿਹੜੀ ਭਾਰਤੀ ਵਿਚਾਰਵਾਦੀ ਪਰੰਪਰਾ ਹੈ ਜਿਸ ਨੂੰ ਅਸੀਂ ਆਮ ਤੌਰ ਤੇ ਭਾਰਤੀ ਪਰੰਪਰਾ ਦਾ ਮਤਲਬ ਓਨਲੀ ਰੂਪ ਸਮਝ ਲੈਂਦੇ ਸੀ ਅਸਲ ਦੇ ਵਿੱਚ ਇਹ ਇਹਦੀ ਇੱਕ ਪੂਰੀ ਚੋਰ ਸਿਪਾਹੀ ਦੀ ਦੌੜ ਹੈ ਪੋਤਿਕਵਾਦ ਦੇ ਨਾਲ ਸੋ ਪੋਤਿਕਵਾਦ ਤੇ ਇਹ ਇਹ ਲਗਾਤਾਰ ਇੱਕ ਦੂਜੇ ਦੇ ਉੱਤੇ ਹਮਲਾ ਉਹਦੇ ਵਿੱਚ ਇੱਕ ਦੂਜੇ ਨੂੰ ਪਰਫੈਕਟ ਵੀ ਕਰਦੇ ਨੇ ਇਹ ਖੁਦ ਵੀ ਪਰਫੈਕਟ ਹੁੰਦੇ ਨੇ ਆਪਨੇ ਵਿਰੋਧੀ ਦਾ ਜਵਾਬ ਦੇਂਦੇ ਚਲਦੇ ਚਲਦੇ ਆ ਲੇਕਿਨ ਉਹਦੇ ਚੱਕਰ ਦੇ ਵਿੱਚ ਜੋ ਅੱਜ ਤੱਕ ਲਗਾਤਾਰ ਹੁੰਦਾ ਆ ਰਿਹਾ ਹੈ ਕਿ ਉਹ ਏਰੀਆ ਜਿਹਦੇ ਵਿੱਚ ਵਿਚਾਰਵਾਦ ਪੂਰੀ ਤਰ੍ਹਾਂ ਟ੍ਰਾਈਮਫੈਂਟ ਹੈ ਪੂਰੀ ਤਰ੍ਹਾਂ ਜੇਤੂ ਹੈ ਉਹ ਏਰੀਆ ਉਹ ਲਗਾਤਾਰ ਸੰਗੜਦਾ ਚਲਾ ਜਾਂਦਾ ਹੈ ਜ਼ਿਆਦਾ ਤੋਂ ਜ਼ਿਆਦਾ ਉਹ ਜਿਹੜਾ ਮਟੀਰੀਅਲ ਹੈ ਜਿਹਦੇ ਤੇ ਇਹਨਾਂ ਨੇ ਰਿਲਾਇ ਕਰਨਾ ਹੁੰਦਾ ਹੈ ਐਗਜ਼ਾਮਪਲਸ ਨੇ ਜਿਹਦੇ ਤੇ ਰਿਲਾਇ ਕਰਨਾ ਹੁੰਦਾ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਐਗਜ਼ਾਮਪਲਸ ਜਿਹੜੀਆਂ ਨੇ ਉਹ ਉਹ ਪੌਤਿਕਾ ਦੀ ਐਕਸਪਲੇਨੇਸ਼ਨ ਦੇ ਖੇਮੇ ਦੇ ਵਿੱਚ ਚਲੀਆਂ ਚਲੀਆਂ ਜਾਂਦੀਆਂ ਨੇ ਸੋ ਇਹੀ ਇਹਨਾਂ ਦੇ ਦਵੰਦ ਦੇ ਵਿੱਚੋਂ ਨਿਕਲਦੇ ਹੋਏ ਆ ਤੇ ਫਿਰ ਵੀ ਐਸਾ ਨਹੀਂ ਹੈ ਕਿ ਇਹ ਮੇਰੀ ਗੱਲ ਤੋਂ ਇਹ ਨਾ ਸਮਝ ਲਿੱਤਾ ਜਾਵੇ ਕਿ ਅਰਤੀ ਵਿਚਾਰਵਾਦ ਜਿਹੜਾ ਹੈਗਾ ਉਹ ਕੋਈ ਮਰਨ ਦੇ ਕਲਜ਼ਾਰੇ ਤੇ ਪਹੁੰਚ ਗਿਆ ਐਸਾ ਬਿਲਕੁਲ ਨਹੀਂ ਹੈ ਲੇਕਿਨ ਉਸਨੇ ਆਪਣੇ ਆਪ ਨੂੰ ਹੋਰ ਜ਼ਿਆਦਾ ਭੌਤਿਕ ਹਾਲਤਾਂ ਦੇ ਅਨੁરૂਪ ਕਰਨ ਦੀ ਕੋਸ਼ਿਸ਼ ਲਗਾਤਾਰ ਕੀਤੀ ਉਹ ਆਪਣੇ ਆਪ ਨੂੰ ਹੋਰ ਜ਼ਿਆਦਾ ਭੌਤਿਕ ਹਾਲਤਾਂ ਦੇ ਉੱਤੇ ਬੇਸ ਕਰਦਾ ਚੱਲਿਆ ਚੱਗਿਆ ਸੋ ਇਹੀ ਉਹਦੀ ਪ੍ਰੋਬਲਮ ਹੈ ਇਹੀ ਉਹਦੀ ਹਰ ਹਾਲਤ ਪ੍ਰੋਬਲਮ ਹੈ ਕਿ ਉਹ ਬਿਨਾ ਆਪਣੇ ਆਪ ਨੂੰ ਹੋਰ ਜ਼ਿਆਦਾ ਪੌਥਿਕ ਹਾਲਤਾਂ ਦੇ ਉੱਤੇ ਬੇਸ ਕੀਤੇ ਆ ਉਝੋਂਦਾ ਨਹੀਂ ਰਹਿ ਸਕਦਾ ਉਹਨੂੰ ਹਰ ਨਵੀਂ ਐਗਜ਼ੈਂਪਲ ਜਿਹੜੀ ਹੈ ਉਹ ਨਵੀਆਂ ਪੌਥਿਕ ਜਿਹੜੀਆਂ ਐਕਸਪੈਰੀਮੈਂਟਸ ਨੇ ਜਾਂ ਹਾਲਤਾਂ ਨੇ ਉਹਨਾਂ ਦੇ ਉੱਤੇ ਬੇਸ ਉਹਨਾਂ ਦੀ ਐਕਸਪਲੇਨੇਸ਼ਨ ਦੇ ਵਿੱਚੋਂ ਉਹਨੂੰ ਆਪਣੇ ਆਪ ਨੂੰ ਜਿੰਦਾ ਰੱਖਣਾ ਪੈਂਦਾ ਸੋ ਇਹ ਉਸਦੀ ਤਰਸਤੀ ਸੋ ਇਹ ਮੈਂ ਸਮਝਦਾ ਸਫਰ ਹੈ ਭਾਰਤੀ ਵਿਚਾਰਵਾਦ ਦਾ ਜਾਂ ਪੌਥਿਕਵਾਦ ਦਾ ਜੋ ਲਗਾਤਾਰ ਚੱਲ ਰਿਹਾ ਹੈ ਲੇਕਿਨ ਇੱਕ ਸਵਾਲ ਜਿਹਦੇ ਤੇ ਗੱਲ ਕੀਤੇ ਬਿਨਾ ਸਾਡੀ ਗੱਲ ਬੜੀ ਹਵਾਈ ਲੱਗ ਸਕਦੀ ਹੈ ਉਹ ਹੈ ਕਿ ਫਿਰ ਕੀ ਕਾਰਨ ਹੈ ਜਿੱਥੋਂ ਆਪਣੀ ਗੱਲ ਜਿਸ ਕਰਨੇ ਸ਼ੁਰੂ ਵੀ ਕੀਤੀ ਕੀ ਕਾਰਨ ਹੈ ਕਿ ਸੱਤਾ ਦੇ ਉੱਤੇ ਕਾਬਜ ਫਿਰ ਵੀ ਇਹੀ ਮਤ ਹੈ ਮੈਂ ਸਮਝਦਾ ਵੀ ਇਹਨੂੰ ਅਸਲ ਦੇ ਵਿੱਚ ਸਾਨੂੰ ਦੇਖਣ ਦੇ ਨਜ਼ਰੀਏ ਦੇ ਉੱਤੇ ਵੀ ਕੁਝ ਚੀਜ਼ਾਂ ਬੇਸਡ ਨੇ ਅਸੀਂ ਕਿਸ ਨੂੰ ਵਿਚਾਰਵਾਦ ਦੀ ਜਿੱਤ ਸਮਝ ਲੈਣੇ ਤੇ ਕਿਸ ਨੂੰ ਵਿਗਿਆਨ ਦੀ ਜਿੱਤ ਸਮਝ ਲੈਣੇ ਅਸਲ ਦੇ ਵਿੱਚ ਲੋਕਾਂ ਦੀ ਜੀਵਨ ਦੀਆਂ ਹਾਲਤਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਲਗਾਤਾਰ ਭੌਤਿਕਵਾਦੀ ਹਾਲਤਾਂ ਭੌਤਿਕਵਾਦੀ ਤਰੀਕਾਕਾਰੀ ਦੇ ਵੱਲ ਧੱਕਦੀਆਂ ਲੇਕਿਨ ਜਦੋਂ ਪੌਦਿਕ ਤਰੀਕਾ ਕਰੀ ਦੇ ਵਿੱਚ ਇੱਕ ਵੱਡੇ ਲੋਕਾਈ ਦੇ ਹਿੱਸੇ ਨੂੰ ਸਮਾਜ ਦੇ ਵੱਡੇ ਹਿੱਸੇ ਨੂੰ ਸੀਮਿਤ ਕਰ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਵਿਗਿਆਨ ਜਿੰਨਾ ਮਰਜੀ ਵਿਕਸਿਤ ਹੋ ਜਵੇ ਜੇ ਵਿਗਿਆਨ ਦੀਆਂ ਲੱਭਤਾਂ ਆਮ ਲੋਕਾਈ ਨੂੰ ਅਵੇਲੇਬਲ ਹੀ ਨਹੀਂ ਰਹਿਣਗੀਆਂ ਤਾਂ ਫਿਰ ਆਮ ਲੋਕਾਈ ਕੋਲ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਕਿ ਉਹ ਵਿਚਾਰਵਾਦ ਦੀ ਕਿਸੇ ਸ਼ਰਨ ਦੇ ਵਿੱਚ ਚਲਾ ਜਾਵੇ ਸੋ ਜੋ ਜਿਸ ਗੱਲ ਤੇ ਮੈਂ ਜ਼ੋਰ ਦੇਣਾ ਚਾ ਰਹੇ ਹਾਂ ਕਿ ਇੱਥੇ ਸਮਾਜ ਦੀ ਰਿਐਲਿਟੀ ਜਿਹੜੀ ਹੈ ਸਮਾਜ ਦੀ ਸੋਸ਼ਲ ਰਿਐਲਿਟੀ ਯਾਨੀ ਕਿ ਅਸੀਂ ਕਲਾਸ ਦੇ ਵਿੱਚ ਜਮਾਤਾਂ ਜੁੜੀ ਹੋਈ ਸੋਸਾਇਟੀ ਆ ਜੀ ਦੇ ਵਿੱਚ ਇੱਕ ਜਮਾਤ ਰਾਜ ਕਰਦੀ ਹੈ ਤੇ ਬਾਕੀ ਸਾਰੀਆਂ ਜਮਾਤਾਂ ਨੂੰ ਆਪਣੇ ਅਧੀਨ ਰੱਖਦੀ ਹੈ ਅਸੀਂ ਇਸ ਰਿਐਲਿਟੀ ਨੂੰ ਨਹੀਂ ਭੁੱਲ ਸਕਦੇ ਇਹ ਰਿਐਲਿਟੀ ਜਿਹੜੀ ਹੈਗੀ ਹੈ ਸਮਾਜ ਦੇ ਬਹੁਤ ਵੱਡੇ ਹਿੱਸੇ ਨੂੰ ਵਿਚਾਰਵਾਦ ਦੀ ਸ਼ਰਨ ਵੱਲ ਲਗਾਤਾਰ ਧੱਕਦੀ ਹੈ ਲੇਕਿਨ ਜੀਵਨ ਦੀਆਂ ਹਾਲਾਤਾਂ ਜਿਹੜੀਆਂ ਉਹਨੂੰ ਸ਼ਰਨ ਵੱਲ ਧੱਕ ਰਹੀਆਂ ਨੇ ਉਹ ਹਾਲਾਤਾਂ ਭੌਤਿਕ ਨੇ ਸੋ ਸਮਾਜ ਦੀਆਂ ਭੌਤਿਕ ਹਾਲਤਾਂ ਵਿਅਕਤੀ ਨੂੰ ਵਿਚਾਰਵਾਦ ਦੀ ਸ਼ਰਨ ਵੱਲ ਇਸ ਕਰਕੇ ਧੱਕਦੀਆਂ ਨੇ ਕਿਉਂਕਿ ਭੌਤਿਕ ਹਾਲਤਾਂ ਦੇ ਉੱਤੇ ਕੰਟਰੋਲ ਕਿਸੇ ਕੋਲ ਤਾਂ ਹੈ ਸੋ ਮੈਂ ਸਮਝਦਾ ਇਹ ਇੱਕੋ ਇੱਕ ਨੁਕਤਾ ਹੈ ਜਿਹਨੂੰ ਜਿਸ ਨੂੰ ਸਮਝੇ ਬਿਨਾ ਅਸੀਂ ਇਸ ਪੂਰੀ ਖੇਡ ਨੂੰ ਸਮਝ ਨਹੀਂ ਸਕਾਂਗੇ ਸੋ ਸਾਨੂੰ ਇਸ ਪੂਰੀ ਖੇਡ ਨੂੰ ਸਮਝਣ ਵਾਸਤੇ ਇਸ ਰਿਐਲਿਟੀ ਨੂੰ ਐਕਸੈਪਟ ਕਰਨਾ ਪੈਣਾ ਹੈ ਕਿ ਸੋਸ਼ਲ ਰਿਐਲਿਟੀ ਉਹ ਤੈਅ ਕਰਦੀ ਹੈ ਕਿ ਤੁਸੀਂ ਸਮਾਜ ਕਿਸ ਵਿਚਾਰ ਪਰੰਪਰਾ ਦੇ ਅਗੋਸ਼ਟ ਰਹੇਗਾ ਕਿਹੜੀ ਵਿਚਾਰ ਪਰੰਪਰਾ ਸਮਾਜ ਦੇ ਉੱਤੇ ਪਾਰੂ ਰਹੇਗੀ ਜਾਂ ਕਿਹੜੀ ਦਾ ਕਬਜ਼ਾ ਤੁਹਾਨੂੰ ਨਜ਼ਰ ਆਏਗਾ ਸੋ ਮੈਂ ਸਮਝਦਾ ਕਿ ਅੱਜ ਵਾਸਤੇ ਪ੍ਰਮੁੱਖ ਰੂਪ ਦੇ ਵਿੱਚ ਮੈਂ ਆਪਣਾ ਤਰਕ ਬਿਲਡ ਕਰਦਿਆ ਬਜਾਏ ਕਿ ਇਸ ਗੱਲ ਦੇ ਵਿੱਚ ਮੈਂ ਬਹੁਤ ਡਿਟੇਲਸ ਨਹੀਂ ਗਿਆ ਕਿ ਐਗਜ਼ੈਕਟਲੀ ਬੁੱਧਿਸਤ ਤੇ ਕੀ ਕਹਿੰਦਾ ਹੈ ਐਗਜ਼ੈਕਟਲੀ ਜੈਨ ਮਤ ਇਸ ਦੇ ਉੱਤੇ ਕੀ ਕਹਿੰਦਾ ਹੈ ਕਾਰਨ ਕੀ ਹੈ ਕਿ ਮੈਂ ਇੱਕ ਮੇਜਰ ਲੌਜੀਕ ਪਹਿਲਾਂ ਬਿਲਡ ਕਰ ਲੈਣਾ ਚਾਹੁੰਦਾ ਉਹ ਲੌਜੀਕ ਹੈ ਕਿ ਵਿਚਾਰਵਾਦ ਦਾ ਮੂਲ ਸਰੂਪ ਕੀ ਹੈ ਉਦਾਮ ਉਸ ਰੂਪ ਹਕੀਕਤ ਨੂੰ ਰੱਦ ਕਰਨਾ ਹੈ ਦੁਨੀਆਵੀ ਹਕੀਕਤ ਨੂੰ ਰੱਦ ਕਰਨਾ ਹੈ ਤੇ ਉਸ ਨੂੰ ਰੱਦ ਕਰਨ ਦੇ ਕਿਹੜੇ ਕਿਹੜੇ ਤਰੀਕੇ ਇਸਤੇਮਾਲ ਕਰਦਾ ਹੈ ਤੇ ਕਿਹੜੇ ਤਰੀਕੇ ਇਸਤੇਮਾਲ ਕਰਦੇ ਹੋਏ ਉਹ ਕਿੱਥੇ ਜਾ ਪਹੁੰਚਦਾ ਸੋ ਇਸ ਸਟੋਰੀ ਨੂੰ ਬਿਲਡ ਕਰਨਾ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਰੂਰੀ ਜਿਹੜੀ ਗੜੀ ਹੈ ਇਸ ਪੂਰੇ ਸਿਸਟਮ ਨੂੰ ਸਮਝਣ ਦੀ ਉਹ ਮੈਨੂੰ ਲੱਗਦਾ ਹੈ ਅਜ ਉਸਤੇ ਮੈਂ ਜ਼ੋਰ ਦਿੱਤਾ ਸੋ ਇਹਨਾਂ ਸ਼ਬਦਾਂ ਦੇ ਨਾਲ ਸ਼ੁਕਰੀਆ ਤੁਸੀਂ ਅੱਜ ਭਾਰਤੀ ਅਧਿਆਤਮਿਕ ਬਾਦ ਵਿਚਾਰਵਾਦ ਤੇ ਬਖੂਬੀ ਤੁਸੀਂ ਸਰ ਚਾਨਣਾ ਪਾਇਆ ਮਹਾਯਾਨਾ ਦੇ ਲੁਕੇ ਹੋਏ ਵਿਚਾਰਵਾਦ ਤੋਂ ਲੈ ਕੇ ਸ਼ੰਕਰਾਚਾਰੀਆ ਦੇ ਸ਼ੁੱਧ ਵਿਚਾਰਵਾਦ ਜਿੰਨਾ ਕਿ ਮੈਨੂੰ ਸਮਝ ਆਇਆ ਵੀ ਤੁਸੀਂ ਉਹਨੂੰ ਬੜੇ ਵਧੀਆ ਤਰੀਕੇ ਦੇ ਨਾਲ ਉਹਨੂੰ ਸਰ ਐਕਸਪਲੇਨ ਕੀਤਾ ਤੁਸੀਂ ਬੜੇ ਵਧੀਆ ਤਰੀਕੇ ਨਾਲ ਦੱਸਿਆ ਵੀ ਤਰਕਵਾਦੀ ਹੋਣਾ ਭੌਤਿਕਵਾਦੀ ਹੋਣਾ ਨਹੀਂ ਆ ਇਹ ਬਹੁਤ ਬੜਾ ਵਧੀਆ ਲੱਗਾ ਸਾਰੀ ਗੱਲ ਤੇ ਸਰ ਇੱਕ ਮੇਰੇ ਮਨ ਦੇ ਵਿੱਚ ਇੱਕ ਸਵਾਲ ਸੀ ਉਹ ਮੈਨੂੰ ਪਤਾ ਨਹੀਂ ਸਵਾਲ ਉਹ ਅੱਜ ਦੇ ਇਸ ਲੈਕਚਰ ਦੇ ਕੰਟੈਕਸਟ ਦੇ ਵਿੱਚ ਦੇਖਾਂ ਤੇ ਉਹ ਕਿਤੇ ਲੋਕੇਟ ਹੁੰਦਾ ਜਾਂ ਨਹੀਂ ਹੁੰਦਾ ਸਰ ਜੀ ਅਸੀਂ ਭਾਰਤੀ ਵਿਚਾਰਵਾਦ ਨੂੰ ਦੇਖੀਏ ਸੂਫੀਵਾਦ ਨੂੰ ਨੂੰ ਲੋਕੇਟ ਕਰਨ ਦੀ ਕੋਸ਼ਿਸ਼ ਕਰੀਏ ਜਾਂ ਭਗਤੀ ਮੂਵਮੈਂਟ ਨੂੰ ਜਾਂ ਉਹ ਤੋਂ ਬਾਅਦ ਸਿੱਖ ਇਸਮ ਨੂੰ ਤੇ ਇਹਦਾ ਇਹਨਾਂ ਇਹਨਾਂ ਦਾ ਕੀ ਕੰਟਰੀਬਿਊਸ਼ਨ ਹੈਗਾ ਮਤਲਬ ਕੋਈ ਆਪਾਂ ਦੇਖ ਸਕਦੇ ਆ ਜੋ ਇਸ ਕੰਟੈਕਸਟ ਦੇ ਵਿੱਚ ਇਨੀ ਵਿੱਚ ਭਾਰਤੀ ਜਿਹੜਾ ਇਹ ਅਧਿਆਤਮਕ ਬਾਤ ਆ ਜਿਵੇਂ ਤੁਸੀਂ ਗੱਲ ਕੀਤੀ ਵੀ ਇੱਕ ਤਾਰਕਿਕ ਹੋਣਾ ਵੀ ਜਾਨੀ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਭੌਤਿਕਵਾਦੀ ਆ ਉਹ ਵਿਚਾਰਵਾਦ ਨੂੰ ਵੀ ਉਹਨੂੰ ਮਤਲਬ ਨਰਿਸ਼ ਕਰਦਾ ਆ ਤੇ ਇਸ ਆਪਾਂ ਦੇਖ ਸਕਦੇ ਆ ਇਸ ਇਸ ਗੱਲ ਨੂੰ ਵੀ ਹਾਂ ਬਿਲਕੁਲ ਮੈਨੂੰ ਲੱਗਦਾ ਕਿ ਸਾਡੇ ਜਿੰਨੀਆਂ ਵੀ ਕੇ ਲਈ ਨਾਨ ਬ੍ਰਹਮਣਿਕਲ ਧਾਰਾਵਾਂ ਹੋਈਆਂ ਚਾਹੇ ਭਗਤੀ ਮੂਵਮੈਂਟ ਹੋਵੇ ਸੂਫੀਵਾਦ ਭਾਵੇਂ ਤੁਹਾਨੂੰ ਇਸਲਾਮ ਦੀ ਬੈਕਗ੍ਰਾਉਂਡ ਦੇ ਵਿੱਚ ਲਿਖਦੀ ਹੈ ਲੇਕਿਨ ਉਹ ਜੇ ਮੈਂ ਬ੍ਰਹਮਣਿਕਲ ਸ਼ਬਦ ਨਾ ਵਰਤ ਕੇ ਪੁਜੋਹੀਤ ਗੈਰ ਪੁਜੋਹੀਤ ਧਾਰਾਵਾਂ ਜਿਵੇਂ ਕਹਾ ਉਹ ਧਾਰਾਵਾਂ ਜਿਨ੍ਹਾਂ ਨੇ ਇੰਸਟੀਚੂਨਲ ਰਿਲੀਜਨ ਦੇ ਰਿਐਕਸ਼ਨ ਵਜੋਂ ਆਪਣੀ ਜਗ੍ਹਾ ਬਣਾਈ ਉਨਾ ਸਾਰੀਆਂ ਦੀ ਗੱਲ ਕਰੀਏ ਤਾਂ ਇੱਕ ਗੱਲ ਇਹ ਹੈ ਕਿ ਇਹ ਜ਼ਿਆਦਾਤਰ ਐਥਿਕਸ ਤੇ ਮੋਰੈਲਿਟੀ ਦੇ ਖੇਤਰ ਦੇ ਵਿੱਚ ਆਪਣੇ ਆਪ ਨੂੰ ਸਿਚੁਏਟ ਕਰਦਾ ਹੈ ਇਸੇ ਕਰਕੇ ਇਹਨਾਂ ਦੇ ਇਹਨਾਂ ਨੂੰ 온ਟੋਲੋਜੀ ਜਾਂ ਕਹਿ ਲਓ ਆਪਣੀ ਜਿਹੜੀ ਮੈਟਾਫਿਜ਼ੀਕਲ ਪੋਜੀਸ਼ਨਿੰਗ ਹੈ ਉਹ ਕਿਸੇ ਭੌਤਿਕਵਾਦੀ ਦਰਸ਼ਨ ਜਿਵੇਂ ਕਿ ਸਾਂਖ ਦਰਸ਼ਨ ਉਹਦੇ ਵਿੱਚ ਕਰਨ ਤੇ ਕੋਈ ਦਿੱਕਤ ਨਹੀਂ ਹੁੰਦੀ ਇਹ ਸਾਂਖ ਦਰਸ਼ਨ ਦੇ ਜਿਹੜਾ ਮੂਲ ਕਹਿ ਲਓ ਤਤ ਨੇ ਉਹਨਾਂ ਨੂੰ ਮੰਨਦੇ ਹੋਏ ਇਹ ਉਸਦੇ ਬਹਿਸ ਦੇ ਵਿੱਚ ਨਹੀਂ ਪੈਂਦੇ ਇਹਨਾਂ ਚੋਂ ਬਹੁਤ ਸਾਰੇ ਨੇ ਜਿਹੜੇ ਸਾਖ ਨੂੰ ਮੰਨਦੇ ਹੋਣਗੇ ਮਤਲਬ ਉਹ ਨੂੰ ਉਸੇ ਫਰੇਮਵਰਕ ਦੇ ਵਿੱਚ ਆਪਣੇ ਆਪ ਨੂੰ ਸਿਚੁਏਟ ਕਰਦੇ ਹੋਣਗੇ ਉਹ ਪੰਜ ਤਤ ਦੀ ਗੱਲ ਕਰਦੇ ਹੋਣਗੇ ਜਾਂ 24 ਪਦਾਰਥਾਂ ਦੀ ਗੱਲ ਕਰਦੇ ਹੋਣਗੇ ਲੇਕਿਨ ਉਹ ਫਿਰ ਉਸਦੇ ਉੱਤੇ ਜ਼ੋਰ ਨਹੀਂ ਦਿੰਦੇ ਉਹ ਉਹਨੂੰ 기ਵਨ ਮੰਨ ਕੇ ਉਸ ਤੋਂ ਬਾਅਦ ਉਹ ਆ ਜਾਂਦੇ ਨੇ ਸਿੱਧਾ ਕਿਸਤੇ ਐਥਿਕਸ ਤੇ ਜਦੋਂ ਉਹ ਆਪਣੇ ਐਥਿਕਸ ਦੇ ਖੇਤਰ ਚ ਆਉਂਦੇ ਨੇ ਕਿ ਜੀਵਨ ਜਾਂਚ ਕਿਹੋ ਜਿਹੀ ਹੋਵੇ ਉੱਥੇ ਉਹ ਬਹੁਤੀ ਵਿਰੀ ਸਥਾਪਿਤ ਧਾਰਨਾਵਾਂ ਦੇ ਵਿੱਚੋਂ ਆਪਣੇ ਆਪ ਨੂੰ ਬਹੁਤ ਬਾਹਰ ਨਹੀਂ ਕਰਦੇ ਜਿਵੇਂ ਉਹ ਇਸ ਗੱਲ ਦੇ ਵਿਲਦੀ ਜਾਂਦੇ ਕਿ ਮੋਕਸ਼ ਮੋਕਸ਼ ਤੇ ਮੁਕਤੀ ਦੀ ਲੋੜ ਹੀ ਨਹੀਂ ਮਤਲਬ ਜਿਹੜੀ ਭੌਤਿਕਵਾਦੀ ਪੋਜੀਸ਼ਨ ਜਿਹੜੀ ਹੈ ਲੁਕਾਇਤਾ ਨਹੀਂ ਜਾਂ ਚਾਰਵਾਕਾ ਨਹੀਂ ਲਿੱਤੀ ਉਹਸ ਹੱਦ ਤੱਕ ਕਟੜ ਪੋਜੀਸ਼ਨ ਉਹ ਭੌਤਿਕਵਾਦ ਉਹਨਾਂ ਵਾਸਤੇ ਇੰਟਰਸਟਿੰਗ ਚੀਜ਼ ਹੀ ਨਹੀਂ ਹੈ ਮਤਲਬ ਉਹਨਾਂ ਨੂੰ ਭੌਤਿਕਵਾਦ ਸਥਾਪਿਤ ਕਰਨਾ ਉਹਨਾਂ ਦਾ ਕੋਈ ਇੰਟਰਸਟ ਹੀ ਨਹੀਂ ਹੈ ਉਹਨਾਂ ਦਾ ਇੰਟਰਸਟ ਇਸ ਗੱਲ 'ਚ ਹੈ ਕਿ ਜੋ ਵਿਚਾਰਵਾਦੀਆਂ ਨੇ ਕੋਈ ਜੀਵਨ ਜਾਂਚ ਪੈਦਾ ਕੀਤੀ ਲੋਕਾਂ ਵਾਸਤੇ ਉਸ ਜੀਵਨ ਜਾਂਚ ਤੋਂ ਜੇ ਉਸ ਦੇ ਵਿੱਚ ਇੱਕ ਕਟੜਤਾ ਹੈ ਜੇ ਉਸ ਦੇ ਵਿੱਚ ਲੁਕਾਈ ਦੇ ਵੱਡੇ ਹਿੱਸੇ ਨੂੰ ਦਰਿਦ੍ਰਤਾ ਵੱਲ ਧੱਕਿਆ ਜਾਂਦਾ ਹੈ ਜਾਂ ਉਹਦੇ ਉੱਤੇ ਥੋਪ ਦਿੱਤੀਆਂ ਜਾਂਦੀਆਂ ਨੇ ਕੁਝ ਚੀਜ਼ਾਂ ਤਾਂ ਲੁਕਾਈ ਦੀ ਉਹਦੇ ਖਿਲਾਫ ਬਗਾਵਤ ਨੂੰ ਜਸਟੀਫਾਈ ਕਰਨਾ ਉਹਨਾਂ ਦਾ ਮੁੱਖ ਕੰਮ ਹੈ ਉਹ ਲੁਕਾਈ ਨੂੰ ਕਹਿੰਗੇ ਵੀ ਜਿਵੇਂ ਵੀ ਤੁਹਾਡੇ ਤੇ 뮤직 ਤੇ ਡਾਂਸ ਦੇ ਉੱਤੇ ਬੈਨ ਕੁਝ ਲੋਕਾਂ ਨੇ ਲਗਾਇਆ ਉਹ ਕਹਿੰਦੇ ਜੀ ਅਸੀਂ 뮤직 ਤੇ ਡਾਂਸ ਰਾਹੀਂ ਹੀ ਰੱਬ ਨੂੰ ਪ੍ਰਾਪਤ ਕਰਨਾ ਹੈ ਹੁਣ 뮤זיਕ ਤੇ ਡਾਂਸ ਰਾਹੀਂ ਰੱਬ ਨੂੰ ਪ੍ਰਾਪਤ ਕਰਨ ਦਾ ਆਈਡੀਆ ਕੀ ਹੈ ਕਿ ਉਹਨਾਂ ਵਾਸਤੇ ਰੱਬ ਹੈ ਕਿ ਨਹੀਂ ਹੈ ਇਹਦਾ ਸਵਾਲ ਮੂਲ ਨਹੀਂ ਹੈ ਉਹਨਾਂ ਵਾਸਤੇ ਮੂਲ ਸਵਾਲ ਇਹ ਹੈ ਕਿ 뮤זיਕ ਤੇ ਡਾਂਸ ਐਸੈਂਸ਼ੀਅਲ ਹੈ ਕਿ ਨਹੀਂ ਸੋ ਇਸ ਕਰਕੇ ਸਾਨੂੰ ਇਹਨਾਂ ਸਾਰੀਆਂ ਜਿਹੜੀਆਂ ਧਾਰਨਾਵਾਂ ਨੇ ਚਾਹੇ ਸੂਫੀ ਮਤ ਹੈ ਚਾਹੇ ਭਗਤੀ ਦੀ ਹੈ ਜਾਂ ਉਸ ਤੋਂ ਵੀ ਬਿਨਾ ਹੋਰ ਬਹੁਤ ਸਾਰੀਆਂ ਧਰਮਾਂ ਹੋਣਗੀਆਂ ਇਹਨਾਂ ਸਾਰੀਆਂ ਧਰਮਾਂ ਬਾਰੇ ਜਦ ਤੁਸੀਂ ਸਮਝਣਾ ਹੈ ਸਾਨੂੰ ਸਾਰੀਆਂ ਧਰਮਾਂ ਨੂੰ ਉਹਨਾਂ ਦੇ ਐਥੀਕਲ ਸਟਰਕਚਰ ਤੇ ਉਹਨਾਂ ਦੀ ਉਸ ਵੇਲੇ ਦੀ ਸੋਸ਼ਲ ਰਿਐਲਿਟੀ ਚ ਰੱਖ ਕੇ ਸਮਝਣਾ ਪਏਗਾ ਵੀ ਉਹ ਐਕਚੁਅਲੀ ਕਿਹੜੀ ਚੀਜ਼ ਤੇ ਹਮਲਾ ਕਰ ਰਹੀ ਸੀ ਜਿਵੇਂ ਜੇ ਸਿੱਖੀਜ਼ਮ ਦੀ ਅਪਾ ਗੱਲ ਕਰੀਏ ਤਾਂ ਉਹਨਾਂ ਵਾਸਤੇ ਇਸ਼ੂ ਇਹ ਹੈ ਕਿ ਬੰਦਾ ਦੂਜੇ ਬੰਦੇ ਦੇ ਬਰਾਬਰ ਹੁੰਦਾ ਕਿ ਨਹੀਂ ਹੁੰਦਾ ਉਹਨਾਂ ਵਾਸਤੇ ਇਹ ਇਸ਼ੂ ਨਹੀਂ ਹੈ ਕਿ ਬੰਦਾ ਕਿੱਥੋਂ ਆਇਆ ਕਾਇਨਾਤ ਕਿੱਥੋਂ ਪੈਦਾ ਹੋਈ ਇਹ ਉਹਨਾਂ ਵਾਸਤੇ ਮੂਲ ਇਸ਼ਿਊ ਨਹੀਂ ਆ ਉਹ ਕਹਿੰਦੇ ਜੋ ਵੀ ਤੁਸੀਂ ਮੰਨਦੇ ਹੋ ਉਹਨਾਂ ਵਿਸ਼ਿਆ ਤੇ ਮੁੱਖ ਗੱਲ ਇਹ ਹੈ ਕਿ ਬੰਦਾ ਬੰਦੇ ਦੇ ਬਰਾਬਰ ਹੁੰਦਾ ਕਿ ਨਹੀਂ ਹੁੰਦਾ ਸੋ ਇਹ ਜਿਹੜੀ ਚੀਜ਼ ਹੈ ਸਾਨੂੰ ਇਹਨੂੰ ਧਿਆਨ ਚ ਰੱਖ ਕੇ ਹੀ ਕਿਸੇ ਵੀ ਪਰੰਪਰਾ ਬਾਰੇ ਆਪਣਾ ਜਿਹੜਾ ਆਈਡੀਆ ਸਾਨੂੰ ਬਣਾਉਣਾ ਚਾਹੀਦਾ ਹੈ ਹਾਂਜੀ ਸਰ ਇੱਕ ਸਵਾਲ ਹੋਰ ਆਇਆ ਸੀ ਪ੍ਰਵਿੰਦਰ ਸਿੰਘ ਹੋਣਾ ਵੱਲੋਂ ਉਹ ਪੁੱਛ ਰਹੇ ਸੀ ਕਿ ਕੀ ਵੇਦ ਅਤੇ ਉਪਨਿਸ਼ਦ ਫਿਜ਼ੀਕਲ ਰਿਐਲਿਟੀ ਵਿੱਚ ਨਹੀਂ ਆਉਂਦੇ ਸ਼ਾਇਦ ਤੁਸੀਂ ਇਸ਼ਾਰਾ ਕੀਤਾ ਵੀ ਸੀ ਵਿੱਚ ਪਹਿਲਾਂ ਹਾਂਜੀ ਹਾਂ ਮੈਂ ਵੇਦ ਤੇ ਉਪਨਿਸ਼ਦ ਫਿਜ਼ੀਕਲ ਰਿਐਲਿਟੀ ਦੇ ਵਿੱਚ ਨਹੀਂ ਆਂਦੇ ਤੋਂ ਮੈਂ ਥੋੜਾ ਜਿਹਾ ਸਮਝਿਆ ਨਹੀਂ ਵੈਸੇ ਕੁਐਸਚਨ ਪਰ ਜਿੰਨਾ ਕਿ ਮੈਨੂੰ ਸਮਝ ਆਇਆ ਉਹ ਹੋਰ ਜੇ ਮੇਰੀ ਗੱਲ ਨਾ ਪਹੁੰਚੀ ਤਾਂ ਦੁਬਾਰਾ ਸਪਸ਼ਟ ਕਰ ਦੇਣਾ ਆਪਣੇ ਸਵਾਲ ਨੂੰ ਮੈਨੂੰ ਜੋ ਸਮਝ ਆਇਆ ਕਿ ਕੀ ਇਹ ਆਪਣੇ ਆਪ ਦੇ ਵਿੱਚ ਵੀ ਤਾਂ ਫਿਜ਼ੀਕਲ ਰਿਐਲਿਟੀ ਨੇ ਲੇਕਿਨ ਜਦੋਂ ਅਸੀਂ ਵੇਦ ਬਾਰੇ ਗੱਲ ਕਰ ਰਹੇ ਹਾਂ ਨਾ ਜੇ ਅਸੀਂ ਵੇਦ ਦੇ ਇੱਕ ਫਿਜ਼ੀਕਲ ਚੀਜ਼ ਮਤਲਬ ਸਪੋਜ਼ ਵੇਦ ਪ੍ਰਿੰਟਡ ਫਾਰਮ ਚਾਹੇ ਤੇ ਅਸੀਂ ਉਹਨੂੰ ਫਿਜ਼ੀਕਲ ਰਿਐਲਿਟੀ ਦੇ ਰੂਪ ਦੇ ਵਿੱਚ ਕਹਿਣ ਲੱਗ ਜਾਈਏ ਕਿ ਦੇਖੋ ਇਹ ਵੀ ਤਾਂ ਪ੍ਰਿੰਟਡ ਫਾਰਮ ਹੈ ਤੇ ਫਿਜ਼ੀਕਲ ਰਿਐਲਿਟੀ ਹੈ ਤਾਂ ਅਸੀਂ ਉਸ ਤੋਂ ਜ਼ਿਆਦਾ ਕੁਝ ਨਹੀਂ ਕਰ ਰਹੇ ਜਿੰਨਾ ਅਸੀਂ ਸੇਵ ਦੀ ਫਿਜ਼ੀਕਲ ਰਿਐਲਿਟੀ ਨੂੰ ਸਾਬਤ ਕਰਨ ਵਾਸਤੇ ਕਰ ਰਹੇ ਹਾਂ ਸੋ ਜਿਹੜੇ ਤਰਕ ਸਾਨੂੰ ਕਿਸੇ ਸੇਵ ਦੀ ਫਿਜ਼ੀਕਲ ਰਿਐਲਿਟੀ ਵਾਸਤੇ ਜ਼ਰੂਰੀ ਨੇ ਅਸੀਂ ਉਹੀ ਤਰਕ ਲਾ ਕੇ ਵੇਦ ਦੀ ਫਿਜ਼ੀਕਲ ਰਿਐਲਿਟੀ ਸਾਬਤ ਕਰੀਏ ਇਸ ਕੰਮ ਲਈ ਵੇਦ ਨਹੀਂ ਬਣਿਆ ਵੇਦ ਸਾਡੇ ਵਿੱਚ ਇੱਕ ਪ੍ਰਪੋਜ਼ਲ ਲੈ ਕੇ ਆਇਆ ਹੈ ਅਸੀਂ ਉਸਦੇ ਉਸ ਪ੍ਰਪੋਜ਼ਲ 'ਚ ਇੰਟਰਸਟਿਡ ਆ ਨਾ ਕਿ ਉਸ ਦੀ ਖੁਦ ਦੀ ਫਿਜ਼ੀਕਲ ਹੋਂਦ ਦੇ ਵਿੱਚ ਇਸੇ ਤਰ੍ਹਾਂ ਆਪਰੇਸ਼ਨਾਂ ਦੀ ਗੱਲ ਹੈ ਸੋ ਅਸੀਂ ਉਹਨਾਂ ਦੇ ਅੰਦਰੋਂ ਜਿਹੜਾ ਆ ਰਿਹਾ ਵਿਚਾਰ ਨੇ ਮਤਲਬ ਉਹ ਜੋ ਐਬਸਟ੍ਰੈਕਟ ਆਈਡੀਆ ਉਹ ਰਿਪਰੈਜ਼ੈਂਟ ਕਰ ਰਹੇ ਦੇ ਅਸੀਂ ਉਸ ਐਬਸਟ੍ਰੈਕਟ ਆਈਡੀਆ ਨਾਲ ਇੰਗੇਜ ਕਰਨਾ ਚਾਹ ਰਹੇ ਆ ਫਿਜ਼ੀਕਲ ਰਿਐਲਿਟੀ ਅਸੀਂ ਦਰਖਤ ਦੀ ਸਾਬਤ ਕਰਦਾਂਗੇ ਜਾਂ ਸੇਬ ਦੀ ਸਾਬਤ ਕਰਦਾਂਗੇ ਜਾਂ ਮਨੁੱਖ ਦੀ ਸਾਬਤ ਕਰਦਾਂਗੇ ਕਿਸੇ ਹੋਰ ਚੀਜ਼ ਦੀ ਕਰਦਾਂਗੇ ਸਾਡੇ ਵਾਸਤੇ ਇਹ ਜ਼ਰੂਰੀ ਨਹੀਂ ਕਿ ਅਸੀਂ ਵੇਦ ਦੀ ਹੀ ਫਿਜ਼ੀਕਲ ਹਾਂ ਆਪਣੇ ਲੌਜੀਕ ਨੂੰ ਐਕਸਟ੍ਰੀਮ ਤੇ ਜਦੋਂ ਖਿੱਚਣਾ ਹੁੰਦਾ ਹੈ ਸਾਹਮਣੇ ਵਾਲੇ ਨੂੰ ਜਿਹਨੂੰ ਕਹਿੰਦੇ ਚਾਰੋਖਾਨੇ ਚਿੱਤ ਕਰਨਾ ਹੁੰ ਇੱਕ 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 ਲਾਸਟ ਸਟੇਜ ਇਹ ਹੋ ਸਕਦੀ ਹੈ ਅਗਲੇ ਨੂੰ ਕਹੀਏ ਕਿ ਬਾਕੀ ਸਾਰੀ ਫਿਜ਼ੀਕਲ ਰਿਐਲਿਟੀ ਸੀ ਸਾਬਤ ਕਰਦੇ ਹੁਣ ਤਿੰਨ ਦਸਰੇ ਤਰ੍ਹਾਂ ਵੇਦ ਵੀ ਫਿਜ਼ੀਕਲ ਹੈ ਸੋ ਇਹ ਇਹ ਉਹ ਉਹ ਤੇ ਹੋ ਸਕਦਾ ਬਟ ਅਦਰਵਾਈਜ਼ ਬਹੁਤ ਮਤਲਬ ਕੋਈ ਇੰਟਰਸਟਿੰਗ ਮੇਰੇ ਵਾਸਤੇ ਮਸਲਾ ਨਹੀਂ ਹੋ ਉਹ ਬਿਲਕੁਲ ਸਰ ਅ ਸਰ ਮੈਨੂੰ ਲੱਗਦਾ ਕਿ ਪੰਜਾਬ ਦਰਸ਼ਨ ਦੀ ਵੀ ਤੇ ਤੁਹਾਡੀ ਵੀ ਲੱਗਦਾ ਵੀ ਇਹ ਇੱਕ ਡਿਫਰੈਂਟ ਜੀ ਗੱਲ ਹੈ ਕਿ ਹੁਣ ਜਿਵੇਂ ਪੂਰਾ ਪੰਜਾਬ ਐਸ ਵੇਲੇ ਪੰਜਾਬ ਲਈ ਵੱਡਾ ਕੁਐਸਚਨ ਇਸ ਵੇਲੇ ਹੈ ਕਿ ਕੀ ਹੋਊਗਾ 10 ਮਾਰਚ ਨੂੰ ਤੇ ਅਸੀਂ ਭਾਰਤੀ ਫਲਸਫੇ ਦੇ ਉੱਤੇ ਪਹਿਲਾਂ ਭੌਤਿਕਵਾਦ ਦੇ ਉੱਤੇ ਤੇ ਹੁਣ ਅਧਿਆਤਮਿਕਵਾਦ ਦੇ ਉੱਤੇ ਚਰਚਾ ਕੀਤੀ ਆ ਅੱਜ ਬਹੁਤ ਸਾਰੇ ਦਰਸ਼ਕ ਨਹੀਂ ਸੀ ਅੱਜ ਸੁਣ ਰਹੇ ਖੈਰ YouTube ਦੇ ਉੱਤੇ ਅਸੀਂ ਪਾ ਦੇਵਾਂਗੇ ਮੰਗ ਉੱਠੀ ਸੀ ਕਿ ਇਹ ਦੁਆਰਾ ਇਹ ਚੀਜ਼ ਤੇ ਗੱਲ ਹੋਣੀ ਚਾਹੀਦੀ ਸੀ ਬਟ ਫਿਰ ਵੀ ਸਰ ਸਾਡੇ ਕੁਝ ਦਰਸ਼ਕ ਸੀ ਸਾਡੇ ਕੁਝ ਪੁਰਾਣੇ ਵੀ ਨੇ ਕੁਝ ਉਹਨਾਂ ਵਿੱਚ ਨਵੇਂ ਵੀ ਹੈਗੇ ਨੇ ਤੇ ਮੈਂ ਉਹਨਾਂ ਦੇ ਨਾਮ ਪੜ੍ਹਨੇ ਚਾਹਾਂਗਾ ਅਹ ਤਰਨ ਗੁਪਤਾ ਜੀ ਚੰਡੀਗੜ੍ਹ ਤੋਂ ਰਮਨਦੀਪ ਸਿੰਘ ਪ੍ਰੋਫੈਸਰ ਹਰਪਾਲ ਸਿੰਘ ਚੰਡੀਗੜ੍ਹ ਤੋਂ ਗੁਰਦਾਸ ਗੁਰਦਾਸ ਟੰਡਵਾਲ ਜੀ ਪ੍ਰੋਫੈਸਰ ਹਰਮੀਤ ਕੌਰ ਜੀ ਫਗਵਾੜੇ ਤੋਂ ਪ੍ਰੋਫੈਸਰ ਨੀਲਮ ਜੀ ਐਸ ਐਨ ਕਾਲਜ ਬੰਗਾ ਤੋਂ ਗੁਰਵਰਜਨ ਸਿੰਘ ਸਾਗਰੀ ਜੀ ਦਵਿੰਦਰ ਸਿੰਘ ਭੁੱਲਾ ਰਾਈ ਸੁਸ਼ੀਲ ਕੁਮਾਰ ਚੰਡੀਗੜ੍ਹ ਤੋਂ ਪਰਮਿੰਦਰ ਪਰਵਿੰਦਰ ਸਿੰਘ ਪ੍ਰੋਫੈਸਰ ਨੀਤੂ ਜੀ ਸ਼ਾਇਦ ਉਹ ਵੀ ਸੁਣ ਰਹੇ ਹੋਣਗੇ ਸਾਡਾ ਅੱਜ ਦਾ ਲੈਕਚਰ ਉਹਨੇ ਤੇ ਮੰਗ ਵੀ ਕੀਤੀ ਸੀ ਕਿ ਲੈਕਚਰ ਹੋਣਾ ਚਾਹੀਦਾ ਹੈ ਤੇ ਅਮਰਤ ਰਾয়া ਜੀ ਇਹ ਕੁਛ ਲੈਕਚਰ ਇਹ ਕੁਛ ਸੀ ਜਿਹਨੇ ਕਮੈਂਟ ਕੀਤੇ ਕੁਝ ਚੱਲਦੇ ਲੈਕਚਰ ਦੇ ਦੌਰਾਨ ਜਾਂ ਸੁਣ ਰਹੇ ਸੀ ਸਾਨੂੰ ਪਤਾ ਲੱਗਾ ਹੋਰ ਵੀ ਬਹੁਤ ਸਾਰੇ ਹੋਣਗੇ ਜੋ ਇਸ ਲੈਕਚਰ ਨੂੰ ਸੁਣ ਰਹੇ ਹੋਣਗੇ ਸਰ ਸਰ ਮੈਨੂੰ ਲੱਗਦਾ ਵੀ ਇਹ ਇੱਕ ਏਦਾਂ ਦਾ ਵਿਸ਼ਾ ਆ ਕਿ ਨਾਰਮਲੀ ਸਾਡੀਆਂ ਜਿਹੜੀਆਂ ਸੋਸ਼ਲ ਸਾਇੰਸਿਜ਼ ਹੈਗੀਆਂ ਅਸੀਂ ਡਾਕਟੋਰੇਟ ਕਰ ਜਾਈਦੀ ਆ ਤੇ ਬਟ ਸਾਡੇ ਉਹ ਡਿਸਕਸ਼ਨ ਦੇ ਵਿੱਚ ਨਹੀਂ ਆਉਣੀ ਆ ਜਦੋਂ ਪੀ ਐਚ ਡੀ ਦੇ ਦੌਰਾਨ ਮੈਨੂੰ ਲੱਗਦਾ ਕਿ ਸਾਨੂੰ ਰਿਸਰਚ ਮੈਥਡੋਲੋਜੀ ਪੜਾਈ ਜਾਂਦੀ ਆ ਯੂਨੀਵਰਸਿਟੀਆਂ ਦੇ ਵਿੱਚ ਉੱਥੇ ਮੈਨੂੰ ਲੱਗਦਾ ਇਹ ਗੱਲਾਂ ਦੀ ਚਾਹੇ ਕੁਝ ਵੀ ਹੋਵੇ ਕੋਈ ਇਕਨੋਮਿਕਸ ਦਾ ਹੋਵੇ ਸਟੂਡੈਂਟ ਜਾਂ ਮੈਕਨਿਕਸ ਦਾ ਵੀ ਹੋਵੇ ਇਹ ਜਿਹੜਾ ਫਲਸਫੀਆ ਇਹ ਹੋਣਾ ਚਾਹੀਦਾ ਯੂਨੀਵਰਸਿਟੀ ਦੇ ਵਿੱਚ ਲਾਜ਼ਮੀ ਮਤਲਬ ਉਹਨਾਂ ਨੂੰ ਇੱਕ ਜਿਹੜੀਆਂ ਇੱਕ ਹੋਰ ਫਲਸਫੀਜ਼ ਹੈਗੀਆਂ ਉਹਨਾਂ ਬਾਰੇ ਹੀ ਹੋਣੀ ਚਾਹੀਦੀ ਮੈਨੂੰ ਲੱਗਦਾ ਕਿ ਉਸ ਉਹਦੇ ਦੌਰਾਨ ਇਹ ਚੀਜ਼ਾਂ ਜਿਹੜੇ ਰਿਸਰਚਰਸ ਹੈਗੇ ਆ ਉਹਨਾਂ ਨੂੰ ਇਹਦਾ ਇਹਦਾ ਬਾ ਵਾਸਤਾ ਉਹਨਾਂ ਦੇ ਨਾਲ ਹੋਣਾ ਚਾਹੀਦਾ ਇਸ ਚੀਜ਼ ਦਾ ਤੇ ਇਹ ਹੁਣ ਜਦੋਂ ਲੈਕਚਰ YouTube ਤੇ ਸਰ ਪਾਏਗਾ ਤੇ ਮੈਨੂੰ ਲੱਗਦਾ ਕਿ ਕਾਫੀ ਇੱਕ ਇਹ ਸਾਡੀ ਇੱਕ ਆਪਾਂ ਕਹਾਂਗੇ ਕਿ ਕੰਟਰੀਬਿਊਸ਼ਨ ਹੋਊਗਾ ਤੁਹਾਡਾ ਤਾਂ ਸਰ ਤੇ ਨਾਲ ਹੀ ਪੰਜਾਬ ਦਰਸ਼ਨ ਦੀ ਟੀਮ ਦਾ ਵੀ ਕਿ ਭਵਿੱਖ ਦੇ ਵਿੱਚ ਵੀ ਆਪਾਂ ਕੋਈ ਜੇ ਕੋਈ ਜਾਣਨਾ ਚਾਹੂਗਾ ਭਾਰਤੀ ਫਲਸਫੇ ਦੇ ਬਾਰੇ ਇਹਨੂੰ ਕਾਫੀ ਕੁਝ ਇਥੋਂ ਕੁਝ ਸਿੱਖਣ ਨੂੰ ਮਿਲੂਗਾ ਸਰ ਤੇ ਅੰਤ ਦੇ ਵਿੱਚ ਸਰ ਮੈਂ ਆਪਣੀ ਟੀਮ ਦਾ ਨਾਮ ਜਿਹੜੇ ਜਿੰਨੇ ਸਾਡੇ ਅੰਗੇਜ ਨੇ ਪੰਜਾਬ ਪੰਜਾਬ ਦਰਸ਼ਨ ਦੇ ਨਾਲ ਉਹਨਾਂ ਦੇ ਨਾਮ ਮੈਂ ਪੜਨੇ ਜਾਵਾਂਗਾ ਪਹਿਲਾਂ ਤੇ ਜਿਹੜਾ ਅਰੇਂਜ ਕਰਦੇ ਨੇ ਲੈਕਚਰ ਉਹਨਾਂ ਦੇ ਵਿੱਚ ਪ੍ਰੋਫੈਸਰ ਪਰਮਿੰਦਰ ਸਿੰਘ लवली ਯੂਨੀਵਰਸਿਟੀ ਤੋਂ ਤੇ ਮਹਿਤਾਬ ਦਿੱਲੀ ਯੂਨੀਵਰਸਿਟੀ ਦੇ ਸਟੂਡੈਂਟ ਆ ਉਹ ਤੇ ਨਾਲ ਪ੍ਰੋਫੈਸਰ ਅਵਤਾਰ ਸਿੰਘ ਉਹ ਰਾਮਗੜੀਆ ਕਾਲਜ ਤੋਂ ਨੇ ਦਿਲਦਾਰ ਸਿੰਘ ਪ੍ਰੋਫੈਸਰ ਦਿਲਦਾਰ ਸਿੰਘ ਡੀਏਵੀ ਯੂਨੀਵਰਸਿਟੀ ਉਹ ਤੋਂ ਬਾਅਦ ਪ੍ਰੋਫੈਸਰ ਹਰਮਿਤ ਕੋਰ ਉਹ ਰਾਮਗੜੀਆ ਕਾਲਜ ਵਿੱਚ ਪੜ੍ਹਾਉਂਦੇ ਨੇ ਤੇ ਹਰਪ੍ਰੀਤ ਸਿੰਘ ਉਹ ਇੰਗਲੈਂਡ ਪੰਜਾਬ ਰੇਡੀਓ ਵਿੱਚ ਕੰਮ ਕਰਦੇ ਨੇ ਤੇ ਇਹ ਸਾਡੀ ਟੀਮ ਆ ਜੀ ਤੇ ਕਮਲੇਸ਼ ਗੋਇਲ ਉਹ ইউএনਡੀਪੀ ਦੇ ਵਿੱਚ ਪਟਿਆਲੇ ਤੋਂ ਨੇ ਤੇ ਇਹ ਸਾਡੀ ਟੀਮ ਆ ਪੰਜਾਬ ਦਰਸ਼ਨ ਦੀ ਤੇ ਸਰ ਅੰਤ ਦੇ ਵਿੱਚ ਤੁਸੀਂ ਕੋਈ ਗੱਲ ਕਹਿਣੀ ਚਾਹੋ ਕੰਟੈਂਪੋਰੀ ਸਮੇ ਨੂੰ ਲੈ ਕੇ ਸਰ ਕੁਝ ਵੀ ਕੋਈ ਕਮੈਂਟ ਕਰਨਾ ਚਾਹੋ ਹੁਣ ਹੁਣ ਹਾਂ ਕੰਟੈਂਪੋਰੀ ਤੇ ਪੰਜਾਬ ਇਸ ਵੇਲੇ ਵਾਕਈ ਇੱਕ ਬੜੇ ਗੰਭੀਰ ਦੌਰ ਦੇ ਵਿੱਚੋਂ ਲੰਘ ਰਿਹਾ ਹੈ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਡੇ ਵਿਸ਼ੇ ਦੀ ਮਹੱਤਤਾ ਵੀ ਹੋ ਸਕਦੀ ਹੈ ਕਿ ਅਸੀਂ ਬੈਕ ਟੂ ਰੂਟਸ ਜਾਣ ਵਾਲੀ ਹਾਲਤ 'ਚ ਪਹੁੰਚ ਚੁੱਕੇ ਹਾਂ ਜਦੋਂ ਵੀ ਕ੍ਰਾਈਸਿਸ ਹੁੰਦਾ ਹੈ ਜਦੋਂ ਵੀ ਅਸੀਂ ਮਤਲਬ ਮੈਂ ਇੱਕ ਆਪਸ ਸਾਰਿਆਂ ਨੇ ਸ਼ਾਇਦ ਫਿਲਾਸਫੀ ਆਫ ਸਾਇੰਸ ਜਿਹੜੇ ਜਾਣਦੇ ਨੇ ਇੱਕ ਕੂਨ ਦਾ ਥੀਸਿਸ ਹੈ ਉਹ ਕਹਿੰਦਾ ਵੀ ਵਿਕਾਸ ਜਿਹੜਾ ਹੁੰਦਾ ਨਾ ਵਿਚਾਰਾਂ ਦਾ ਇਹ ਵਾਧਦਾ ਰਹਿੰਦਾ ਪਹਿਲਾਂ ਆਰਡੀਨਰੀ ਟਾਈਮਸ ਦੇ ਵਿੱਚ ਆਰਡੀਨਰੀ ਵਿਕਾਸ ਹੁੰਦਾ ਹੈ ਕਿ ਜਦੋਂ ਸਾਡੇ ਕੋਲ ਇੱਕ ਥਿਉਰੀ ਹੁੰਦੀ ਹੈ ਇੱਕ ਫਰੇਮਵਰਕ ਹੁੰਦਾ ਹੈ ਅਸੀਂ ਉਸ ਫਰੇਮਵਰਕ ਦੇ ਵਿੱਚ ਸੋਚਦੇ ਹਾਂ ਅਸੀਂ ਇਮੇਜਿਨ ਕਰਦੇ ਹਾਂ ਕਿ ਇਦਾਂ ਕਰਾਂਗੇ ਤੇ ਆ ਰਿਜ਼ਲਟ ਹੋਏਗਾ ਰਿਜ਼ਲਟ ਆ ਵੀ ਜਾਂਦਾ ਹੈ ਸੋ ਅਸੀਂ ਤਾਇਦ ਕਰ ਲੈਂਦੇ ਆ ਆਪਣੀ ਥਿਉਰੀ ਦੀ ਕਨਫਰਮੇਸ਼ਨ ਹੋ ਜਾਂਦੀ ਹੈ ਕਰਦੇ ਕਰਦੇ ਕੁਝ ਰਿਜ਼ਲਟਸ ਨਹੀਂ ਆਉਂਦੇ ਫੇਲ ਹੋ ਜਾਂਦੇ ਆ ਕੁਝ ਐਕਸਪੈਰੀਮੈਂਟ ਉਹਨਾਂ ਨੂੰ ਅਸੀਂ ਐਕਸੈਪਸ਼ਨਸ ਦੇ ਤੌਰ ਤੇ ਰੱਖ ਲੈਂਦੇ ਆ ਕਰਦੇ ਕਰਦੇ ਐਕਸੈਪਸ਼ਨਸ ਹੀਪ ਅਪ ਕਰ ਜਾਂਦੀ ਨੇ ਪਾਈਲਅਪ ਕਰ ਜਾਂਦੀਆਂ ਤੇ ਉਸ ਦੌਰ ਦੇ ਵਿੱਚ ਜਾ ਕੇ ਅਸੀਂ ਸਮਝਦੇ ਆ ਕਿ ਹੁਣ ਕ੍ਰਾਈਸਿਸ ਬਣ ਗਿਆ ਥਿਉਰੀ ਕ੍ਰਾਈਸਿਸ ਚ ਆ ਗਿਆ ਉਸ ਤੋਂ ਬਾਅਦ ਇੱਕ ਰੈਵੋਲੂশনারੀ ਸ਼ਿਫਟ ਆਂਦੀ ਹੈ ਜਿਹਨੂੰ ਅਸੀਂ ਪੈਰਾਡਾਈਮ ਸ਼ਿਫਟ ਕਹਿੰਦੇ ਆ ਸੋ ਪੈਰਾਡਾਈਮ ਸ਼ਿਫਟ ਜਿਹੜੀ ਹੈ ਉਸ ਕ੍ਰਾਈਸਿਸ ਤੋਂ ਜਨਮ ਲੈਂਦੀ ਹੈ ਤੇ ਉਹ ਇੱਕ ਰੈਵੋਲੂশনারੀ ਸਾਇੰਸ ਦਾ ਜਾਂ ਰੈਵੋਲੂশনারੀ ਥਿਉਰੀ ਦਾ ਦੌਰ ਹੁੰਦਾ ਮੈਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਪੋਲੀਟੀਕਲ ਅੰਡਰਸਟੈਂਡਿੰਗ ਪੋਲੀਟੀਕਲ ਫਿਲਾਸਫੀ ਸਾਡੀ ਮੋਰਲ ਫਿਲਾਸਫੀ ਐਥਿਕਸ ਇਹ ਸਾਰਾ ਕੁਝ ਕਿਸੇ ਕ੍ਰਾਈਸਿਸ ਚ ਫਸ ਗਿਆ ਹੈ ਪੈਰਾਡਾਈਮ ਸ਼ਿਫਟ ਇਨੈਵਿਟੇਬਲ ਹੈ ਇਨੈਵਿਟੇਬਲ ਹੈ ਅਸੀਂ ਸਾਰੇ ਉਸ ਪੈਰਾਡਾਈਮ ਸ਼ਿਫਟ ਦੇ ਕਿੰਨੇ ਪਾਰਟਿਸਪੈਂਟ ਹੁੰਨੇ ਆ ਉਸ ਦੇ ਵਿੱਚ ਕਿੰਨਾ ਉਸ ਨੂੰ ਕੈਟਲਾਈਜ਼ ਕਰਦੇ ਆ ਕਿੰਨਾ ਉਸ ਦੇ ਵਿੱਚ ਪਾਰਟਿਸਿਪੇਟ ਕਰਕੇ ਉਸ ਨੂੰ ਯੋਗਦਾਨ ਪਾਉਂਦੇ ਆ ਇਹ ਸਾਡੇ ਸਾਰੇ ਉਹ ਚੈਲੰਜ ਆ ਮੈਨੂੰ ਲੱਗਦਾ ਇਹ ਲੈਣਾ ਚਾਹੀਦਾ ਤੇ ਇਹ ਚੈਲੰਜ ਅੱਖਾਂ ਖੋਲ ਕੇ ਲੈ ਜਾਣੇ ਨੇ ਆਲੇ ਦੁਆਲੇ ਦੇ ਵਿੱਚ ਪਾਰਟਿਸਿਪੇਟ ਕਰਦੇ ਹੋਏ ਲੈ ਜਾਣੇ ਨੇ ਇਹ ਸਿਰਫ ਤੇ ਸਿਰਫ ਰੈਫਰੀ ਗਰੀ ਕਰਕੇ ਮੈਚ ਨੂੰ ਬਾਹਰੋਂ ਫੁੱਟਬਾਲ ਦੇ ਮੈਚ ਨੂੰ ਦੇਖਣ ਵਰਗੀ ਹਾਲਤ 'ਚ ਨਹੀਂ ਲੈ ਜਾ ਸਕਦੇ ਉੱਤਰ ਕੇ ਮੈਦਾਨ 'ਚ ਖੁਦ ਕੇ ਕਿਕ ਮਾਰਨੀ ਪੈਣੀ ਹੈ ਸੋ ਮੈਨੂੰ ਲੱਗਦਾ ਇਹਨੇ ਹੀ ਕਾਫੀ ਸ਼ੁਕਰੀ ਠੀਕ ਹੈ ਸਰ ਇਸ ਰੈਵੋਲੂਸ਼ਨਰੀ ਸ਼ਿਫਟ ਦੀ ਆਸ ਦੇ ਵਿੱਚ ਹੀ ਅਸੀਂ ਫਿਰ ਅੱਜ ਦਾ ਲੈਕਚਰ ਜਿਹੜਾ ਹੈ ਇਹ ਐਂਡ ਕਰਦੇ ਹਾਂ ਜੀ ਧੰਨਵਾਦ ਸਰ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਸਸਿਕਾ